ਪੁੱਤ ਮੇਰੀ ਗੱਲ ਸੁਣ ਤੇਰੇ ਨਾਨਕੇ ਵਾਲੀ ਜ਼ਮੀਨ ਦਾ ਅਜੇ ਤੱਕ ਠੇਕਾ ਹੀ ਨਹੀਂ ਦੇਖੇ ਗਏ ਹੈਗੇ ਤੂੰ ਫੋਨ ਕਰ ਉਹਨਾਂ ਨੂੰ ਉਹ ਬੇਬੇ ਦੇ ਜਾਣਗੇ ਕੋਈ ਕੰਮ ਹੋ ਗਿਆ ਉਹਨਾਂ ਨੂੰ ਜਾਲ ਯਾਰ ਦੀ ਹਿਸਾਬ ਹੀ ਨਹੀਂ ਕੀਤਾ ਹੁਣ ਲਹਿ ਜੀਰੀ ਵੱਡੀ ਨੂੰ ਤਾਂ ਪੁੱਤ ਕਿੰਨੀ ਦੇਰ ਹੋ ਗਈ ਹੁਣ ਤੱਕ ਕਾਤੋਂ ਨਹੀਂ ਦੇਖੇ ਗਏ ਹੈਗੇ ਚੱਲ ਜੇ ਤੂੰ ਇੰਨਾ ਕਹਿੰਦੀ ਮੈਂ ਕਰ ਲੈਣਾ ਹੁਣ ਹੋਰ ਕਰ ਲੈ ਪੁੱਤ ਫੋਨ हैलो हाँ जी अंकल मैं कह रहा सी जे तुसी आड़तियां दा हिसाब कर लिया तो जमीन का ठेका दे जांदे जी सानू लोड़ जी सी अच्छा जी ठीक है ठीक ओके जी बेबे तू एवें फोन कराता वो कहिंदे अज असी देने आ रहे सी चल फिर की हो गया पुत नाले सारे लोग तो पहला पूरा ठेका लेंदे ने आपां नूं तां इह फिर भी अद्धा अद्धा लेंदे ने वह भी टाइम सिर नहीं दे के जा सकते इह मैं सोचता बेबे जे आप जमीन बेच दईए ये बेच के आप इत ले लिए हाँ पुत तेरी ये गल ठीक है आप जमीन बेच के इतने कितने नेड़े लै लेना नाले लोग भी दूर होने करके जमीन अपनी मन मर्जी का ठेका देंगे ने भी ये कड़ा इतने आके खेती कर सकते हैं हाँ बेबे मैं करता किसी डीलर गल जो वधिया रेट लग गया फिर आप बेच ही देवे पुत मैं तो ए लगता भी जिन्ना क रेट इतने है जमीन का इन्ना क उत्थे होगा हाँ बेबे रेट तो यही चलता पांच छे लख बेकर जिनी को बेच के आवेंगे उन्नी कितने बन जानी है नाले पुत तू पहला इतने पता कर ली डीलर नू कह के भी रखी भी सामने लैनी है जमीन नहीं बेबे पहला आप उत्थे बेच आईए इतने फिर लवेंगे जिड़ी जमीन पुत इतने लवेंगे तू वो अपने नाम ही करवा ली नहीं नहीं बेबे इस जमीन का आप तेरे नाम ही करावे जनानिया के नाम रजिस्ट्री कराने का खर्चा घट पैंदा वो तो तेरी गल ठीक है पुत फिर तू तनवीर के नाम करा दे नहीं नहीं बेबे तनवीर के नाम भी क्यों करवानी है ये तेरे पेक्या जमीन है तेरे नाम ही रहो लै मेरी जमीन नू की है पुत मेरे मरण तो बाद भी तो थोड़े नाम ही होगी चंगा हूँ करवा लो तुम अपने नाम नहीं बेबे जिन्ना चिर तू ज्यौनी है तेरे ज्यौदे जी तो तेरे नाम ही रखा बाद ही बाद देखी जाऊगी तेरी मर्जी है भाई ले हरमन मेरे कपड़े भी कर दी प्रेस जी सुन दे तुसी बेबे जी नाल केड़ी जमीन बेचन दी गल कर रहे सी ओही जिहड़ी मेरे नानके वाली आ ओह दूर जादे आ असीं सोचदे आ वी उहनूं वेच के आपां इत्थे नेड़े लै लांगे अच्छा किन्ने क दी होगी जमीन ओह 3 किले ने 30 लख दा इक किला 90 लख दी होगी अच्छा इन्ने पैसे बन जाणगे आपां नूं ਜਿੰਨੇ ਵੜਨਗੇ ਉਹਨੇ ਇੱਥੇ ਵੀ ਤਾਂ ਲਾਵਾਂਗੇ ਉੱਥੇ ਵੇਚ ਕੇ ਇੱਥੇ ਲੈ ਲਾਂਗੇ ਲੈ ਜ਼ਮੀਨ ਲੈਣ ਦੀ ਕੀ ਲੋੜ ਹੈ ਨਾਲੇ ਅੱਜ ਕੱਲ੍ਹ ਜ਼ਮੀਨਾਂ 'ਚੋਂ ਕਿਹੜੀ ਆਮਦਨ ਹੁੰਦੀ ਹੈ ਆਪਾਂ ਸਾਰੇ ਪੈਸਿਆਂ ਦੀ ਐਫ ਡੀ ਕਰਾਵਾਂਗੇ ਹੈ ਆਪਾਂ ਤਾਂ ਵਿਆਜ ਹੀ ਨਹੀਂ ਮੁੱਕਣਾ ਨਾਲੇ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਓਏ ਨਹੀਂ ਨਹੀਂ ਆਪਾਂ ਜ਼ਮੀਨ ਹੀ ਲਵਾਂਗੇ ਪੈਸਾ ਨਹੀਂ ਰਹਿਣਾ ਹੁੰਦਾ ਪੈਸਾ ਚੱਲ ਜਾਂਦਾ ਹੁੰਦਾ ਲੈ ਮੇਰੀ ਮੰਨੋ ਆ ਜ਼ਮੀਨ ਨੂੰ ਰਹਿਣ ਦਿਓ ਨਾਲੇ ਪੈਸਾ ਕਿਹੜਾ ਨਾਲ ਜਾਂਦਾ ਜਦੋਂ ਬੰਦਾ ਮਰ ਜਾਂਦਾ ਪੈਸਾ ਉੱਥੇ ਹੀ ਰਹਿ ਜਾਂਦਾ ਗਾ ਹੈਨਾ ਆਪਾਂ ਵੱਡੀ ਸਾਰੀ ਗੱਡੀ ਲਵਾਂਗੇ ਇੱਕ ਤਾਂ ਬਾਕੀ ਜਿਹੜੇ ਪੈਸੇ ਬਚਣਗੇ ਬੈਂਕ 'ਚ ਜਮ੍ਹਾਂ ਕਰਾ ਦਾਂਗੇ ਨਾਲੇ ਜੀ ਮੇਰਾ ਤਾਂ ਬਹੁਤ ਟਾਈਮ ਤੋਂ ਸੁਪਨਾ ਹੈਗਾ ਵੀ ਆਪਣੇ ਕੋਲ ਵੱਡੀ ਸਾਰੀ ਗੱਡੀ ਹੋਵੇ ਇਤਰਾ ਗੱਡੀ ਲੈਣ ਦਾ ਹੀ ਸੁਪਨਾ ਹੈ ਫਿਰ ਗੱਡੀ ਦੀ ਕਿੱਡੀ ਗੱਲ ਗੱਡੀ ਤਾਂ ਆਪਾਂ ਕਮਾ ਕੇ ਵੀ ਲੈ ਲਾਂਗੇ ਲੈ ਤੁਸੀਂ ਵੀ ਕਮਲੀਆਂ ਗੱਲਾਂ ਕਰਦੇ ਹੋਗੇ ਹੈ ਆਪਣੀਆਂ ਨੌਕਰੀਆਂ ਸਿਰ ਤੇ ਨਹੀਂ ਗੱਡੀ ਲੈ ਜਾਣੀ ਜਾਂ ਫਿਰ ਐਂ ਕਰੋ ਆਪਾਂ ਇੰਨਾ ਸਾਰੇ ਪੈਸਿਆਂ ਨਾਲ ਕੋਈ ਬਿਜ਼ਨਸ ਸਟਾਰਟ ਕਰਦੇ ਹਾਂ ਬਿਜ਼ਨਸ ਕਾਹਦਾ ਕਰੇਗੀ ਆ ਨੌਕਰੀ ਤੋਂ ਵੀ ਜਾਵਾਂਗੇ ਚੰਗੀ ਭਲੀ ਆਪਾਂ ਨੌਕਰੀ ਕਰਦੇ ਹਾਂ ਕਦੇ ਕਹਤਾ ਨਾ ਮੈਨੂੰ ਤੁਹਾਡੀ ਸੋਚ ਬਾਲੀ ਛੋਟੀ ਲੱਗਦੀ ਹੈਗੀ ਅਮੀਰ ਬਣਨ ਵਾਸਤੇ ਵੱਡੀ ਸੋਚ ਰੱਖ ਕੇ ਚੱਲਣਾ ਪੈਂਦਾ ਅਮੀਰ ਬਣ ਕੇ ਲੈਣਾ ਕੀ ਆ ਆਪਾਂ ਵਧੀਆ ਰੋਟੀ ਖਾਂਦੇ ਆ ਨਾ ਫਿਰ ਲੋਕਾਂ ਤੋਂ ਅਮੀਰ ਬਣਨ ਦੇ ਸੁਪਨੇ ਦੇਖਦੇ ਨੇ ਉਹ ਕਿਉਂ ਤੁਹਾਡੇ ਮੂੰਹ ਹੱਥ ਤੱਕ ਕੇ ਬੈਂਦੇ ਹੈ ਜਹਾਜ਼ਾਂ ਵਰਗੀਆਂ ਗੱਡੀਆਂ ਚੱਕੀ ਫਿਰਦੇ ਨੇ ਅਗਲੇ ਮੈਨੂੰ ਲੱਗਦਾ ਆਪਾਂ ਨਹੀਂ ਕਦੇ ਅੱਗੇ ਵੱਧ ਸਕਦੇ ਯਾਰ ਆਪਾਂ ਇੱਥੇ ਲੋਕਾਂ ਦਾ ਰੇਸ ਲਾਉਣ ਥੋੜੀ ਆਏ ਆ ਜ਼ਿੰਦਗੀ ਜਿਉਣ ਆਏ ਆ ਜਿਹੜੀ ਦੋ ਟਾਈਮ ਦੀ ਇੱਜ਼ਤ ਦੀ ਰੋਟੀ ਮਿਲਦੀ ਆ ਉਹਨੂੰ ਸਬਰ ਸੰਦੋਖ ਨਾਲ ਖਾਈ ਚੱਲ ਆਹੋ ਹੋਰ ਆਪਾਂ ਕਰ ਵੀ ਕੀ ਸਕਦੇ ਆ ਸਬਰ ਸੰਤੋਖ ਦੀ ਰੋਟੀ ਖਾਣ ਜੋਗੇ ਰਹਾਂਗੇ ਸਾਰੀ ਉਮਰ ਫਿਰ ਕੀ ਕਰਾਂ ਆਪਦੀ ਮਾਂ ਦੇ ਪੇਕਿਆਂ ਦੀ ਜ਼ਮੀਨ ਵਿੱਚ ਕਿਤੇ ਨੂੰ ਗੱਡੀ ਲੈ ਕੇ ਦਵਾਂ ਤੂੰ ਐਵੇਂ ਕਰ ਤੇਰੇ ਪੇਕਿਆਂ ਦੀ ਜ਼ਮੀਨ ਵਕਾ ਕੇ ਨਾ ਉਹਨਾਂ ਤੋਂ ਲੈ ਆ ਵੱਡੀ ਗੱਡੀ ਜੇ ਜ਼ਿਆਦਾ ਹੀ ਸ਼ੌਂਕ ਚੜਿਆ ਤੈਨੂੰ ਗੱਡੀਆਂ 'ਚ ਘੁੰਮਣ ਦਾ ਕਿਉਂ ਮੈਂ ਕਿਉਂ ਵਕਾਵਾਂ ਜ਼ਮੀਨ ਆਪਦੇ ਪੇਕਿਆਂ ਦੀ ਸੁੱਖ ਨਾਲ ਮਿਲਦਾ ਭਾਈ ਵੀ ਹੈਗਾ ਬੇਬੇ ਤੋਂ ਕੋਈ ਭੈਣ ਭਾਈ ਵੀ ਨਹੀਂ ਆ ਜਿਹੜੇ ਫਾਲਤੂ ਦੇ ਸੁਪਨੇ ਲੈਣੀ ਆ ਇਹਨਾਂ ਨੂੰ ਲੈਣੇ ਛੱਡ ਦੇ ਇਹ ਤੇਰੇ ਕਦੇ ਪੂਰੇ ਨਹੀਂ ਹੋਣੇ ਹਾਂ ਇਹ ਗੱਲ ਤਾਂ ਮੈਨੂੰ ਵੀ ਸਮਝ ਆ ਗਈ ਥੋੜਨਾ ਰਹਿ ਕੇ ਨਾ ਮੇਰੇ ਸੁਪਨੇ ਕਦੇ ਨਹੀਂ ਪੂਰੇ ਹੋ ਸਕਦੇ ਸਾਰੀ ਉਮਰ ਮੈਨੂੰ ਆ ਰੋਂਦੇ ਪਿੜਦੇ ਹੋ ਕੱਢਣੇ ਪੈਣੀ ਆ ਫਿਰ ਤਲਾਕ ਲੈ ਲਾ
ਜਿਹੜਾ ਸੁਪਨੇ ਪੂਰੇ ਕਰੂਗਾ ਉਹਦੇ ਨਾਲ ਕਰਾ ਲਈ। ਹਾਂ, ਤਲਾਕ ਲੈਣ ਦੀ ਲੋੜ ਹੀ ਨਹੀਂ। ਮੈਂ ਨੌਕਰੀ ਛੱਡ ਕੇ ਹੁਣ ਆਈਲੈਟਸ ਕਰਨ ਲੱਗੂੰਗੀ। ਆਈਲੈਟਸ ਕਰਕੇ ਫਿਰ ਬਾਹਰ ਵਗ ਜਾਊਂਗੀ। ਬਾਹਰ ਜਾ ਕੇ ਜਦੋਂ ਡਾਲਰ ਕਮਾਉਂਗੀ ਨਾ, ਫਿਰ ਸੁਪਨੇ ਪੂਰੇ ਕਰੂੰਗੀ ਆਪਦੇ। ਤੈਨੂੰ ਨਾ ਤਾਂ ਮੇਰੇ ਨਾਲੇ ਪਿਆਰਾ, ਨਾ ਇਹ ਘਰ ਨਾਲ ਹੈ। ਤੂੰ ਸਿਰਫ ਆਪਦੇ ਬਾਰੇ ਸੋਚਦੀ ਆ, ਬਹੁਤ ਮਤਲਬੀ ਸੋਚ ਆ ਤੇਰੀ। ਜਾਂ ਫਿਰ ਐਂ ਕਰਿਓ, ਆ ਜਿਹੜੀ ਜ਼ਮੀਨ ਤੁਸੀਂ ਵੇਚੋਗੇ ਇਹਦੇ 'ਚੋਂ 18-20 ਲੱਖ ਰੁਪਏ ਮੈਨੂੰ ਉਧਾਰ ਦੇ ਦਿਓ। ਜਦੋਂ ਮੈਂ ਬਾਹਰ ਜਾ ਕੇ ਕਮਾਉਣਾ ਸ਼ੁਰੂ ਕਰਤਾ ਨਾ, ਤੁਹਾਡੇ ਸਾਰੇ ਪੈਸੇ ਵਿਆਜ ਵਾਲੇ ਵਾਪਸ ਕਰ ਦੂੰ। ਮੇਰੇ ਕੋਲ ਤਾਂ ਹੈ ਨਹੀਂ ਇੰਨੇ ਪੈਸੇ। ਤੂੰ ਐਵੇਂ ਕਰ, ਤੇਰੇ ਪੇਕਿਆਂ ਨੂੰ ਕਹਿ ਦੇ ਉਹ ਆਪਦੀ ਗਾਰੰਟੀ ਤੇ ਆੜਤੀ ਤੋਂ ਦਵਾ ਦੇਣਗੇ, ਫਿਰ ਭਾਵੇਂ ਅਮਰੀਕਾ ਜਾਈਂ ਚਾਹੇ ਕੈਨੇਡਾ ਜਾਈਂ। ਕਿਉਂ, ਉਹ ਕਿਉਂ ਦਵਾਉਣਗੇ? ਕੰਮ ਮੈਂ ਤੁਹਾਡੇ ਘਰੇ ਕਰਦੀ ਹਾਂ, ਤਨਖਾਹ ਮੇਰੀ ਤੁਸੀਂ ਖਾਂਦੇ ਹੋ। ਤਨਖਾਹ ਤਾਂ ਮੇਰੀ ਵੀ ਆਉਂਦੀ ਆ, ਤੇਰੀ ਕੱਲੀ ਦੀ ਤਾਂ ਨਹੀਂ ਆਉਂਦੀ। ਮੇਰੀ ਤਨਖਾਹ ਵੀ ਤਾਂ ਤੂੰ ਖਾਂਦੀ ਹੋ। ਨਾ, ਤੁਸੀਂ ਮੈਨੂੰ ਆਪਦੀ ਤਨਖਾਹ 'ਚੋਂ ਕੀ ਦਵਾਤਾ? ਆ ਇੱਕ ਸੂਟ ਨਹੀਂ ਸਰਿਆ ਤੁਹਾਡੇ ਤੋਂ। ਤਨਵੀਰ, ਸਭ ਕੁਝ ਕਰ ਕਰਾ ਕੇ ਮੁੱਕਰੀ ਦਾ ਨਹੀਂ ਹੁੰਦਾ। ਆ ਜਿੰਨੇ ਤੇਰੇ ਕੋਲ ਸੂਟ ਨੇ ਨਾ, ਇਹਨਾਂ 'ਚੋਂ ਅੱਧਿਆਂ ਤੋਂ ਵੱਧ ਮੇਰੀ ਦਵਾਏ ਹੋਏ ਨੇ। ਆ ਤੁਹਾਡੇ ਨਾਲ ਵਿਆਹ ਕਰਾਕਦਾ ਪਛਤਾ ਰਹੀ ਹਾਂ। ਚੰਗਾ ਹੁੰਦਾ ਮੈਂ ਪਹਿਲੀ ਆਈਲੈਟਸ ਕਰਕੇ ਬਾਹਰ ਚਲੀ ਜਾਂਦੀ। ਹੁਣ ਤੱਕ ਤਾਂ ਕੈਨੇਡਾ 'ਚ PR ਮਿਲੀ ਹੁੰਦੀ ਮੈਨੂੰ, ਨਾਲੇ ਮੇਰੇ ਸਾਰੇ ਸ਼ੌਂਕ ਪੁਗਾ ਲੈਂਦੀ ਮੈਂ ਆਪਦੇ। ਪਤਾ ਨਹੀਂ ਹੁਣ ਕਦੋਂ ਆਜ਼ਾਦੀ ਮਿਲੂ ਇਸ ਕੈਦ 'ਚੋਂ ਮੈਨੂੰ। ਯਾਰ ਲਾਲਾ, ਜਿਹੜੇ ਖੁੱਲ੍ਹੇ ਅਸਮਾਨ 'ਚ ਡਾਰੀਆਂ ਲਾਉਣੀਆਂ ਨੇ ਤੂੰ, ਮੇਰੇ ਵੱਲੋਂ ਯਾਦ ਆ ਪਗਾਲ ਆਪਦੇ ਸ਼ੌਂਕ ਜਿਹੜੇ ਪਗਾਉਣੇ ਨੇ। ਕੋਈ ਨਾ, ਹੁਣ ਤੂੰ ਰੱਖ ਆਪਦੇ ਪੈਸੇ ਸਾਂਭ ਕੇ। ਹੁਣ ਮੈਂ ਉਡਾਰੀ ਆਪਦੇ ਦਮ 'ਤੇ ਲਾਊਂਗੀ, ਫਿਰ ਤੂੰ ਦੇਖਦਾ ਰਹਿ ਜਾਏਗਾ। ਮੈਂ ਕੀ ਦੇਖਣਾ? ਨਾ ਤਾਂ ਮੇਰੇ ਬਹੁਤੇ ਵੱਡੇ ਸੁਪਨੇ ਹੀ ਨੇ, ਤੇ ਨਾ ਮੈਂ ਬਾਹਰੇ ਜਾਣਾ। ਆਪਾਂ ਤਾਂ ਉਹਦੇ ਘਰੇ ਖੁਸ਼ ਆ। ਤੇਰੇ ਵਰਗਾ ਬੰਦਾ ਹੋਰ ਕਰ ਵੀ ਕੀ ਸਕਦਾ ਹੈ? ਘਰੋਂ 2 ਕੋਟੀ ਦੇ ਨੌਕਰੀ ਤੇ, ਫਿਰ ਨੌਕਰੀ ਤੋਂ ਘਰੇ, ਬਸ ਆਹੀ ਜ਼ਿੰਦਗੀ ਹੈ ਤੇਰੀ। ਬੀਬਾ, ਮੈਂ ਆਪਦੀ ਇਸ ਜ਼ਿੰਦਗੀ ਤੋਂ ਪੂਰਾ ਸੰਤੁਸ਼ਟ ਆ। ਪਰ ਮੈਂ ਹੁਣ ਇਸ ਜ਼ਿੰਦਗੀ ਤੋਂ ਬੋਰ ਹੋ ਚੁੱਕੀ ਆ। ਹੁਣ ਮੈਂ ਆਪਦੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰੂੰਗੀ। ਤਨਵੀਰ, ਰੱਬ ਨੇ ਆਪਾਂ ਨੂੰ ਬਹੁਤ ਵਧੀਆ ਰੱਖਿਆ ਹੋਇਆ, ਤੂੰ ਕਿਉਂ ਨਹੀਂ ਸਮਝਦੀ? ਲੋਕ ਦੁਖੀ ਤੋਂ ਦੁਖੀ ਪਏ ਨੇ, ਆਪਣੇ ਕੋਲ ਹਰ ਸੁੱਖ ਸਹੂਲਤ ਹੈਗੀ। ਨਾ, ਸਮਝ ਤਾਂ ਤੁਸੀਂ ਨਹੀਂ ਰਹੇ। ਮੈਨੂੰ ਇਹ ਦੱਸੋ, ਇੰਨੀਆਂ ਜ਼ਮੀਨਾਂ ਖਰੀਦ ਕੇ ਕਰੋਗੇ ਕੀ? ਮੈਂ ਕਿਹੜੀ ਜ਼ਮੀਨ ਲੈ ਰਿਹਾ? ਜਿਹੜੀ ਜ਼ਮੀਨ ਆਪਣੇ ਕੋਲ ਪਹਿਲਾਂ ਹੈਗੀ ਆ, ਉਹਨੂੰ ਵੇਚ ਕੇ ਉਹਦੇ ਬਦਲੇ ਹੀ ਹੋਰ ਜ਼ਮੀਨ ਲੈ ਰਹੇ ਆ। ਜੇ ਤੁਸੀਂ ਚਾਹੋ ਨਾ, ਆਪਾਂ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਕੱਢ ਸਕਦੇ ਆ। ਪਰ ਤੁਸੀਂ ਮੰਨਦੇ ਕਿੱਥੇ ਹੋ? ਕਿਵੇਂ ਮੰਨਾਂ ਤੇਰੀ? ਹੁਣ ਵੱਡੀ ਗੱਡੀ ਦੀ ਸਾਈ ਦੇਣ ਜਾਵਾਂ? ਨਾ, ਗੱਡੀ ਦੀ ਸਾਈ ਕਿਉਂ ਦੇਣੀ ਆ? ਆਪਾਂ ਨਵਾਂ ਬਿਜ਼ਨਸ ਸ਼ੁਰੂ ਕਰਾਂਗੇ, ਫਿਰ ਪੈਸੇ ਕਮਾ ਕੇ ਫਿਰ ਗੱਡੀ ਲਵਾਂਗੇ, ਹੈ? ਨਾਲੇ ਕਿਤੇ ਨੌਕਰੀ ਕਰਨ ਦੀ ਵੀ ਲੋੜ ਨਹੀਂ, ਆਪਣੇ ਘਰ ਦਾ ਕੰਮ ਹੋਊਗਾ। ਜਦੋਂ ਆਪਣੇ ਕੋਲ ਪੈਸੇ ਹੋਏ ਉਦੋਂ ਦੇਖਾਂਗੇ, ਫਿਰ ਹਾਲ ਤਾਂ ਕੁਛ ਹੈ ਹੀ ਨਹੀਂ, ਫਿਰ ਬਹਿਸ ਕਾਹਦੇ ਵਾਸਤੇ ਕਰ ਰਹੀ ਆ? ਪੈਸੇ ਤਾਂ ਹੁਣ ਆਉਣਗੇ, ਉਹ ਜਿਹੜੀ ਜ਼ਮੀਨ ਵੇਚਣੀ ਹੈ। ਮੈਂ ਹਲੇ ਬੇਬਿਆ ਸਿਰਫ ਸਲਾਹ ਕੀਤੀ ਆ, ਕਿਸ ਤੋਂ ਸਾਈ ਨਹੀਂ ਫੜੀ। ਤੂੰ ਤਾਂ ਐਵੇਂ ਗੱਲਾਂ ਕਰ ਰਹੀ ਆ ਜਿਵੇਂ ਜ਼ਮੀਨ ਦਾ ਬਿਆਨਾ ਵੀ ਹੋ ਗਿਆ ਹੋਵੇ। ਮੈਂ ਵੀ ਤੁਹਾਡੇ ਨਾਲ ਸਲਾਹ ਹੀ ਕੀਤੀ ਆ, ਮੈਂ ਕਿਹੜਾ ਹੁਣੇ ਬਿਜ਼ਨਸ ਸ਼ੁਰੂ ਕਰ ਲਿਆ? ਚਲੋ ਪੈਸੇ ਆਉਣਗੇ ਕਰ ਲਾਂਗੇ ਸ਼ੁਰੂ। ਚਲ ਕੋਈ ਨਹੀਂ, ਜਦੋਂ ਜ਼ਮੀਨ ਵਿਕੂਗੀ ਉਦੋਂ ਦੇਖਾਂਗੇ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਬੇਬੇ, ਮੈਂ ਸੋਚਦਾ ਵੀ ਆਪਾਂ ਜ਼ਮੀਨ ਨਾ ਹੀ ਵੇਚੀਏ, ਉੱਥੇ ਠੀਕ ਆ। ਚੱਲ ਦੇਖ ਲੈ ਪੁੱਤ, ਤੇਰੀ ਮਰਜ਼ੀ ਹੈ। ਕਿਉਂਕਿ ਐਂ ਆ, ਜੇ ਆਪਾਂ ਉੱਥੇ ਜ਼ਮੀਨ ਵੇਚਿਆ, ਇੱਥੇ ਨਾ ਮਿਲੀ, ਫਿਰ ਉਹ ਵੀ ਗਵਾ ਬੈਠਾਂਗੇ। ਹੁਣ ਉਹ ਤਾਂ ਹੈਗੀ ਆਪਣੇ ਕੋਲ। ਬੇਬੇ ਜੀ, ਇਹਨਾਂ ਨੂੰ ਜ਼ਮੀਨ ਗਵਾਉਣ ਦਾ ਡਰ ਨਹੀਂ ਹੈਗਾ, ਇਹਨਾਂ ਦਾ ਡਰ ਮੇਰੇ ਤੋਂ ਲੱਗਦਾ। ਤਾਂ ਹੀ ਤਾਂ ਇਹਨਾਂ ਨੇ ਸਲਾਹ ਬਦਲਤੀ ਜ਼ਮੀਨ ਵੇਚਣ ਦੀ। ਤੇਰੇ ਤੋਂ ਕਾਹਦਾ ਡਰ ਹੈ ਕੁੜੇ? ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਜ਼ਮੀਨ ਵੇਚ ਕੇ ਕੋਈ ਬਿਜ਼ਨਸ ਸ਼ੁਰੂ ਕਰ ਲੈਂਦੇ ਆ, ਫਿਰ ਚਾਹੇ ਦੁੱਗਣੀ ਜ਼ਮੀਨ ਲੈ ਲਿਓ ਜਾਂ ਮੈਂ ਬਾਹਰ ਚਲੀ ਜਾਂਦੀ ਹੈਗੀ, ਹੈ? ਪਰ ਇਹਨਾਂ ਨੂੰ ਗੱਲ ਸਹੀ ਨਹੀਂ ਲੱਗੀ, ਤਾਂ ਇਹ ਤਾਂ ਹੁਣ ਕਹਿੰਦੇ ਨੇ ਵੀ ਜ਼ਮੀਨ ਨਹੀਂ ਵੇਚਣੀ। ਪੁੱਤ, ਜ਼ਮੀਨ ਦੀ ਵੀ ਤਾਂ ਆਮਦਨ ਆਉਂਦੀ ਉਹ ਹੈ, ਇਹ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਹੈ, ਹਾੜੀ ਸੌਣੀ ਠੇਕਾ ਆ ਜਾਂਦਾ। ਬੇਬੇ ਜੀ, ਜਿੰਨਾ ਹੋਰ ਬਿਜ਼ਨਸ 'ਚੋਂ ਪੈਸਾ ਆਉਂਦਾ ਨਾ, ਉਹਨਾਂ ਜ਼ਮੀਨ ਦਾ ਠੇਕਾ ਨਹੀਂ ਆਉਂਦਾ। ਪੁੱਤ, ਜ਼ਮੀਨ 'ਚ ਕੋਈ ਘਾਟਾ ਤਾਂ ਪੈਂਦਾ ਨਹੀਂ, ਹਾੜੀ ਸੌਣੀ ਠੇਕਾ ਆ ਹੀ ਜਾਣਾ, ਬਿਜ਼ਨਸ ਤਾਂ ਘਾਟੇ ਬਥੇਰੇ ਪੈਂਦੇ ਨੇ। ਚਲੋ ਭਾਈ, ਰੱਖੋ ਹੋਰ ਦੀ ਜ਼ਮੀਨ ਸਾਂਭ ਕੇ, ਮੈਂ ਕਿਹੜਾ ਧੱਕੇ ਨਾਲ ਬਕਾ ਰਹੀ ਹਾਂ। ਪੁੱਤ, ਨਾਲੇ ਤੂੰ ਇੰਨਾ ਗੁੱਸਾ ਕਾਹਤੋਂ ਚੜਾਇਆ? ਅਸੀਂ ਤਾਂ ਹਜੇ ਮਾਂ ਪੁੱਤਰ ਸੁਭਾਅ ਕੇ ਗੱਲ ਕਰਦੇ ਤੇ, ਹਜੇ ਕਿਹੜਾ ਕਿਸੇ ਡੀਲਰ ਨਾਲ ਗੱਲ ਕਰੀ ਹੈ ਵੀ ਜ਼ਮੀਨ ਵੇਚਤੀ। ਆ ਤੁਹਾਡੇ ਇੱਕ ਸਲਾਹ ਬਦਲ ਨਾਲ ਨਾ ਮੇਰੇ ਲੱਖਾਂ ਸੁਪਨੇ ਚੂਰੋ ਚੂਰ ਹੋ ਗਏ। ਮੈਂ ਸੋਚਿਆ ਸੀ ਆਪਣੇ ਖੁਦ ਦਾ ਬਿਜ਼ਨਸ ਹੋਊਗਾ, ਕਿਉਂ ਕਿਸੇ ਨੇ ਧੱਕੇ ਖਾ ਜਾਵਾਂਗੇ ਨੌਕਰੀ ਕਰਨਾ। ਪੁੱਤ, ਜੇ ਤੈਨੂੰ ਨੌਕਰੀ ਕਰਨੀ ਔਖੀ ਲੱਗਦੀ ਹੈ, ਪਰਾਂ ਛੱਡ ਦੇ, ਨਾਲੇ ਆਪਣੇ ਕਿਹੜਾ ਕੋਈ ਖਰਚੇ ਦਾ ਔਖਾ ਹੈ, ਸੁੱਖ ਨਾਲ ਘਰ ਦੇ ਖਰਚੇ ਜੋਗੀ ਤਾਂ ਜ਼ਮੀਨ ਦਾ ਠੇਕਾ ਆ ਜਾਂਦਾ। ਆਹੋ, ਆ ਜਿਹੜੀ ਬਚੀ ਕੁਚੀ ਜ਼ਿੰਦਗੀ ਹੈ ਉਹ ਨੌਕਰੀ ਛੱਡ ਕੇ ਬੋਰ ਬਣਾ ਲੈਂਦੀ ਆ, ਹਨਾ? ਆ ਬੰਨੇ ਤੁਹਾਡੇ ਮੂਹਰੇ ਹੱਥ, ਆਪਦੀਆਂ ਸਲਾਹਾਂ ਆਪਦੇ ਕੋਲੇ ਰੱਖੋ, ਮੈਨੂੰ ਤੁਹਾਡੀ ਕਿਸੇ ਸਲਾਹ ਦੀ ਲੋੜ ਨਹੀਂ। ਬੇ ਪੁੱਤ, ਤੂੰ ਇਹਨਾਂ ਜ਼ਮੀਨ ਵੇਚਣ ਵਾਲੀ ਗੱਲ ਕਾਹਨੂੰ ਕਰਨੀ ਸੀ? ਤੈਨੂੰ ਪਤਾ ਤਾਂ ਹੈਗਾ ਇਹਦਾ, ਇਹ ਗਰਾਰੀ ਬਾਜ਼ ਹੈ, ਹੁਣ ਇਸੇ ਗੱਲ ਪਿੱਛੇ ਦੁੱਸ ਜੂਗੀ, 2 ਮਹੀਨੇ ਮੂੰਹ ਫੁਲਾਈ ਫਿਰੀ ਜਾਊਗੀ। ਬੇਬੇ, ਮੈਂ ਤੁਹਾਨੂੰ ਇਹਦੇ ਨਾਲ ਕੋਈ ਗੱਲ ਕੀਤੀ ਆ? ਇਹਨੇ ਤਾਂ ਆਪਾਂ ਨੂੰ ਗੱਲਾਂ ਕਰਦੇ ਨੂੰ ਖੁਦ ਸੁਣਿਆ, ਮੈਨੂੰ ਕਹਿੰਦੇ ਜ਼ਮੀਨ ਵੇਚ ਕੇ ਮੈਨੂੰ ਵੱਡੀ ਗੱਡੀ ਲੈ ਕੇ ਦਿਓ। ਅੱਛਾ, ਨਾ ਹੁਣ ਇਹ ਬਿਜ਼ਨਸ ਕਾਹਦਾ ਕਰਨ ਨੂੰ ਫਿਰਦੀ ਹੈ? ਬਿਜ਼ਨਸ ਕਾਹਦਾ ਕਰਨਾ ਇਹਨੇ, ਪੈਸੇ ਖਰਾਬ ਕਰਨ ਨੂੰ ਫਿਰਦੀ ਹੈ।
कई जमीन बेच के पैसे मैनू दे दो फिर मैं मनाइया करती करूंगी। भाई एक तो सुभाव होर नहीं चजदा है ना कुछ गल सुन ना सुना किसी ने इदा कहीं जो तुम बिजनेस नहीं करवा लकां पुत पेके घर लाडली रखी हुई मां बापा ने जिन्हें उथे रोह चला कुछ इथे भाल दी अपने घरे मोटे दिमाग दी चल कोई ना पुत मैं देखूंगी समझा के आपे हौली हौली तू ना कलेश बनाई नाले पुत कलेश दर लस्सी का की बधाउणा जिन्ना मर्जी बधा ले शांति नाले रह पुत तू एवें दा बेबे ने अपने घरे कोई नॉर्मल गल भी नहीं कर दिया करनी इहदा फिर हरेक गल दी करारी डालिया करूगी मैं करदा इहदी मां ते इहदे भाई नूं फोन करदा उन्हां बुला के दस दिया भी इह जमीन वक्या के बिजनेस करन नूं करदी है। ना ना पुत रहन दे तू कलेस ना बधा कलेस दा की बधाना पुत जिहड़ा टाइम शांति नाल कढ़िया जांदा कढ ला हौली हौली चुप्पे भली है। ओ बेबे एवें चुप कर करके तां फिर इह तों आपां डरी जावांगे फिर सिर चढ़दी आई जाऊगी। तनवीर पुत मैं तैं पुछदी थी जे साग बनाउणा लिया मां तोड़ के मम्मी मेरे तो नहीं बनाया जाना जे तुसी बना लोगे तो ले आओ। कोई ना पुत ए किड्डी गल है मैं आप बना लेनी है मैं तैं कहनी है तू जे बीमार है पुत तां दवाई लिया जाके हरप्रीत दे नाल चली जा। कोई ना बेबे आपे ठीक हो जाऊंगी नाले दवाई नू की है एवें उहदे पैसे खराब होणगे। ओ चल पुत रहण दे हुण छड्ड भी दे गुस्से नू तू तां उही गल्लां दा गुस्सा करी बैठी है नाले हरप्रीत ने तैनूं कुछ गलत कहा नहीं हैगा उह तां तैनूं वैसे ही समझा रहा सी पुत। मैं समझण नूं बेबे कड़ा मैं पागल हाँगी मैं भी तैनूं समझा ही रही सी पर मेरी गल नूं समझ कित्थे आउंदी है। जे पुत तू बाहर भी जावेंगी उत्थे भी तां किन्नी मेहनत करनी पऊगी उत्थे कड़ा सौखे कमाए जाणगे पैसे इत्थे देख तैनूं किन्ना आराम है नाले जे तू ड्यूटी तों आउनी है घरे आ के आराम भी करदी है बिंद झट कोई टेंशन तां नहीं हैगी तेरे दिमाग ते। उत्थे जे कम वध करना पैंदा तां कम दा मुल वी पैंदा बेबे इत्थे 10-15 हज़ार तनखाह लैके की बणदा उत्थे 2 लख बणदा महीने दा। पुत जे उत्थे 2 लख बणदा है उत्थे खर्चे भी किन्ने ने नाले उत्थे 2 लख ऐ सौखा नहीं बणदा हैगा वी 5-7 घंटे च बण गया उत्थे सवेर तों लैके शाम तक शिफ्टां लाउणियां पैंदियां ने बहुत मेहनत करनी पैंदी है। बेबे कम दा कोई चक्कर नहीं वध वी करिया जांदा जदों पता हो वी शौक पगाए जांदे ने इत्थे 10-15 हज़ार जिहड़ा मिलदा ओह वी बैंक च जमा करवाउणा हुंदा। तू पुत अपनी तनखाह जमा ना करवाया कर तू अपनी तनखाह नाल अपने शौक पूरे कर लिया कर नाले असीं कहा तैनूं कहिंदे आ वी तू तनखाह जमा करवा तू तनखाह जमा ना करवा अपने शौक पूरे कर अपनी खुशी नाले जमा करवाउणी आ तू। जे मैं आपदे शौक आप ही कमा कमा पूरे करने ने फिर उहनूं ब्याह करवाउण दा की फायदा होया फिर तां मैं कमाई रह के वी आपदे शौक पगा सकदी सी फिर कहिंदा मैं नौकरी नहीं मिलनी। चल पुत तू ऐं कर मैनूं दस तेरा किहड़ा शौक है ओह पूरा कर दईए मैं हरप्रीत नूं कह देनी है तेनूं सारा समान लिया दूगा तू अपने शौक ना मार। बेबे तुसी कड़ा न्याणे हो थोनू नहीं सी पता भी मैं की कह रही सी। ओ तां काहदा शौक है ए तां पुत तू जिद कर रही सीगी भी जमीन वेच के मैनूं कोई कम तोड़ के दबो। बेबे ए जिद काहदी हैगी पैसा कमाउण लई पैसा लाउणा ही पैंदा पैसे नूं पैसा ही कमाउंदा पैसे नूं पैसा तां बणाउंदा ए तां गल ठीक है पर पुत जिहड़ी प्रॉपर्टी बणी होई है अपनी ओह काहतों गवाउणी है। बेबे लोकां कोले कड़ा 25 लख तां नहीं पिआगा ओह वी तां जमीनां वेच वेच के बाहर जा ही रहे ने आपां उरे 25 लख ला के बिजनेस तोड़ सकदे। पुत इत्थे कम तां तोड़ लईए पर रिस्क बहुत है जे कम तोड़ लिया ओह चलिया ना फिर पुत अपनी जमीन भी गवाई जाऊगी। लोक भी तां रिस्क ले बाहर जांदे ही ने उहनां नूं कड़ा बाहरली सरकार लिख के दिंदी हैगी वी तुहानूं आउंदे सार पैसे डबल करके दे दूंगी। इत्थे पैसे खराब करन नालों तां भाई तू बाहर ही चली जा लावांगे पैसे औखे सौखे। बेबे तुस तां इह गल कहती पर ओह ओह कित्थे राजी होणगे मेरे बाहर जाण ते। कोई ना हरप्रीत नूं मैं आपे समझा दूंगी तू कर ला आईलैट्स लग पढ़न आईलैट्स दी फीस तां मैं बेबे आपे भर लूंगी बस जिहड़े मेरे बाहर जाण ते पैसे लगणगे तुसीं ओह ला दिओ बाद च मैं कमा कमा आपे मोड़ दूं तुहानूं। लै कुड़े असीं कोई बगाने आ वी तूं पैसे वापस करेंगी को उत्थे जा के बगानी बणन दी सलाह है तेरी। नहीं नहीं बेबे मेरा ओह मतलब नहीं मैं तां कहनी आ वी तुसीं मेरे ते इन्ना पैसा लाउंगे फिर मेरा वी तां फर्ज बणदा पैसा कमा के दिखाउण दा। बस तूं अपना ही खर्चा चलाई जाई
अपने शौक पूरे कर ली भाई, साढ़े को इतने बथेरा खुश है, नाले असं की करने ने पैसे, जो आएगा ठीक है। मैं उतो डालर भेज दिया करूंगी, फिर तुम भी अपने शौक पूरे कर लियो, वधिया वधिया गड्डिया च घूमया करो। चल पुत, मैं साग लिया फिर बना भी होगा, कबेड़ा होंगे जाता। बेबे तुम साग तोड़ लियो, बना मैं आप ही लाऊंगी। नहीं पुत, तेरा सिर दुखदा है, तू आराम कर ले, मैं आपे बना लूंगी साग कोई ना। नहीं नहीं बेबे, हुण तो मैं कुछ ठीक लग रहा है, तुम साग तोड़ लियो, बना मैं आपे लाऊंगी। चल कोई ना, मैं साग लिया फिर टाइम नाल बनाया जाऊगा पुत। हेलो, गुड इवनिंग सर। हाँ जी, मैं तो फोन किया सर तुहानू, एक्चुअली मैं जॉब तो रिजाइन देना है। नहीं सर, मैं जॉब कंटिन्यू नहीं कर सकती। नहीं नहीं सर, तुहाडे वल्लों कोई प्रॉब्लम नहीं, एक्चुअली मेरे ही घर कोई इशू है जी। हाँ जी हाँ जी, पर्सनल प्रॉब्लम है। थैंक यू सर, थैंक यू जी। या फिर रिश्ता कराने वेले गल करदी वी मैं तां बाहर जाऊंगी, फिर मैं तेरा रिश्ता ना लैंदा। कोई नहीं, हुण तां मैं बाहर चली जाऊंगी, फिर तुसीं उस कुड़ी नाल विआह करा लिओ जिहड़ी थोड़े नाल सबर संतोख नाल दिन कट सके। तेरी मत च फर्क पै गया, होर गल कोई नहीं हैगी, तां पैसा खराब करना ही करना, सवाह तां कोई बाहर जाके वी नहीं लड़ाउणी। मैं थोड़ी मेरे नाल जिद की है, ना तुसीं मैनूं इत्थे कुछ करन दिंदे हो, ना बाहर जाके कुछ करन दिंदे हो। इत्थे तेनूं नौकरी ते लगवा रख्या, होर की करां। मैनूं नहीं लोड़ इहदी नौकरी दी, तुसीं ओह करी जाओ, मेरे सुपने तो बहुत बड़े ने। आपकी औकात तो वध के सुपने देखे नहीं कदे सच होंदे, जिन्नी की औकात होवे उन्नी सुपने देखने चाहिए ने। मेरी औकात मेरे सुपनों तो कितने वड्डी है, जो करदी हां सोच समझ के करदी हां। जे तू सोच समझ के चलदी हुंदी तां बाहर दी प्लानिंग करन दी बजाय फैमिली प्लानिंग करदी, पर तैनूं तां पता नहीं किहड़ा खजाना चाहीदा। अच्छा, तुहाडा मतलब है वी मैं जवाक जम के अपनी जिंदगी खराब करदा, मेरी जिंदगी तां रुली रही है। जिन्ना चिर मैं अपने पैरों से स्टैंड नहीं ना होंगी, उन्ना चिर तो मैं जवाक बारे सोचती तक नहीं। जे तुम नौकरी से लग के भी रोल रही हाँ, फिर उन्होंने लोगों का की हाल होना जिहड़े हाले तक भी बेरोजगार फिरते हैं। देखो जी, सब की अपनी अपनी सोच होंगी है, जिन्हों जो सही लगता वह करता है, थोनों जो सही लगा तुम करते हो, हूँ जो मैं सही लगू मैं कर लू। तू बहुत व्डे भुलेखे पाली फिर भी, तू उ जाके ऐश करेंगी, पर पता तेन उदो लगू जो तू बाहर चली गई, फिर याद आऊ इत इस तरह। जो मर्जी हो जाए, हूं तो मैं बाहर जाके रहना, तुम रहो अपने प्यारे भारत च। मैं कला भारत ही नहीं प्यारा, मैं इस घर की इट इट नाल भी प्यार, रिश्तों नाल भी, तेरे वर्गी मतलबी सोच नहीं रखता मैं। जे मतलबी सोच नाल आपका सुनहरा भविख बन रहा हो ना, तो यह जी सोच रखना कोई माड़ी गल नहीं। चल कोई नहीं, रख फिर तू आपकी यह सोच सामभ के, रिश्ते सामभने तो तेन आते नहीं। कि रिश्ते की गल कर रहे हो, वह रिश्ते ही कहते जेडे सामभ सामभ रखने पैण। जो धागे की नीयत ना हो मोतियां सामभ के रखने की, फिर माला ने तो बिखरना ही है। धागा मजबूत होना चाहिए, की मजाल है भी मोती बिखर जान। फिर तेन यह भी पता होना भी जो भी हाथ से कैंची लैके खड़ा हो, फिर धागा जिन्ना भी मर्जी मजबूत हो कटे ही जाता है, तो माला भी बिखरे जाती है। बेबे तनवीर नूं तैं कहा भी आईलैट्स कर ला। हाँ मैं कहा, पुत्तो नूं आईलैट्स करे लैण दे, नहीं तो अपने नाल हर टाइम प्रेस करूगी ओह। बेबे वह तो पागल हैगी वा, तू क्यों पागल बनी है, वह इन्निया फरमाइशा ला के मैं नौकरी दिलवाया सी। फिर पुत्तो आप कर भी की सकते हैं, जब वह कहनी मैं नौकरी करनी ओ नहीं हैगी। बेबे जो वह इतने आरामदायक नौकरी नहीं कर सकती, फिर उन्हें बाहर जाके की कमाना, एवं पैसे खराब करने का चाओ। गल तो तेरी ठीक है पुत, पर करिए भी की, वह तो कहनी मैं आईलैट्स की फीस आपे भर लूंगी, जेडे कहनी मेरे तो बाहर जाने पैसे लाऊंगे, कहनी मैं थोड़े तार दूंगी। उन्हें की उतारने ने, मैं पता ही है जो तो इतने नहीं कोई सुभाव उठती, उत्थे ने की करना, वह तो खर्चे भी अपने तो मंगया करूगी। पुत फिर वह तो इतने भी पैसे खराब करूगी, इतने कड़ा बिजनेस चलिया ही पे है। मैं एवं जमीन की गल तोर के पंगा छेड़ लिया। तैं कानू तोरी थी गल, पुत जमीन की गल तो मैं शुरू करी सी, इन्हें सुन ली कि जमीन बेचने की गल तो बेबे मैं ही करी सी, नाले जमीन नहीं बेची, नाले खाम खा का खर्चा खड़ा कर लिया। नौकरी तो पुत तैं फरमाइशा ला के लाई है, आईलैट्स कितने कड़ लूगी, खर्चा तो अपना ता होगा जो आईलैट्स पास कर लूगी।
बेबे आईलैट्स का की है, आईलैट्स का हरेक कट लेंदा है, 6-7 बैंड लैके फिर कहूगी लाओ मेरी फाइल, फिर पट्टू 20-25 लाख नूं। पुत पता समझा के देख ली, होर कर भी की सकते हैं। मैं तेनों कहा ही सी भी आपां इहदे घरदिआं नूं बुला के कह दिंदे आ, पर तू ही नहीं मनी। पुत मैं तो तेनों तां रोकी गई, मैं आखा कानू कलेश बधाउणा, कलेश दा मूंह काला हुंदा, हर वक्त कलेश घर च चंगा नहीं हुंदा पुत। चलो कोई नहीं, लाओ फिर पैसे उहदे आईलैट्स ते, बाहर जाण ते ला दिओ फिर। हेलो, हाँ तनवीर की हाल आ? वधिया, तू सुना किवें आ? मैं भी वधिया। राणा एक गल पुछा, तू फाइल लाती कि ना? अजे फाइल तो ता लाऊंगी यार जे आईलेट्स क्लियर होगी। क्यों आईलेट्स क्लियर का तो नहीं हुई? पता नहीं यार, मैं पढ़ती भी बहुत रही हूं। हुन फिर की कर दी है? यार हुन भी आईलेट्स ही कर दी हूं, दोबारा फीस भरी है। अच्छा, मैं भी यार सोच ही रही हूं कि मैं भी आईलेट्स कर लवां। हां हां कर ले, पर यार तेरी सेटिंग नहीं आनी है, तू तो नौकरी कर रही है। एक्चुअली ना नौकरी तो मैं छड़ती, मैं भी बाहर जाने बारे सोच रही हूं। चल फिर बढ़िया, फिर तो आईलेट्स आप दोनों इकट्ठे कर लेंगे। हां हां, मैं भी तेनों ताही फोन किया सी भी जिथे तू की है मैं भी उत्थी कर लूंगी, पर मैनू की पता सी भी आप कट्ठी करांगे। हो यार देख ले, ते तो पहला आईलेट्स कर रही सी, देख किस्मत ने अपन दोनों कट्ठे करता। सच एक गल दसनी भूल गई, गुरी भी उत्थी लग्या है जिथे मैं आईलेट्स कर रही हूं। गुरी? गुरी कौन? हाय नी किन्ना बदल गई, तो ब्याह करा के अपने पुराने प्यार नूं भुल गई, पर भुलना ही सी दिले जिदे प्यार जो करदा तेनू इन्ना। नहीं नहीं ਇਹ ਗੱਲ ਨਹੀਂ ਹੈਗੀ, ਬਸ ਉਂਝ ਮੇਰੇ ਦਿਮਾਗ 'ਚ ਆਇਆ ਨਹੀਂ। ਚੱਲ ਹੁਣ ਤੇਰੇ ਦਿਲ ਦਿਮਾਗ 'ਚ ਰਿਹਾ ਕਰੂਗਾ, ਹਰ ਰੋਜ਼ ਤੂੰ ਮਿਲਿਆ ਕਰੇਂਗੀ ਹੁਣ। ਨਹੀਂ ਨਹੀਂ ਰਾਣੋ, ਫਿਰ ਨਹੀਂ ਮੈਂ ਉੱਥੇ ਲੱਗਣਾ ਜੇ ਉਹ ਵੀ ਉੱਥੇ ਆਈਲੈਟਸ ਕਰ ਰਿਹਾ। ਪਾਗਲ ਆਈਲੈਟਸ ਥੋੜਾ ਕਰਦਾ, ਉਹ ਤਾਂ ਆਈਲੈਟਸ ਵਾਲਿਆਂ ਨੂੰ ਪੜ੍ਹਾਉਂਦਾ। ਚਾਹੇ ਉਹ ਪੜ੍ਹਦਾ ਜਾਂ ਪੜ੍ਹਾਉਂਦਾ, ਫਿਰ ਵੀ ਨਹੀਂ ਮੈਂ ਲੱਗਣਾ ਉੱਥੇ। ਨਾਲੇ ਮੈਂ ਵੀ ਤਾਂ ਉੱਥੇ ਹਾਂ, ਨਾਲੇ ਉਹ ਤੈਨੂੰ ਕੀ ਕਹੂਗਾ, ਉਹਨੂੰ ਪਤਾ ਹੀ ਹੈ ਤੂੰ ਮੈਰਿਡ ਆ। ਨਹੀਂ ਨਹੀਂ ਰਾਣੋ, ਫਿਰ ਨਹੀਂ, ਐਵੇਂ ਤਾਂ ਔਖਾ ਜਿਹਾ ਹੁੰਦਾ ਯਾਰ ਇੰਨੇ ਟਾਈਮ ਬਾਅਦ ਇੱਕ ਦੂਜੇ ਨੇ ਮੱਥੇ ਲੱਗਣਾ। ਨਾਲੇ ਉਹ ਵੀ ਕੀ ਸੋਚੂ, ਉਹਨੂੰ ਵੀ ਹਰਟ ਹੋਊਗਾ ਵੀ ਜਾਣ ਕੇ ਲੱਗੀ ਹੋਣੀ ਮੈਨੂੰ ਤੜਫੋਣ ਇੱਥੇ। ਤੈਨੂੰ ਤਾਂ ਪਤਾ ਵੀ ਨਹੀਂ ਉਹ ਉੱਥੇ ਲੱਗਿਆ ਹੋਇਆ, ਤੈਨੂੰ ਤਾਂ ਮੈਂ ਦੱਸਿਆ। ਉਹ ਵੀ ਤਾਂ ਫਿਰ ਐਂ ਸੋਚੂਗਾ ਨਾ ਵੀ ਤੂੰ ਦੱਸ ਕੇ ਲਵਾਇਆ ਹੋਣਾ ਮੈਨੂੰ ਉੱਥੇ। ਨਹੀਂ ਨਹੀਂ ਤਨਵੀਰ, ਤੂੰ ਇੰਨੀ ਸੀਰੀਅਸ ਨਾ ਲੈ, ਉਹ ਹੁਣ ਕਿੱਥੇ ਕੀ ਸੋਚੂਗਾ, ਤੂੰ ਵੀ ਤਾਂ ਭੁੱਲੀ ਬੈਠੀ ਆ, ਉਹ ਵੀ ਭੁੱਲਿਆ ਬੈਠਾ ਹੋਊਗਾ। ਨਹੀਂ ਮੈਂ ਤਾਂ ਫਿਰ ਕੋਈ ਹੋਰ ਇੰਸਟੀਟਿਊਟ ਦੇਖਦੀ ਹਾਂ। ਲੈ ਯਾਰ ਹੁਣ ਤੂੰ ਅੱਡ ਹੋਣ ਵਾਲੀਆਂ ਗੱਲਾਂ ਕਰਦੀ ਆ, ਇੰਨਾ ਟਾਈਮ ਤੋਂ ਆਪਾਂ ਇਕੱਠੀਆਂ ਪੜ੍ਹਦੀਆਂ ਆਈ ਆ। ਉਹ ਨਹੀਂ ਯਾਰ ਅੱਡ ਕਿਉਂ ਹੋਣਾ, ਜਿੱਥੇ ਮੈਂ ਲੱਗੂੰਗੀ ਉੱਥੇ ਤੂੰ ਲੱਗ ਜੀ। ਲੈ ਯਾਰ ਮੇਰੀ ਜਿਹੜੀ ਇੱਥੇ ਫੀਸ ਭਰੀ ਪਈ ਆ ਉਹ ਵੀ ਬੇਕਾਰ ਜਾਊਗੀ, ਨਾਲੇ ਹੋਰ ਮੈਨੂੰ ਐਕਸਟਰਾ ਭਰਨੀ ਪਊਗੀ, ਮੇਰੇ ਘਰ ਵਾਲਿਆਂ ਨੇ ਤਾਂ ਮਸਾ ਭਰੀ ਆ। ਚੱਲ ਤੇਰੀ ਮਰਜ਼ੀ, ਫਿਰ ਤੂੰ ਉੱਥੇ ਕਰੀ ਜਾ, ਮੈਂ ਕੋਈ ਹੋਰ ਦੇਖ ਲੈਂਦੀ ਹਾਂ। ਯਾਰ ਮੇਰੀ ਗੱਲ ਸੁਣ, ਗੁਰੀ ਕਿਹੜੇ ਇੰਸਟੀਟਿਊਟ ਦਾ ਮਾਲਕ ਹੈ, ਉਹ ਤਾਂ ਉੱਥੇ ਪੜ੍ਹਾਉਣ ਨੂੰ ਲੱਗਿਆ ਹੋਇਆ, ਜੇ ਇੱਥੋਂ ਹਟ ਕੇ ਉੱਥੇ ਲੱਗ ਗਿਆ ਜਿੱਥੇ ਤੂੰ ਲੱਗੇਗੀ, ਫਿਰ ਕੀ ਕਰੇਂਗੀ? ਉਹਨੂੰ ਕਿਹੜਾ ਪਤਾ ਲੱਗੂ ਫਿਰ ਮੈਂ ਕਿੱਥੇ ਲੱਗੀ ਹੋਈ ਹਾਂ। ਮੈਂ ਇਹ ਨਹੀਂ ਕਹਿੰਦੀ ਉਹ ਜਾਣ ਪੁੱਛ ਕੇ ਉੱਥੇ ਲੱਗੂਗਾ, ਜੇ ਅਚਾਨਕ ਹਟ ਕੇ ਉੱਥੇ ਲੱਗ ਗਿਆ ਫਿਰ ਉਹ ਫੇਰ ਦੀ ਫੇਰ ਦੇਖੀ ਜਾਊ, ਹਲੇ ਤਾਂ ਉਹ ਉੱਥੇ ਹੈ। ਯਾਰ ਇੰਜ ਕਿਉਂ ਕਰਦੀ ਹੈ, ਤੂੰ ਲੱਗ ਜਾ ਉੱਥੇ, ਅਬ ਨਾਲੇ ਆਪਾਂ ਦੋਨਾਂ ਦਾ ਦਿਲ ਲੱਗਿਆ ਰਹੂਗਾ। ਦੇਖ ਰਾਣੋ, ਨਾ ਤਾਂ ਗੁਰੀ ਸਾਹਮਣੇ ਮੈਥੋਂ ਪੜਿਆ ਜਾਣਾ ਤੇ ਨਾ ਉਹ ਤੋਂ ਪੜਾਇਆ ਜਾਣਾ, ਕੀ ਫਿਰ ਉਹ ਪੁਰਾਣੇ ਜ਼ਖਮਾਂ ਛੇੜਨ ਦਾ। ਯਾਰ ਮੈਂ ਹੀ ਗਲਤੀ ਕਰਤੀ ਤੈਨੂੰ ਦੱਸ ਕੇ, ਮੈਂ ਦੱਸਣਾ ਹੀ ਨਹੀਂ ਸੀ ਵੀ ਉਹ ਉੱਥੇ ਪੜ੍ਹਾਉਂਦਾ, ਜੇ ਤੇਰੀ ਫੀਸ ਭਰੀ ਹੁੰਦੀ ਨਾ ਤੂੰ ਹਟ ਵੀ ਨਹੀਂ ਸਕਦੀ ਸੀ। ਐਡੀ ਗੱਲ ਵੀ ਨਹੀਂ, ਮੈਂ ਭਰੀ ਹੋਈ ਫੀਸ ਵੀ ਛੱਡ ਦੇਣੀ ਸੀ। ਦੇਖ ਤਨਵੀਰ, ਜੇ ਤੂੰ ਮੈਨੂੰ ਆਪਣੀ ਭੈਣ ਮੰਨਦੀ ਹੈ ਨਾ ਤਾਂ ਪਲੀਜ਼ ਮੇਰੇ ਕਰਕੇ ਉੱਥੇ ਲੱਗ ਜਾ, ਜੇ ਤੈਨੂੰ ਕੋਈ ਪ੍ਰੋਬਲਮ ਆਈ ਤਾਂ ਤੂੰ ਹਟ ਜੇ। ਚੱਲ ਮੈਂ ਸੋਚੂੰਗੀ ਫਿਰ ਦੱਸੂ ਤੈਨੂੰ, ਠੀਕ ਹੈ? ਸੋਚਣਾ ਨਹੀਂ ਹੈਗੇ, ਮੈਨੂੰ ਐਂ ਦੱਸ ਦੀ ਕਿਸ ਦਿਨ ਆ ਰਹੀ ਹੈ ਫੀਸ ਭਰਨ। ਚੱਲ ਚੰਗਾ ਚੰਗਾ, ਮੈਂ ਦੱਸ ਦੂੰਗੀ। ਚੱਲ ਠੀਕ ਹੈ, ਓਕੇ ਬਾਏ। ਦੱਸ ਆ ਵੀ ਖੁੱਲ੍ਹਾ ਹੀ ਛੱਡਿਆ ਪਿਆ, ਸ਼ੁਕਰ ਕਰ ਇਹ ਡੁੱਲਣਾ ਗਿਆ। ਇੱਕ ਤੱਕ ਨਾ ਤਨਵੀਰ ਵੀ ਬਿਲਕੁਲ ਧਿਆਨ ਹੀ ਨਹੀਂ ਕਰਦੀ ਹੈਗੀ ਆ ਛੋਟੇ ਛੋਟੇ ਕੰਮਾਂ ਦਾ, ਬਚ ਗਿਆ। ਮੰਮੀ ਜੀ। ਹਾਂ ਪੁੱਤ। ਮੈਂ ਅੱਜ ਤੋਂ ਹੀ ਜਾਣ ਲੱਗ ਜਾ ਆਈਲੈਟਸ ਸੈਂਟਰ। ਕੀ ਗੱਲ ਪੁੱਤ, ਤੂੰ ਕੰਮ ਤੇ ਨਹੀਂ ਜਾਣਾ ਹੈਗਾ? ਨਹੀਂ ਮੰਮੀ, ਨੌਕਰੀ ਤੋਂ ਮੈਂ ਹਟ ਗਈ, ਮੈਂ ਕਰਤਾ ਸੀ ਆਪਣੇ ਬੌਸ ਨੂੰ ਫੋਨ, ਤੇ ਅੱਜ ਤਾਂ ਜਾ ਕੇ ਨਾਲੇ ਮੈਂ ਰਿਜ਼ਾਈਨ ਦੇ ਆਉਂਗੀ, ਨਾਲੇ ਫੀਸ ਭਰੇ ਆਉਂਗੀ। ਤੂੰ ਪੁੱਤ ਆ ਮਹੀਨਾ ਤਾਂ ਪੂਰਾ ਕਰ ਲੈਂਦੀ, ਜਿਹੜੇ 15-16 ਦਿਨ ਲੱਗੇ ਹੋਏ ਨੇ ਤੇਰੇ, ਇਹ ਵੀ ਦਿਨਾਂ ਦੀ ਫਿਰ ਤੈਨੂੰ ਤਨਖਾਹ ਵੀ ਨਹੀਂ ਮਿਲਣੀ। ਚੱਲ ਕੋਈ ਨਹੀਂ ਮੰਮੀ, ਤਨਖਾਹ ਨੂੰ ਕੀ ਹੈ, ਉਂਝ ਵੀ ਜੇ ਹਟਣਾ ਹੋਵੇ ਨਾ ਪਹਿਲਾਂ 1 ਮਹੀਨਾ ਪਹਿਲਾਂ ਨੋਟਿਸ ਦੇਣਾ ਪੈਂਦਾ, ਹੁਣ ਹਟ ਵੀ ਇੱਕੋ ਦਮ ਰਹੀ ਹਾਂ। ਚੱਲ ਪੁੱਤ ਤੇਰੀ ਮਰਜ਼ੀ ਆ, ਅਸੀਂ ਤਾਂ ਕੁਛ ਨਹੀਂ ਕਹਿੰਦੇ। ਚਲੋ ਠੀਕ ਹੈ ਮੰਮੀ, ਮੈਂ ਕੰਮ ਨਿਬੇੜ ਕੇ ਫਿਰ ਤਿਆਰੀ ਕਰਦੀ ਹਾਂ ਜਾਣ ਦੀ। ਕੰਮ ਤਾਂ ਫਿਰ ਮੈਂ ਆਪੇ ਕਰ ਲੂੰਗੀ, ਜੇ ਤੂੰ ਜਾਣਾ ਹੈ ਤੂੰ ਪੁੱਤ ਤਿਆਰ ਹੋ ਜਾ ਫਿਰ, ਨਾਲੇ ਹਰਪ੍ਰੀਤ ਨਾਲ ਗੱਲ ਕਰ ਲਈ, ਉਹਨੂੰ ਦੱਸ ਦੀ।
मम्मी कीती सी उन्हां नाल तां गल मैं ओह कड़ा राजी ने मेरे आईलैट्स करन ते फिर पुत धक्के नाल कानू लगना जब तेरा घर वाला ही नहीं मानता हैगा मम्मी ना तो उन्होंने हाँ कीती है ते ना ना कीती है पुत तू ओहदे नाल दुबारे गल कर लै भी मैं लगा कि ना लगा की गल करा मम्मी उन्हां नाल जो भी गल कर दी सीधे मुंह गल नहीं करते उत्तों लैक्चर देने लग जाते हैं फिर भी तेन पुछना तो पौगा पुत नाले बंदे दे कहने तो बाहर चल के रिश्ते नहीं निभदे होंगे बाहर चलने मैं कड़ा कोई गलत काम करन लगी हाँ पढ़ाई करन लगना मेरा तो फर्ज सी पुत तेन समझाना मैं तो तेन समझाता जिन्हें करना कर ला तेरी मर्जी है चल मम्मी मैं फीस भरे आवा इन्हों तो मैं आके गल कर लूंगी नहीं तो मूहरों नन्ने मारन लग जाएंगे चल मैं तैयार हूँ जाके ते हो रोटी वाले भांडे पे होंगे मम्मी तुम मांज लियो कोई ना चक दूंगी पुत मैं हेलो हेलो हाँ जी गुरी बोल रहा गुरी मैं हूँ मैरिड हाँ तेरा फोन करन दा हक ही नहीं बनता मैं करा किसी गलत मकसद फोन किया मैं करा टीचर हाँ ओके हाँ जी दसो फिर की काम है सर काम तो कोई नहीं सी मैं तो फार्म तो नंबर चाके फोन करेगा कई बार ना कई स्टूडेंट गलत नंबर भर देते हैं मैं देखा जी सही है नंबर मैं तो नहीं लगता कोई एवं चैक करता होगा चलो ठीक है जो तुम चैक कर ही लिया ओके बाय सर तनवीर एक गल कहा तेरी आवाज यार जमा नहीं बदली उम्मीद ही आ जिम्मे पहला होंगी सी सर तुसी फोन नंबर चेक करना सी कर लिया सॉरी मैं हूँ बिजी हाँ बेला तो मैं भी नहीं मैनु भी बहुत काम ने करो फिर अपने काम ओके बाय ब्याह करा के यार बदले बहुत गई अज भी नहीं अख मिलाई कदे वो भी टाइम सी तेनू कहनी होंगी सी तेरे अखा च अखा पा के सुकून बहुत मिलता मैं लगता मैं उत्थे लग के पंगा ही लै लिया चल जे ज्यादा परेशान करूंगा फिर मैं हट के कितने होर लग जूंगी पर ऐ नहीं कम बनना राणो नू फोन कर दी हां हेलो राणो की हाल है हाँ हाँ मैं ठीक हाँ अच्छा मैंने एक गल दस अपा जेड़े फार्म ते नंबर भर के आने होंगे इंस्टीट्यूट वाले भला पता कर दें भी वह नंबर से भी यह सही है या गलत है ना ना उन्होंने क्यों चेक करना की गल तू नंबर गलत लिखे ही है ना यार नंबर तो मैं सही भर के ही सी मैनू ना गुरी दी कॉल आई सी मैनू कहना मैं नंबर चेक करने वास्ते तैनू फोन किया ना ना उन्हें तो बहाने सिर की होनी मैनू लगता है तेनू देख के ना पुराना प्यार जाग गया उहदे दिल च यार राणो ये तो फिर तू पंगा ही दवाता मैनू उत्थे लवा के कोई ना आप कल गल कर लेंगे बिना गल तो तू फोन क्यों कर दें आप पूछ लेंगे जो ज्यादा औखा हो आप इंस्टीट्यूट के मालिक को शिकायत कर देंगे ना ना बस शिकायत तो कातों करनी है क्यों किसी रोजगार से लत मारनी आप चल कोई ना उन्हें प्यार नाल समझा देंगे वैसे ना अजे मैं नोटिस किया पढ़ाते पढ़ाते तेन बड़ा प्यार नाल देख रहा सी पता मैं ताइयो नीवी पा के बैठी सी मैं तो यार सचों गलती कर ली इत्थे लग के गलती तू हुण थोड़ा ना कीती है हुण तो तू पढ़न लगी है गलती तो तू उदो कीती सी जो तू उहदे नाल प्यार पाया सी यार तैनू मजाक सुझदे ने मैनू इत्थे टेंशन होई पई है चल चंगा कल नू मिलांगे नाले मसले दा हल कर लांगे चल ठीक है ओके बाय की बनाऊंगे मम्मी अज अज तो दाल बना लेनी है तेरी मनपसंद दा नाले हां आहा भरे आंदी पुत फीस हां मम्मी भरे आंदी फिर वो नौकरी वाले तो नहीं कुछ बोलन लगे भी एकदम का तो छड़ गई काम ना ना कुछ नहीं बोले है उन्होंने मैं दसता सी भी मैं आईलैट्स करन लग गई अच्छा अच्छा मैं तो ऐ कहनी है कि
ਕਿਸੇ ਚੱਜ ਦੇ ਸੈਂਟਰ 'ਚ ਭਰੀ ਪੁੱਤ ਫੀਸ। ਅੱਜ ਕੱਲ੍ਹ ਤਾਂ ਸਾਰੀ ਦੁਕਾਨਾਂ ਜੀਆਂ ਖੋਲ੍ਹੀ ਬੈਠੇ ਨੇ। ਨਹੀਂ ਮੰਮੀ, ਸੈਂਟਰ ਤਾਂ ਬਹੁਤ ਵਧੀਆ, ਉੱਥੇ ਮੇਰੀ ਸਹੇਲੀ ਵੀ ਲੱਗੀ ਹੋਈ ਹੈਗੀ। ਅੱਛਾ, ਉਹਦੇ ਨਾਲ ਹੀ ਵਗ ਜਾ ਕਰੂੰਗੀ, ਉਹਦੇ ਨਾਲ ਹੀ ਆ ਜਾ ਕਰੂੰਗੀ। ਅੱਛਾ ਅੱਛਾ, ਹਾਂ ਪੁੱਤ ਇਹ ਤਾਂ ਗੱਲ ਠੀਕ ਹੈ। ਤੂੰ ਮੇਰੀ ਗੱਲ ਸੁਣ, ਹੁਣ ਤੂੰ ਆਪਣਾ ਪੜ੍ਹਾਈ 'ਤੇ ਜ਼ੋਰ ਦੇ ਦੇ, ਕੰਮ ਤਾਂ ਮੈਂ ਆਪੇ ਕਰ ਲਿਆ ਕਰੂੰਗੀ ਸਾਰਾ ਘਰ ਦਾ। ਹਾਂ ਮੰਮੀ, ਬਹੁਤ ਮਿਹਨਤ ਨਾਲ ਹੁਣ ਬੈਂਡ ਲੈ ਕੇ ਜਾਊਂਗੀ, ਦੇਖੀ ਫਿਰ ਆਪਾਂ ਬਾਹਰ ਵਗ ਜਾਂਗੇ ਸਾਰੇ ਜਾਣੇ। ਚੱਲ ਖੁਸ਼ ਰਹੋ ਤੁਸੀਂ। ਲੈ ਮੈਂ ਕਰ ਦਿੰਦੀ ਹਾਂ ਕੰਮ, ਫੜਾ। ਤੈਨੂੰ ਨਾ ਕਾਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ, ਹੁਣ ਨਾ ਉਹ ਮੈਰਿਡ ਹੈ, ਜੇ ਉਹਦਾ ਘਰ ਵਾਲਾ ਉਹਦੇ ਕੋਲ ਹੁੰਦਾ ਫੇਰ। ਮੈਂ ਕਿਹੜਾ ਇਹਨਾਂ ਨੂੰ ਕੁਝ ਗਲਤ ਬੋਲਿਆ, ਮੈਂ ਟੀਚਰ ਹਾਂ, ਕਾਲ ਤਾਂ ਕਰ ਸਕਦਾ। ਟੀਚਰ ਦਾ ਕੀ ਕੰਮ ਹੈ ਕਾਲ ਕਰਨ ਦਾ, ਜਦੋਂ ਉੱਥੇ ਪੜ੍ਹਨ ਆਉਂਦੀ ਹੈ ਉਹ ਰੋਜ਼। ਤੈਨੂੰ ਪਤਾ ਤਾਂ ਹੈਗਾ ਮੈਂ ਕਿੰਨਾ ਪਿਆਰ ਕਰਦੇ ਤਨਵੀਰ ਨੂੰ, ਮਸਾਂ ਉਹਨੂੰ ਭੁੱਲਣ ਲੱਗਿਆ ਸੀ, ਹੁਣ ਫੇਰ ਅੱਖਾਂ ਸਾਹਮਣੇ ਆ ਗਈ। ਉਹਨੂੰ ਕੀ ਸ਼ੌਂਕ ਹੈ ਤੇਰੀ ਅੱਖਾਂ ਸਾਹਮਣੇ ਆਉਣ ਦਾ, ਉਹ ਤਾਂ ਆਈਲੈਸ ਕਰਦੀ ਹੈ, ਤੂੰ ਹਟ ਕੇ ਕਿਤੇ ਹੋਰ ਲੱਗ ਜਾ। ਮੈਂ ਕਿਉਂ ਹਟਾਂ, ਤੂੰ ਉਹਨੂੰ ਕਹਿ ਰਿਹਾ ਕਿਤੇ ਹੋਰ ਲੱਗ ਜੂਗੀ। ਉਹ ਨਾ ਇੱਥੇ ਲੱਗੂਗੀ, ਜੇ ਤੂੰ ਤੰਗ ਕਰਨਾ ਨਾ ਹਟਿਆ ਤੇਰੇ ਮਾਲਕਾਂ ਨੂੰ ਅਸੀਂ ਸ਼ਿਕਾਇਤ ਕਰਾਂਗੇ, ਉਦੋਂ ਤੈਨੂੰ ਐਂ ਕੱਢਣਗੇ ਜਿਵੇਂ ਦੁੱਧ 'ਚ ਮੱਖੀ ਕੱਢ ਕੇ ਸਿੱਟੀ ਦੀ ਆ। ਮੈਂ ਤਨਵੀਰ ਨੂੰ ਪਾਉਣ ਲਈ ਨਾ ਇਹੀ 1000 ਨੌਕਰੀ ਕਰਵਾਉਣ ਕਰਦਾ, ਤੂੰ ਇੱਕ ਨੌਕਰੀ ਦੇ ਡਰਾਬੇ ਮਾਰਦੀ ਆ। ਤੁਹਾਡੇ ਦੋਵਾਂ ਦੀ ਜ਼ਿੰਦਗੀ ਦੇ ਰਾਹ ਅਲੱਗ ਅਲੱਗ ਨੇ, ਤੂੰ ਵੀ ਮੈਰਿਡ ਹੈ ਤੇ ਉਹ ਵੀ ਮੈਰਿਡ ਹੈ, ਕਿਉਂ ਇੱਕ ਦੂਜੇ ਦੇ ਘਰ ਪੱਟਣੇ ਨੇ? ਯਾਰ ਉਹ ਮੈਰਿਡ ਆ, ਮੈਂ ਤਾਂ ਨਹੀਂ, ਮੈਂ ਤਾਂ ਉਹਦੇ ਲਈ ਅੱਜ ਵੀ ਕੁਆਰਾ ਫਿਰਦਾ। ਅੱਛਾ, ਹਜੇ ਤੱਕ ਤੇਰਾ ਰਿਸ਼ਤਾ ਹੀ ਨਹੀਂ ਹੋਇਆ, ਹੁਣ ਤਾਂ ਤੂੰ ਨੌਕਰੀ ਤੇ ਵੀ ਲੱਗ ਗਿਆ, ਚਾਹੇ ਪ੍ਰਾਈਵੇਟ ਸੀ, ਹੁਣ ਤੱਕ ਤਾਂ ਹੋ ਜਾਣਾ ਚਾਹੀਦਾ। ਰਿਸ਼ਤਿਆਂ 'ਚ ਤਾਂ ਕੋਈ ਘਾਟ ਹੀ ਨਹੀਂ ਸੀ, ਪਰ ਮੇਰਾ ਆਪਦਾ ਮਨ ਨਹੀਂ ਮੰਨਿਆ ਕਿ ਇੱਦਾਂ ਹੋਣ ਨੂੰ, ਜਿਹਨੂੰ ਮੈਂ ਪਸੰਦ ਕਰਦਾ ਸੀਗਾ ਉਹ ਕਿਸੇ ਹੋਰ ਦੀ ਹੋ ਗਈ। ਜਦ ਤੈਨੂੰ ਪਤਾ ਹੈ ਹੁਣ ਉਹ ਹੋਰ ਦੀ ਹੋ ਗਈ, ਕਿਉਂ ਉਹਦੇ ਮਗਰ ਲੱਗਿਆ? ਜਾਂ ਤਾਂ ਮੇਰੇ ਅੱਖਾਂ ਸਾਹਮਣੇ ਨਾ ਆਉਂਦੀ, ਹੁਣ ਤਾਂ ਨਾ ਆਪਣੀ ਜ਼ਿੰਦਗੀ 'ਚ ਲਿਆ ਕੇ ਹਟੂੰਗਾ। ਇਹ ਨਾ ਫਿਲਮੀ ਗੱਲਾਂ ਹੁੰਦੀਆਂ ਨੇ, ਤੂੰ ਚੁੱਪਚਾਪ ਵਿਆਹ ਕਰਾ ਕੇ ਨਾ ਆਪਣਾ ਘਰ ਵਸਾ ਲੈ। ਤੈਨੂੰ ਨਾ ਦਿਲੋਂ ਪਿਆਰ ਕਰੇ ਕਿਸੇ ਨੂੰ ਕੀਤਾ ਹੀ ਨਹੀਂ, ਤਾਂ ਹੀ ਤੈਨੂੰ ਫਿਲਮੀ ਗੱਲਾਂ ਲੱਗਦੀਆਂ ਨੇ। ਹੁਣ ਨਾ ਮੇਰੇ ਕਲਾਸ ਦਾ ਟਾਈਮ ਹੋ ਗਿਆ, ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ, ਹੁਣ ਮੈਂ ਚੱਲਦੀ ਹਾਂ। ਤੇਰੀ ਨਾ ਉਡੀਕ 'ਚ ਖੜਾ ਸੀ ਤੇਰਾ ਰਾਂਝਾ, ਕਹਿੰਦੇ ਮੇਰੀ ਹੀਰ ਨਹੀਂ ਆਈ, ਮੈਂ ਤਾਂ ਕਹਿਤਾ ਉਹ ਤਾਂ ਹਟ ਗਈ। ਰਾਣੋ ਮੈਂ ਤਾਂ ਸੱਚੀ ਹਟ ਹੀ ਜਾਣਾ ਯਾਰ, ਕਿਸੇ ਹੋਰ ਸ਼ਹਿਰ 'ਚ ਲੱਗ ਜਾਣਾ, ਇੱਥੇ ਤਾਂ ਮੈਨੂੰ ਪਰੇਸ਼ਾਨ ਕਰਨੋਂ ਨਹੀਂ ਹਟਣਾ। ਜੇ ਜ਼ਿਆਦਾ ਤੰਗ ਕਰੂਗਾ ਤੂੰ ਆਪਣੇ ਘਰ ਵਾਲੇ ਨੂੰ ਦੱਸ ਦੀ। ਨਹੀਂ 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 ਰਾਣੋ, ਇਹਦਾ ਕੀ ਪਤਾ ਉਹਨੂੰ ਕੀ ਕਹਿ ਦੇਵੇ, ਐਵੇਂ ਸਾਡੇ 'ਚ ਫਰਕ ਪਵਾ ਕੇ ਰੱਖ ਦੂੰ। ਬਾਹਲਾ ਢੀਠ ਆਸ਼ਕਾ ਤੇਰਾ, ਵਿਆਹੀ ਪਰੀ ਦਾ ਵੀ ਨਹੀਂ ਖਹਿੜਾ ਛੱਡ ਰਿਹਾ। ਉਹ ਤਾਂ ਢੀਠ ਹੈਗਾ ਹੀ ਹੈ, ਤੂੰ ਉਸ ਤੋਂ ਵੀ ਢੀਠ ਨਿਕਲੀ ਜਿਹਨੇ ਮੈਨੂੰ ਦੁਬਾਰਾ ਉਹਦੇ ਸਾਹਮਣੇ ਖੜਾ ਕਰਤਾ। ਹੈਲੋ ਹੈਲੋ, ਤੂੰ ਲਾਲ ਨਹੀਂ ਸੀ ਨੂੰ ਕਹਿ ਵੀ ਵਟਸਐਪ ਚੈੱਕ ਕਰ, ਤੋਹਫਾ ਭੇਜਿਆ ਉਹਦੇ ਲਈ। ਗੁਰੀ ਤੂੰ ਕਿਉਂ ਪਰੇਸ਼ਾਨ ਕਰ ਰਿਹਾ ਉਹਨੂੰ, ਕੀ ਦੁਸ਼ਮਣੀ ਹੈ ਤੇਰੀ ਉਹਦੇ ਨਾਲ, ਤੂੰ ਉਹਨੂੰ ਪਿਆਰ ਕਰਨ ਦੀ ਸਜ਼ਾ ਦੇ ਰਿਹਾ। ਹੈਲੋ ਹੈਲੋ, ਲੱਗਦਾ ਫੋਨ ਕੱਟ ਗਿਆ। ਤਨਵੀਰ ਵਟਸਐਪ ਚੈੱਕ ਕਰੀ, ਕਹਿੰਦਾ ਤੋਹਫਾ ਭੇਜਿਆ ਤੈਨੂੰ, ਕਰੀ ਚੈੱਕ ਮਾੜਾ ਜਾ। ਕੀ ਹੋ ਗਿਆ? ਇਹ ਤਾਂ ਮੇਰੀਆਂ ਫੋਟੋਆਂ ਵੀ ਸਾਂਭੀ ਬੈਠਾ। ਸੱਚੀ ਰਾਣੋ ਤੂੰ ਤਾਂ ਮੈਨੂੰ ਮੁਸੀਬਤ 'ਚ ਫਸਾ ਕੇ ਰੱਖਤਾ, ਜੇ ਇਹਨੇ ਮੇਰੀਆਂ ਫੋਟੋ ਕਿਸੇ ਨੂੰ ਦਿਖਾਤੀਆਂ ਮੇਰੇ ਤਾਂ ਖਾਮਖਾ ਇੱਜ਼ਤ ਰੁਲ ਜਾਊਗੀ ਸਾਰੀ। ਜੇ ਇਹਨੇ ਭੇਜਣੀਆਂ ਹੁੰਦੀਆਂ ਨਾ ਹੁਣ ਤੱਕ ਕਿਸੇ ਨੂੰ ਭੇਜ ਦਿੰਦਾ, ਐਵੇਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਵਾਇਰਲ ਕਰਤੀਆਂ ਫਿਰ ਮੈਂ ਕਰੂੰਗੀ ਵੀ ਕੀ? ਆਪਾਂ ਇੰਜ ਕਰਦੇ ਹਾਂ, ਆਪਾਂ ਥਾਣੇ ਰਿਪੋਰਟ ਕਰਾ ਦਿੰਦੇ ਹਾਂ। ਥਾਣੇ? ਫਿਰ ਤਾਂ ਪੁਲਿਸ ਵੀ ਘਰੇ ਪੁੱਛ ਗਿੱਛ ਕਰਦਾ ਹੋਊਗੀ, ਫਿਰ ਤਾਂ ਮੇਰੀ ਹੋਰ ਵੀ ਬੇਇੱਜ਼ਤੀ ਹੋਊ, ਨਾਲੇ ਵੀ ਮੈਨੂੰ ਤਲਾਕ ਦੇ ਦੂਗਾ। ਆਪਾਂ ਐਂ ਕਰਦੇ ਹਾਂ ਉਹਨੂੰ ਕਿਤੇ ਬਾਹਰ ਬੁਲਾ ਲੈਂਦੇ ਹਾਂ, ਪੁੱਛ ਲੈਂਦੇ ਚਾਹੁੰਦਾ ਕੀ ਹੈ, ਐਵੇਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ? ਮੈਂ ਤਾਂ ਚੰਗੀ ਭਲੀ ਨੌਕਰੀ ਕਰਦੀ ਸੀ, ਆਪਦੇ ਪੈਰ 'ਤੇ ਆਪ ਹੀ ਕੁਹਾੜਾ ਮਾਰਿਆ ਮੈਂ, ਆਹ ਸਿਰਫ ਸ਼ੌਂਕ ਪਾਉਣ ਦੇ ਚੱਕਰ 'ਚ। ਦੇਖ ਜੇ ਤੇਰੇ ਤੋਂ ਗੱਲ ਨਹੀਂ ਹੁੰਦੀ ਨਾ ਮੈਂ ਕਰਦੀ ਹਾਂ ਉਹਦੇ ਨਾਲ ਫੋਨ 'ਤੇ ਗੱਲ। ਹੈਲੋ, ਹਾਂ ਗੁਰੀ, ਮੈਂ ਤੇ ਤਨਵੀਰ ਨਾ ਨੇਚਰ ਪਾਰਕ ਪਹੁੰਚ ਰਹੇ ਹਾਂ, ਤੂੰ ਵੀ ਨਾ ਉੱਥੇ ਆ ਜਾ, ਆਪਾਂ ਨਾ ਉੱਥੇ ਬਹਿ ਕੇ ਗੱਲ ਕਰਦੇ ਹਾਂ। ਉਹ ਬੜੀ ਛੇਤੀ ਡਰੀਆਂ, ਮਿਲਣ ਵੀ ਕਾਹਲੀਆਂ ਹੋ ਗਈਆਂ, ਫੋਟੋਆਂ ਤਾਂ ਨਾ ਇਕੱਲਾ ਟ੍ਰੇਲਰ ਸੀ, ਫਿਲਮ ਤਾਂ ਅਜੇ ਰਿਲੀਜ਼ ਕਰਨੀ ਆ।
ਪੂਰੀ ਡਰਦੇ ਅਸੀਂ ਕੋਈ ਨਹੀਂ ਹੈਗੀ ਤੂੰ ਐ ਦੱਸ ਆਉਣਾ ਤਾਂ ਵੀ ਦੱਸ ਨਹੀਂ ਆਉਣਾ ਤਾਂ ਵੀ ਦੱਸ ਜਾਂ ਕਿਤੇ ਫੋਨ ਤੇ ਧਮਕੇ ਦੇਣ ਜੋਗ ਰਹੀ ਐ ਕੋਈ ਨਾ ਕਰੋ ਫਿਰ ਠੀਕ ਆ ਰਿਹਾ ਮੈਨੇਜਰ ਪਾਰਕ ਮਿਲਦੇ ਆ ਰਾਣਾ ਤੈਨੂੰ ਲੱਗਦਾ ਵੀ ਉਹ ਆਊਗਾ ਹਾਂ ਹਾਂ ਆਊਗਾ ਕਿਉਂ ਨਹੀਂ ਮੇਰੇ ਫੋਨ ਤੇ ਗੱਲ ਹੋ ਕੇ ਹਟੀ ਐ ਕਹਿੰਦਾ ਸੀ ਆਉਣਾ ਮੈਂ ਚੱਲ ਦੇਖਦੇ ਆ ਕੀ ਬਣਦਾ राणो मैं तो डर लगी आंदा पता नहीं की बनूंगा तू डर ना यार ज्यादा उड़ूगा ना ऐहे जे लोग मैंने लोट भी करने आंदे ऐहे जा पर्चा पाऊंगी सारी उम्र नहीं होने बाहर आना राणो मैं तेरे वीर ना कोई कलेज गल करनी है तू साइड ते हो जा जेड़ी भी गल करनी है राणो दे सामने होगी मैं बेफालतू लोगों ने मुंह नहीं लगदा कल मैं तेरे नाल करना आया मैं तू क्यों अपनी हरकतों तो बाहर नहीं आता व्याही वरी नु तू तंग कर रहे हैं ऐसे जब पर्चे पोंगे ना सारी उम्र नहीं तू बाहर निकलना तू ऐ करा पार्टी वो आला कर ला दिल खुश तू कर फोटो वायरल फिर ते ना मैं दसूंगी कि मैं किसी की जिंदगी रोली दी है गुरी मैं कदा सोचा भी नहीं सी कि तू इतनी घटिया हरकत करेगा तेरी सोच इन्नी गिर जूगी कि तू ब्लैकमेल करेगा वो सोच तो थोड़ी भी घटी हुई आ देख ला कैज केस फोन कर दिया मेरे देख गुरी जे नौकरी करनी है तो कर ल जो कुछ मर्जी करना पे गुरी मैं ऑलरेडी किसी की हो चुकी हूं क्यों मेरा घर खराब करने फिर जे इतो नहीं जरी आती ना पढ़ती तो मैं अज तो ही हट जानी हाँ जब तेरे लिए इन जिंदगी खराब करती ना थोड़ी होर सी तू कर पढ़ाइया मैं तेरे लिए नौकरी भी छोड़ देना यार कादा मैं आईलेट्स के चक्कर च पै गई खाऊ खा स्यापा ही पा लिया मैं गल च चल की पता हूं बड़ा टाली जाए रब सुख रखे चलिए हूं आप पुत्त तनवीर तेरी पढ़ाई वधिया चलती है नहीं मम्मी मैनू उत्थे कुछ समझ नहीं आउंदा मैं सोच रही हूँ हट ही जावां उत्थों लै पुत्त तेरी इन्नी फीस भरी भी है नाले फीस कहड़ा उन्होंने वापस करनी है हुण फिर उत्थे जाण दा फायदा भी कोई नहीं मम्मी तेरे कुछ पल्ले नहीं पैंदा ऐ तां पुत्त नुकसान हो जूगा तू ऐ कर दो चार दिन होर जाके देख लै खबरां समझ आउण लग जावे एक्चुअली मम्मी मैनू उत्थे दा स्टाफ ही नहीं वधिया लग्गिया लै पुत्त तू अपना पता तां कीता ती सहेली तों आही तां गलती कर ली उसने कहे कहाई लग गई कुछ नहीं पता किता मैं तो हुण होर किसे शहर च लभूंगी जाके सेंटर लै आ पुत्त आ शहर तो अपने नेड़े है जमा पांच मिनट लगते होने मम्मी मैं ना एवें कर दी हाँ मैं दोबारा नौकरी से लग जानी हाँ आईलैट्स कर दी नहीं वर्क परमिट वीजा अप्लाई कर दूंगी लै पुत्त पहला नाले नौकरी छड़ती पहला अपना मन बना लें पक्का भी तू करना की है मम्मी मैनू कड़ा पता सी भी आईलैट्स करे इन अजे पंगे छड़न गए लै असी तो पुत तेन कुछ कहा भी नहीं पंगे कहते छिड़ गए नहीं नहीं मम्मी तुस तो मैंने कुछ नहीं कहा बस आही पंगा जो हो गया सी मैंने उत्थे कुछ नहीं समझ लगती पता नहीं की पढ़ाई जाते हैं हूँ तो पुत तेन उन्होंने नौकरी से भी नहीं रखना कहे पहला बिना दसे छड़ के भज गई थी बिना दसे थोड़ी छड़ी सी मम्मी दस कि हटी सी भी मैं आईलैट्स कर लगना चल फिर कर लै पता खबर रखे लैन चल मैं करके देख दिया फोन मम्मी हैलो सत श्री अकाल सर हाँ जी मैं तनवीर बोल रही हूँ जी सर मैं एक्चुअली ज्वाइनिंग करनी सी दोबारा अच्छा सर
चलो ठीक है सर, कोई गल नहीं जी, कोई गल नहीं। ओके जी। मम्मी उत्थे तां किसे होर कुड़ी ने ज्वाइनिंग कर ली। देख लै पुत्त, नौकरियां कहड़ा मिलदियां ने अजकल, तां ही तां तैनूं कहिंदे सी वी तूं अपनी नौकरी करी चल। मैनूं कहड़ा पता सी मम्मी, मैनूं तां ऐ सी मैं आईलैट्स करके बाहर चली जाऊंगी, मैनूं ऐ थोड़ी पता सी मैं नौकरी करनी है। तनवीर पुत्त तू नौकरी छड्डनी नहीं सी, तू ज्यादा करदी छुट्टी लै लैंदी, जे तैनूं लोड़ पैंदी दुबारे फिर नौकरी कर लैंदी। इक तां तूं ना काली बहुत करदी है, जल्दबाजी ज्यादा कर लैंदी है। हाँ मम्मी मैं तो आही गलती हो गई, मैं छुट्टी ले लेनी सी। तुसी भी हुण कह रहे हो जी आही स्कीम पहला दे देंदे, की पता मैं हटदी ना उत्थों। पुत्त तूं कड़ा साडी मननी सी, तू तो इको जिद ते अड़ी रही, मैं तो आईलैट्स करके बाहर जाना, आईलैट्स करके बाहर जाना। तुसी इक वारी गल कर तां लैंदे मेरे नाल, की पता मैं मन नहीं लैंदी, की पता मेरे बुत्त च पई जांदी कुछ। तनवीर पुत्त तू पहला तां सोचदी नहीं हैगी, फिर बाद च पछताउण लग जानी है, फिर की पल्ले पैंदा पछताए तों, फिर कुछ नहीं बनदा। चल मम्मी जो होना से वो हो गया, मेरे को एक्सपीरियंस तो है ही है, मैं कितने होर रिज्यूम देख के नौकरी ज्वाइन कर लूंगी। प्राइवेट नौकरी सी और कड़ा सरकारी सी। नौकरी चाहे प्राइवेट थी पुत्त, पर सरकारी वर्गी थी, सुख नाल तनखा भी वधिया दंदे थे, वो भी अपने नेड़े थे। चल जड़ा कुछ होना थी हो गया पुत्त हूँ। चल ठीक है मम्मी, मैं अंदर जाके मड़े भांडे मांज दियांगी, तुसी वो दाल चढ़ाई हुई वो देख लियो। हाँ मैं देख के लाउणी आ तड़का पुत्त। सियाणा दी तां कोई सुनदा ही नहीं हैगा, नाले सस्सां तां ऐवें बदनाम हुंदियां ने, ऐवें थोड़ो कहा किसे ने, सियाणे दा कहा औले दा खादा पिछों पता लगदा। आ गए पुत्त। बेबे आई नहीं तनवीर। आ तां गई तनवीर, हुण कहिंदी मैं आईलाइट्स नहीं करनी हैगी, नौकरी ओ करूंगी। उदों तां तावली होई पई सी वी मैं छेती बाहर जाणा। हुण कहिंदी पुत्त मैनूं तां उत्थे कुछ समझ नहीं आउंदा, कहिंदी नहीं तां मैं किसे होर शहर जाके आईलैट्स करूंगी, नहीं मैं तां नौकरी ओ कर लैनी है। हुण नहीं बेबे नौकरी मिलदी, उदों कहा तां हैगा सी उहनूं वी ना छड्ड। इहने तां पुत्त फोन करके वी देख लिया उत्थे, उह तां कहिंदे असीं तां कोई हुण होर कुड़ी रख ली। चलो वधिया होया, हुण जदों घरे रहूगी फिर आऊगी इहदी अगल टिकाणे। बे होर पुत्त कही जी सोहणी नौकरी थी, कमली ने इन्ना सोहणा कम हत्थों कढ़ता। बेबे कमली नहीं हैगी, उह चुस्त वाली बणदी है, बस फिर चुस्ती ओ लगे बहगी। मैं मसा लवाई सी फरमाइसा लवा के, हुण कौन रखूगा इहनूं। पुत्त जे नौकरी ना मिली फिर कोई होर स्यापा खड़ा करूगी, इह टीके तां बैठण वाली है नहीं, इह कहूगी मैं तां बिजनेस करदी आ। बिजनेस करन नूं पैसे इहदा बाप दऊगा, अकल तां इहनूं नौकरी करन दी नहीं आई, बिजनेस की इह सवाह करूगी। बस बुस आई नहीं कोई, मैं सोचा नहीं बस चलदा, अरे सहेली भी नहीं अज कली। मैनू की पता, तेनू पता होना, तंग तो तू ही करता सी। यार मैं तंग थोड़ा करता सी, तेनू पता था है मैं किन्ना प्यार करता सी। अच्छा तेनू हुण ये भी पता होगा भी वह ब्याही हुई है, हुण तंग परेशान क्यों करता उन्हूं। यार जे मेरे सामने ना आउंदी तां मैं सबर करके ना दिन कट्टी जांदा, पर जदों मेरे सामने आ गया मैं तां कला कला पुराना पल सारा कुछ सामने आई जा रहा। ब्याह तो पहला ना गल कोई होर हुंदी है, ब्याह तो बाद ने किसी दा घर खराब कर दीदा। यार मैं उहदा घर क्यों खराब कर रहा, मैं उहनूं कहि रहा वी तूं राख लै, मैं तां उहनूं ऐ कहिणा वी दो प्यार दे बोल बोल पिया करे, होर मैनूं कुछ नहीं चाहिंदा। अच्छा आही थोड़े दो प्यार दे बोल जे उहदे घर वाले नूं पता लग गया, फिर ओह फिर की आ, मैं हैगा मैं आपे देख लूं वी की करना। देख कुरी उहने वी अपना घर वसा लिया, हुण तूं वी घर वसा लै, एवें नहीं खाम खाम किसी दी लाइफ खराब कर दीदी हुंदी। ਕੌਮ ਯਾਰ ਮੈਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਰੱਬ ਨੇ ਫਿਰ ਮੇਰੇ ਸਾਹਮਣੇ ਲਿਆ ਕੇ ਫਿਰ ਮੇਰੇ ਸਾਰੇ ਯਾਦਾਂ ਪੁਰਾਣੀਆਂ ਤਾਜ਼ੀਆਂ ਕਰਤੀਆਂ। ਫਿਰ ਤੂੰ ਹੁਣ ਚਾਹੁੰਦਾ ਕੀ ਹੈ, ਆਪਣੇ ਘਰ ਵਾਲੇ ਨੂੰ ਧੋਖਾ ਦੇ ਕੇ ਤੈਨੂੰ ਮਿਲਣ ਆਇਆ ਕਰੇ। ਜਦੋਂ ਯਾਰ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਫਿਰ ਮਿਲਣ 'ਚ ਹਰਜ ਵੀ ਕੀ ਆ। ਉਹ ਪਿਆਰ ਤੈਨੂੰ ਪਹਿਲਾਂ ਕਰਦੀ ਸੀ, ਹੁਣ ਨਹੀਂ ਕਰਦੀ, ਹੁਣ ਤੇਰਾ ਇਹ ਪਿਆਰ ਇੱਕ ਤਰਫਾ ਆ। ਇਹ ਗੱਲ ਨਾ ਇੱਕ ਵਾਰ ਉਹ ਤੂੰ ਕਹਾ ਦੇ, ਮੇਰੀ ਅੱਖਾਂ 'ਚ ਅੱਖਾਂ ਪਾ ਕੇ ਕਹਿ ਦੇ ਵੀ ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਪਿੱਛੇ ਕਦੇ ਵੀ ਨਹੀਂ ਆਉਂਦਾ ਉਹਦੇ। ਜੇ ਉਹਨੇ ਤੈਨੂੰ ਕਹਿਤਾ ਵੀ ਮੈਂ ਤੈਨੂੰ ਪਿਆਰ ਨਹੀਂ ਕਰਦੀ, ਤੇਰਾ ਵਾਅਦਾ ਪੱਕਾ ਹੈ ਵੀ ਤੂੰ ਉਹਨੂੰ ਤੰਗ ਨਹੀਂ ਕਰਦਾ। ਹਾਂ ਮੇਰਾ ਵਾਅਦਾ ਤੇਰੇ ਨਾਲ, ਮੈਂ ਤੰਗ ਨਹੀਂ ਕਰਦਾ ਉਹਨੂੰ। ਚੱਲ ਮੈਂ ਹੁਣੇ ਫੋਨ ਲਾਉਂਦੀ ਹਾਂ ਹੈਂਡ ਫਰੀ ਕਰਕੇ, ਦੇਖਦੇ ਕੀ ਕਹਿੰਦੀ ਆ। ਫੋਨ ਫੋਨ ਤੇ ਨਹੀਂ ਯਾਰ, ਮੇਰੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇ ਫਿਰ ਮੈਂ ਗੱਲ ਕਰ ਰਿਹਾ। ਸਾਹਮਣੇ ਨਹੀਂ ਉਹ ਆਉਂਦੀ, ਹੁਣ ਤਾਂ ਉਹਨੇ ਸੈਂਟਰ ਵੀ ਛੱਡਤਾ, ਹੁਣ ਇਹ ਭੁੱਲ ਜਾ ਵੀ ਤੂੰ ਸਾਹਮਣੇ ਗੱਲ ਕਰੇਗਾ। ਅੱਜ ਮੇਰੇ ਉਹ ਸਾਹਮਣੇ ਜਾ ਸਕਦੀ, ਮੈਂ ਤਾਂ ਜਾ ਸਕਦਾ, ਕਰਦਾ ਫਿਰੂੰਗੀ ਮਿਲਣ ਦਾ ਹੀਲਾ। ਕਰੋ ਜੀ ਕਰੋ, ਤੁਹਾਡੀ ਮਰਜ਼ੀ ਹੈ। ਹੈਲੋ, ਤੇਰੀ ਆਵਾਜ਼ ਤਾਂ ਨਾ ਮੇਰੇ ਕੰਨਾਂ 'ਚ ਰਸ ਘੋਲਦੀ ਆ। ਦੇਖ ਗੁਰੀ, ਜੇ ਮੈਨੂੰ ਅੱਜ ਤੋਂ ਬਾਅਦ ਫੋਨ ਕੀਤਾ ਨਾ
ਤੇਰਾ ਨੰਬਰ ਬਲੌਕ ਕਰ ਦੇਣਾ। ਉਹ ਕਿੰਨੇ ਕ ਨੰਬਰ ਬਲੌਕ ਕਰ ਲੇਗੀ ਰੋਜ਼ ਨਾ ਨਿਤ ਨਵੇਂ ਨੰਬਰ ਤੋਂ ਫੋਨ ਆਇਆ ਕਰੂਗਾ। ਕੋਈ ਨਹੀਂ ਤੂੰ ਜੋ ਕਰਨਾ ਕਰ ਮੈਂ ਤੇਰਾ ਨੰਬਰ ਬਲੌਕ ਕਰ ਰਹੀ ਆ। ਹੈਲੋ ਹੈਲੋ ਲੱਗਦਾ ਬਲੌਕ ਕਰ ਗਈ ਇਹਦੀ ਏਡੀ ਹਿੰਮਤ ਹੁਣ ਤਾਂ ਮੈਂ ਵੀ ਇਹਨੂੰ ਸਰਪ੍ਰਾਈਜ਼ ਹੀ ਦਊਂਗਾ। ਕੌਣ ਆ ਭਾਈ ਆਉਣੀ ਹੈ ਖੋਲ ਦੀਆਂ ਗੇਟ ਪਤਾ ਨਹੀਂ ਕੌਣ ਆ ਗਿਆ ਤਨਵੀਰ ਪੁੱਤਾਂ ਮੁੰਡਾ ਆਇਆ ਤੇਰੀ ਰਿਸ਼ਤੇਦਾਰੀ ਚ ਚੱਲ ਪੁੱਤ ਮੈਂ ਬਣਾ ਕੇ ਲਿਆਉਣੀ ਆ ਚਾਹ ਪਾਣੀ ਤੁਸੀਂ ਬਹਿ ਜਾਓ ਬਹਿ ਕੇ ਕਰੋ ਗੱਲਾਂ ਆ ਜਾਓ ਅੰਦਰ ਆ ਜਾਓ ਆ ਜਾਓ ਜੀ ਬੈਠੋ ਦੇਖ ਗੁਰੀ ਤੇਰਾ ਇੱਥੇ ਆਉਣਾ ਸਹੀ ਨੀ ਨਾਲੇ ਤੂੰ ਪਤਾ ਕਿਵੇਂ ਕੀਤਾ ਮੇਰੇ ਘਰ ਦਾ ਕਿਤੇ ਤੂੰ ਰਾਣੂ ਨੂੰ ਡਰਾ ਧਮਕਾ ਕੇ ਤਾਂ ਨੀ ਪਤਾ ਕਰ ਲਿਆ ਜਦੋਂ ਤੁਹਾਨੂੰ ਪਿਆਰ ਕਰਦੇ ਹਾਂ ਫਿਰ ਪਤਾ ਲੱਭਣਾ ਕਿੰਨਾ ਔਖਾ ਜੇ ਮੇਰੇ ਘਰ ਚ ਕਿਸੇ ਨੂੰ ਸ਼ੱਕ ਹੋ ਗਿਆ ਨਾ ਤਾਂ ਮੇਰਾ ਘਰ ਬਰਬਾਦ ਹੋ ਜੂਗਾ ਆ ਬੰਨੇ ਤੇਰੇ ਮੂਹਰੇ ਹੱਥ ਤੂੰ ਇੱਥੇ ਚਲਾ ਜਾ ਮੈਨੂੰ ਇੱਥੇ ਆਉਣ ਦੇ ਨਾ ਤੈਂ ਮਜਬੂਰ ਕੀਤਾ ਮੇਰਾ ਨੰਬਰ ਬਲੌਕ ਕਰਕੇ ਮੈਂ ਨੰਬਰ ਬਲੌਕ ਤਾਂ ਕੀਤਾ ਸੀ ਤੂੰ ਬਾਰ ਬਾਰ ਫੋਨ ਕਰ ਰਿਹਾ ਸੀ ਨਾਲੇ ਜੇ ਮੇਰੇ ਹਸਬੈਂਡ ਨੂੰ ਪਤਾ ਲੱਗ ਗਿਆ ਨਾ ਬਹੁਤ ਬੁਰਾ ਹੋਊਗਾ ਤੂੰ ਜਾਣਦਾ ਨਹੀਂ ਉਹਦੇ ਗੁੱਸੇ ਬਾਰੇ ਗੁੱਸਾ ਤਾਂ ਮੇਰਾ ਵੀ ਨਹੀਂ ਦੇਖਿਆ ਡੱਬੇ 'ਚ 32 ਬੋਰ ਦਾ ਕੀਰ ਨੇ ਪਵਾ ਦੂੰਗਾ ਹੁਣ ਤੂੰ ਚਲਾ ਜਾ ਜੇ ਮੇਰੇ ਹਸਬੈਂਡ ਆ ਗਏ ਨਾ ਮੈਂ ਕੀ ਕਹੂੰਗੀ ਵੀ ਕੌਣ ਹੈ ਇਹ ਸਾਡੇ ਤੇ ਸੱਸ ਨੂੰ ਕਿਹੜਾ ਸ਼ੱਕ ਹੋਇਆ ਇੱਕ ਨੇ ਤੇਰੇ ਘਰਵਾਲੇ ਨੂੰ ਕਹਿ ਦੂੰਗਾ ਵੀ ਰਿਸ਼ਤੇਦਾਰ ਆ ਤੇਰਾ ਮੇਰੀ ਸੱਸ ਮੂਹਰੇ ਤਾਂ ਤੇਰਾ ਝੂਠ ਚੱਲ ਗਿਆ ਪਰ ਮੇਰੇ ਹਸਬੈਂਡ ਮੂਹਰੇ ਨਹੀਂ ਚੱਲਣਾ ਉਹ ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਦਾ ਹੈ ਜੇ ਤੇਰੇ ਘਰਵਾਲੇ ਮੈਂ ਮਾਰੇ ਦਵਾਂ ਫਿਰ ਤਾਂ ਹੋਏਗੀ ਸਾਰੀ ਮੁਰਲੀ ਮੇਰੀ ਗੁਰੀ ਪਾਗਲ ਵਾਲੀਆਂ ਗੱਲਾਂ ਨਾ ਕਰ ਚੁੱਪ ਚਾਪ ਚਲਾ ਜਾ ਕਿਉਂ ਮੇਰਾ ਦੁਸ਼ਮਣ ਬਣਿਆ ਤੂੰ ਦੁਸ਼ਮਣ ਨਾ ਤੇਰਾ ਮੈਂ ਨਹੀਂ ਬਣਿਆ ਤੇਰੇ ਘਰ ਦੇ ਬਣੇ ਸੀ ਮੇਰੇ ਜਿਹੜਾ ਤੈਨੂੰ ਮੈਨੂੰ ਤੋਂ ਵੱਖ ਕੀਤਾ ਸੀ ਗੁਰੀ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਸੀ ਵੀ ਆਪਣਾ ਵਿਆਹ ਹੋ ਜੇ ਪਰ ਜਦੋਂ ਕਰਦੀ ਨਹੀਂ ਮੰਨੇ ਤਾਂ ਮੈਂ ਕਰਦੀ ਵੀ ਕੀ ਤੈਨੂੰ ਨਾ ਮੈਂ ਉਦੋਂ ਵੀ ਕਿਹਾ ਸੀ ਮੇਰੀ ਹੋ ਜਾ ਆਪਣੇ ਮਾਂ ਬਾਪ ਛੱਡ ਦੇ ਪਰ ਤੈਨੂੰ ਹੁਣ ਅੱਜ ਵੀ ਕਹਿ ਰਿਹਾ ਆਪਣੇ ਘਰਾਂ ਨੂੰ ਛੱਡ ਦੇ ਮੇਰੀ ਹੋ ਜਾ ਇਹ ਵੇਲੇ ਨੂੰ ਪਛਤਾਏਗੀ ਗੁਰੀ ਆਪਣਾ ਮਿਲਣਾ ਸਹੀ ਨਹੀਂ ਤੇਰਾ ਘਰ ਵੀ ਖਰਾਬ ਹੋ ਜੂ ਤੇ ਮੇਰਾ ਵੀ ਇਸ ਤੋਂ ਚੰਗਾ ਆਪਾਂ ਕਦੇ ਵੀ ਨਾ ਮਿਲੀਏ ਮੇਰਾ ਘਰ ਨਾ ਤਾਂ ਖਰਾਬ ਹੋ ਜੇ ਮੈਂ ਵਸਾਇਆ ਹੋ ਮੈਂ ਤੇਰੀ ਉਡੀਕ ਚ ਕੁਵਾਰੀ ਰਹਿ ਗਿਆ ਕੀ ਤੂੰ ਵਿਆਹ ਨਹੀਂ ਕਰਵਾਇਆ ਹਜੇ ਤੱਕ ਨਹੀਂ ਮੈਨੂੰ ਤਾਂ ਅੱਜ ਵੀ ਤੇਰੀ ਉਡੀਕ ਆ ਤੂੰ ਆਈਲੈਟਸ ਤਾਂ ਕਰ ਲਈ ਸੀ ਫਿਰ ਬਾਹਰ ਹੀ ਚਲਾ ਜਾਂਦਾ ਇੱਥੇ ਕਿਉਂ ਘਰੋਂ ਲੱਗ ਗਿਆ ਕਿਹਦੇ ਕਹਿ ਕਹਾ ਇਹਦਾ ਮੈਂ ਆਈਲੈਟਸ ਤਾਂ ਕਰ ਲਈ ਪਰ ਫਾਈਲ ਆਉਣ ਵੇਲੇ ਪੈਸੇ ਨਹੀਂ ਸੀ ਫਿਰ ਕਿਵੇਂ ਜਾਂਦਾ ਬਾਹਰ ਚੱਲ ਹੁਣ ਤਾਂ ਤੂੰ ਨੌਕਰੀ ਕਰਦੇ ਹੀ ਹੈ ਕੋਈ ਵਧੀਆ ਕੁੜੀ ਦੇਖ ਕੇ ਵਿਆਹ ਕਰਵਾ ਲੈ ਤੂੰ ਸਮਝੀ ਕਿਉਂ ਨਹੀਂ ਮੇਰੀ ਪਹਿਲੀ ਤੇ ਆਖਰੀ ਪਸੰਦ ਤੂੰ ਹੀ ਆ ਫਿਰ ਮੈਂ ਹੋਰ ਕਿਸੇ ਨਾਲ ਕਿਵੇਂ ਕਰਾਵਾਂ ਗੁਰੀ ਕਮਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸਿਆਣਾ ਬਣ ਹੁਣ ਤੈਨੂੰ ਮੇਰੀਆਂ ਗੱਲਾਂ ਕਮਲੇ ਲੱਗਦੇ ਨੇ ਤੂੰ ਆਪ ਵਾਅਦੇ ਕਰਦੀ ਹੁੰਦੀ ਸੀ ਉਹ ਤੂੰ ਭੁੱਲ ਗਈ ਤਨਵੀਰ ਇੱਕ ਵਾਰ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਦੇ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਮੁੜ ਕੇ ਨਹੀਂ ਆਉਣਾ ਨਾ ਫੇਰ ਕੀ ਕਰੇਂਗਾ ਇਹ ਸ਼ਹਿਰ ਛੱਡ ਕੇ ਚਲਾ ਜਾਏਂਗਾ ਸ਼ਹਿਰ ਛੱਡ ਕੇ ਨਹੀਂ ਜਾਂਦਾ ਫਿਰ ਤਾਂ ਦੁਨੀਆ ਛੱਡ ਕੇ ਜਾਊਂਗਾ ਤੂੰ ਫਿਰ ਇਹ ਚਾਹੁੰਦਾਗਾ ਮੈਂ ਤੈਨੂੰ ਮਿਲਣ ਆਇਆ ਕਰਾਂ ਨਹੀਂ ਮੈਂ ਇਹ ਚਾਹੁੰਦਾ ਤੂੰ ਹਮੇਸ਼ਾ ਹਮੇਸ਼ਾ ਲਈ ਮੇਰੀ ਹੋ ਜਾ ਦੇਖ ਗੁਰੀ ਜਿੰਨਾ ਪਿਆਰ ਤੂੰ ਮੈਨੂੰ ਕਰਦਾ ਨਾ ਮੈਂ ਵੀ ਉਨਾ ਹੀ ਕਰਦੀ ਆ ਤੈਨੂੰ ਪਰ ਕੀ ਕਰਾਂ ਹੁਣ ਮੈਂ ਰਿਸ਼ਤੇ 'ਚ ਬੱਝੀ ਹੋਈ ਆ ਮੈਂ ਮਜਬੂਰ ਆ ਤੂੰ ਮਜਬੂਰ ਨਹੀਂ ਤੂੰ ਲਾਲਚੀ ਆ ਤੈਨੂੰ ਪੈਸਾ ਦਿੰਦਾ ਤੈਨੂੰ ਐ ਵੀ ਮੇਰੇ ਨਾਲ ਰਹਿ ਕੇ ਨਾ ਤੈਨੂੰ ਗਰੀਬੀ ਭੁਗਤਣੀ ਪਊਗੀ ਨਹੀਂ ਨਹੀਂ ਗੁਰੀ ਮੈਂ ਸੱਚੀ ਮਜਬੂਰ ਆ ਤੂੰ ਹੁਣ ਐ ਕਰ ਤੂੰ ਇੱਥੇ ਚਲਾ ਜਾ ਮੈਂ ਤੈਨੂੰ ਬਾਹਰ ਮਿਲਣ ਆ ਜੂੰਗੀ ਜੇ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਘਰ 'ਚ ਖਲਾਰਾ ਪੈ ਜਾਊਗਾ ਮੇਰੇ ਹਸਬੈਂਡ ਆਉਣ ਵਾਲੀ ਨੇ ਦੇਖ ਲਾ ਜਵਾਨ ਤੋਂ ਮੁੱਕਰੀ ਨਾ ਤੇ ਨਾ ਮਿਲਣਾ ਹੀ ਨਾ ਸਾਰਾ ਘਰੇ ਬਰਬਾਦ ਕਰ ਦੂੰ ਤੇਰਾ ਬੇਬੇ ਆਪਣੇ ਆ ਬਾਹਰ ਗੱਡੀ ਕਿਹਦੀ ਖੜੀ ਹੈ ਇਹ ਗੱਡੀ ਦਾ ਪੁੱਤ ਤਨਵੀਰ ਦਾ ਰਿਸ਼ਤੇਦਾਰ ਆਇਆ ਹੋਇਆ ਕੋਈ ਤਨਵੀਰ ਦਾ ਰਿਸ਼ਤੇਦਾਰ ਕਿਹੜਾ ਰਿਸ਼ਤੇਦਾਰ ਹੈ
ਪੁੱਤ ਮੈਂ ਤਾਂ ਜਾਣਦੀ ਨਹੀਂ ਹੈਗੀ ਤੂੰ ਆਪੇ ਜਾ ਕੇ ਦੇਖ ਲੈ ਅੰਦਰ ਕਮਾਲ ਆ ਇਹੋ ਜਿਹਾ ਕਿਹੜਾ ਰਿਸ਼ਤੇਦਾਰ ਆ ਗਿਆ ਜਿਹਨੂੰ ਬੇਬੇ ਤੂੰ ਵੀ ਨਹੀਂ ਜਾਣਦੀ ਚੱਲ ਮੈਂ ਦੇਖਦਾ ਕੀ ਹਾਲ ਨੇ ਗੁਰੀ ਇਹ ਮੇਰੇ ਹਸਬੰਡ ਨੇ ਹਰਪ੍ਰੀਤ ਇਹ ਗੁਰੀ ਨੇ ਮੇਰੀ ਮਾਸੀ ਦੀ ਦਰਾਣੀ ਦਾ ਦੋਤਾ ਅੱਛਾ ਅੱਛਾ ਹਾਂਜੀ ਵੈਸੇ ਮੈਂ ਕਦੇ ਮਿਲਿਆ ਨਹੀਂ ਪਹਿਲਾਂ ਫਸਟ ਟਾਈਮ ਹੀ ਮਿਲਿਆ ਆਪਾਂ ਹਨ ਹਾਂਜੀ ਮੈਂ ਆਇਆ ਨਾ ਪਹਿਲੀ ਵਾਰ ਆ ਤਾਂ ਹੀ ਨਹੀਂ ਆਪਾਂ ਕਦੇ ਮਿਲੇਗੇ ਹੁਣ ਤਾਂ ਆਪਾਂ ਮਿਲਦੀ ਰਿਹਾ ਕਰਾਂਗੇ ਤਨਵੀਰ ਨੂੰ ਆਈਲੈਟਸ ਮੈਂ ਹੀ ਕਰਾ ਰਿਹਾ ਅੱਛਾ ਤੁਹਾਡਾ ਸੈਂਟਰ ਖੁੱਲਿਆ ਹੋਇਆ ਹੋਣਾ ਨਹੀਂ ਨਹੀਂ ਸੈਂਟਰ ਨਹੀਂਗਾ ਮੇਰਾ ਮੈਂ ਤਾਂ ਪੜਾਉਣ ਲੱਗਿਆ ਹੋਇਆ ਜੇ ਤੁਸੀਂ ਉੱਥੇ ਪੜਾਉਣ ਲੱਗੇ ਹੋਏ ਹੋ ਫਿਰ ਤਾਂ ਤੁਹਾਨੂੰ ਹੋਰ ਵੀ ਵਧੀਆ ਪੜਾਉਣਾ ਚਾਹੀਦਾ ਪਰ ਇਹ ਤਨਵੀਰ ਤਾਂ ਕਹੀ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਲਓ ਮੇਰਾ ਪੂਰਾ ਦਿਲੋਂ ਪੜਾਉਣਾਗਾ ਪੁੱਛਾ ਜੀ ਤਨਵੀਰ ਨੂੰ ਕਿਉਂ ਤਨਵੀਰ ਹਾਂ ਹਾਂ ਇਹ ਤਾਂ ਵਧੀਆ ਪੜਾਉਂਦੇ ਨੇ ਮੈਂ ਤਾਂ ਹੋਰ ਟੀਚਰਾਂ ਦੀ ਗੱਲ ਕਰਦੀ ਸੀ ਉਹ ਨਹੀਂ ਵਧੀਆ ਪੜਾਉਂਦੇ ਉਹਨਾਂ ਦੀ ਵੀ ਸਮਝ ਲੱਗਦੀ ਮੈਨੂੰ ਉਹ ਜੀ ਇਹੀ ਗੱਲ ਸੀ ਤਨਵੀਰ ਤੂੰ ਮੈਨੂੰ ਦੱਸਦੀ ਮੈਂ ਆਪੇ ਗੱਲ ਕਰਦਾ ਉਹਨਾਂ ਨਾਲ ਹਲੇ ਮੈਂ ਕੱਲ ਨੂੰ ਕਹੂੰਗਾ ਵੀ ਆਪਣੀ ਖਾਸ ਆ ਚੰਗੀ ਤਰ੍ਹਾਂ ਪੜਾਇਆ ਕਰੋ ਚਲੋ ਮੈਂ ਚੱਲਦਾ ਕਾਫੀ ਟਾਈਮ ਹੋ ਗਿਆ ਮੈਨੂੰ ਆਏ ਨੂੰ ਅੱਜ ਤਨਵੀਰ ਫਿਰ ਕੱਲ ਨੂੰ ਟਾਈਮ ਨਾਲ ਠੀਕ ਆ ਸਪੈਸ਼ਲ ਕਲਾਸ ਲਾਉਣ ਤੇਰੀ ਕੋਈ ਨਾ ਗੁਰੀ ਮੈਂ ਆ ਜਾਊਂਗੀ ਉਂਜ ਸਲਾਹ ਤਾਂ ਮੇਰੀ ਹਟਣ ਦੀ ਸੀ ਮੈਂ ਸੋਚਦੀ ਸੀ ਮੈਂ ਨੌਕਰੀ ਕਰ ਲਵਾਂ ਉਹ ਨੌਕਰੀਆਂ 'ਚ ਕੁਛ ਨਹੀਂ ਰੱਖਿਆ ਨਾਲੇ ਮੈਂ ਨੌਕਰੀ ਕਰੇ ਰਿਹਾ ਜੇ ਨੌਕਰੀ ਤੈਨੂੰ ਸ਼ੌਂਕ ਆ ਤੂੰ ਉਹੀ ਲੈਸ ਕਰ ਲਾ ਮੈਂ ਤੈਨੂੰ ਉੱਥੇ ਲਵਾ ਦੂੰਗਾ ਬਸ ਨਾ ਨਾ ਇਹਨੇ ਨੌਕਰੀ ਕਾਹਨੂੰ ਕਰਨੀ ਆ ਇਹਨੇ ਤਾਂ ਬਾਹਰੇ ਜਾਣਾ ਜੇ ਨੌਕਰੀ ਕਰਨੀ ਹੁੰਦੀ ਫਿਰ ਛੱਡ ਦਿਓਗੇ ਚਲੋ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਗੁਰੀ ਵਿਚਾਰਾ ਲੇਟ ਹੋ ਰਿਹਾ ਹੋਣਾ ਜਾਣ ਨੂੰ ਹਨਾ ਗੁਰੀ ਇਹਨੂੰ ਜਾਣ ਦੋ ਯਾਰ ਤੂੰ ਕਮਾਲ ਦੀ ਭੈਣ ਆ ਆਪਦੇ ਭਾਈ ਨੂੰ ਵੀ ਘਰੋਂ ਭਜਾਈ ਜਾਂਦੀ ਆ ਭਾਈ ਨਹੀਂ ਮਹਿੰਗਾ ਸਾਡਾ ਤਾਂ ਰਿਸ਼ਤਾ ਹੀ ਕੋਈ ਹੋਰ ਆ ਓ ਹਾਂ ਹਾਂ ਇਹ ਤਾਂ ਮੇਰੀ ਮਾਸੀ ਦਰਾਣੀ ਦਾ ਦੋਤਾ ਹੈ ਭਾਈ ਥੋੜੀ ਲੱਗਦਾ ਚਲੋ ਮੈਂ ਚੱਲਦਾ ਚਲੋ ਮਿਲਦਾ ਕੱਲ੍ਹ ਤੈਨੂੰ ਵੀ ਫਿਰ ਠੀਕ ਹੈ ਚਲੋ ਚੱਲਦਾ ਤੈਨੂੰ ਆਈਲੈਟਸ ਕਰਨਾ ਇਹਨੇ ਇੱਥੇ ਲਾਇਆ ਜਾਂ ਤੇਰੀ ਮਾਸੀ ਨੇ ਲਾਇਆ ਮੈਨੂੰ ਤਾਂ ਰਾਣੂ ਨੇ ਲਗਾਇਆ ਸੀ ਜੀ ਮੈਂ ਤਾਂ ਉੱਥੇ ਸੈਂਟਰ ਜਾ ਕੇ ਪਤਾ ਲੱਗਿਆ ਵੀ ਇਹ ਵੀ ਉੱਥੇ ਪੜਾਉਂਦਾ ਅੱਛਾ ਚਲ ਵਧੀਆ ਗੱਲ ਆ ਰਿਸ਼ਤੇਦਾਰ ਆ ਸਪੋਰਟ ਰਹੂਗੀ ਇਹ ਤਾਂ ਮੈਨੂੰ ਕਾਹਦੀ ਸਪੋਰਟ ਰਹੂਗੀ ਪੜ੍ਹਨਾ ਤਾਂ ਮੈਨੂੰ ਖੁਦ ਹੀ ਪੈਣਾ ਨਾ ਓਏ ਹਾਂ ਹਾਂ ਪੜ੍ਹਨਾ ਤਾਂ ਤੈਨੂੰ ਹੀ ਪਊਗਾ ਪਰ ਰਿਸ਼ਤੇਦਾਰ ਆ ਪੜਾਊਗਾ ਤਾਂ ਵਧੀਆ ਹੀ ਹਾਂ ਇਹ ਤਾਂ ਹੈ ਚਲ ਦੇਖਦੇ ਆ ਕੁਝ ਦਿਨ ਲਾ ਕੇ ਜੇ ਸੈਟਿੰਗ ਆਈ ਚਾਹੇ ਪੜ੍ਹਾਈ ਹੋਵੇ ਚਾਹੇ ਹੋਵੇ ਨੌਕਰੀ ਇਰਾਦਾ ਪੱਕਾ ਕਰਕੇ ਚੱਲਣਾ ਪੈਂਦਾ ਤਾਂ ਕਾਮਯਾਬੀ ਮਿਲਦੀ ਆ ਇਰਾਦਾ ਤਾਂ ਮੇਰਾ ਵੀ ਪੱਕਾ ਹੀ ਸੀ ਵੀ ਮੈਂ ਆਈਲੈਟਸ ਕਰਕੇ ਬਾਹਰ ਚਲੀ ਜਾਵਾਂ ਪਰ ਜੇ ਸਮਝ ਹੀ ਨਾ ਆਈ ਫਿਰ ਤਾਂ ਨੌਕਰੀ ਕਰਨੀ ਪਊਗੀ ਜੇ ਇੱਥੇ ਤੈਨੂੰ ਸਮਝ ਨਹੀਂ ਲੱਗਦਾ ਫਿਰ ਕਿਸੇ ਹੋਰ ਇੰਸਟੀਚਿਊਟ 'ਚ ਲੱਗ ਜਾ ਉਹ ਥਾਂ ਥਾਂ ਤਾਂ ਖੋਲ ਰੱਖੇ ਲੋਕਾਂ ਨੇ ਹਾਂ ਮੈਂ ਵੀ ਇਹ ਸੋਚਦੀ ਸੀ ਵੀ ਮੈਂ ਹੋਰ 'ਚ ਲੱਗ ਜਾ ਪਰ ਰਾਣੋ ਗਈ ਤੂੰ ਇੱਥੇ ਲੱਗੀ ਰਹਿ ਜਦੋਂ ਤੈਨੂੰ ਕੁਝ ਸਮਝ ਹੀ ਨਹੀਂ ਆਉਂਦਾ ਫਿਰ ਤੈਨੂੰ ਰਾਣੋ ਦਾ ਕੀ ਤੂੰ ਉੱਥੇ ਲੱਗ ਜਿੱਥੇ ਤੈਨੂੰ ਠੀਕ ਲੱਗਦਾ ਫਿਲਹਾਲ ਤਾਂ ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ ਹੁਣ ਹੌਲੀ ਹੌਲੀ ਸੋਚ ਕੇ ਸਟੈਪ ਚੱਕੂੰਗੀ ਕਾਹਲੀ ਨਹੀਂ ਕਰਦੀ ਤਨਵੀਰ ਕੀ ਗੱਲ ਪੇਕੇ ਜਾ ਕੇ ਆਉਣਾ ਨਹੀਂ ਨਹੀਂ ਮੰਮੀ ਮੈਂ ਸੈਂਟਰ ਜਾਣਾ ਤੁਹਾਨੂੰ ਪਤਾ ਤਾਂ ਹੈ ਅੱਛਾ ਕੋਈ ਹੋਰ ਸੈਂਟਰ ਪਤਾ ਕਰਨ ਜਾਂਦੀ ਹੋਣੀ ਨਹੀਂ ਮੰਮੀ ਮੈਂ ਉਸੇ ਜੀ ਜਾ ਰਹੀ ਹਾਂ ਜਿੱਥੇ ਫੀਸ ਭਰੀ ਹੋਈ ਸੀ ਨਾਲੇ ਪੁੱਤ ਕਹਿੰਦੇ ਸੀ ਉੱਥੇ ਕੁਝ ਸਮਝ ਨਹੀਂ ਆਉਂਦਾ ਫਿਰ ਉੱਥੇ ਕੀ ਕਰਨ ਜਾਣਾ ਪੁੱਤ ਤੂੰ ਕੋਈ ਹੋਰ ਸੈਂਟਰ ਦੇਖ ਲੈ ਹੁਣ ਫੀਸ ਤਾਂ ਭਰੀ ਹੋਈ ਆ ਮੰਮੀ ਮੈਂ ਸੋਚਿਆ ਕੁਝ ਦਿਨ ਜਾ ਕੇ ਦੇਖ ਲੈਂਦੀ ਹਾਂ ਪੁੱਤ ਤਨਵੀਰ ਗੁੱਸਾ ਨਾ ਕਰੀ ਤੂੰ ਤਾਂ ਥਾਲ ਚ ਪਏ ਪਾਣੀ ਵਾਂਗੂ ਡੋਲੀ ਜਾਂਦੀ ਹੈ ਤੂੰ ਪਹਿਲਾਂ ਇੱਦਾਂ ਸੋਚ ਲੈ ਤੂੰ ਕਰਨਾ ਕੀ ਹੈ ਕਰਨੀ ਤਾਂ ਹੁਣ ਮੈਂ ਆਈਲੈਟਸ ਹੀ ਹੈ ਹੁਣ ਤਾਂ ਸੋਚ ਹੀ ਲਿਆ ਹੈਲੋ ਹੈਲੋ ਟਾਈਮ ਨਾਲ ਆ ਜੀ ਲੇਟ ਨਾ ਹੋ ਜੀ ਮੈਂ ਤੋਂ ਵੇਟ ਨਹੀਂ ਹੋਣੀ ਹਾਂ ਹਾਂ ਰਾਣੋ ਮੈਂ ਤਿਆਰ ਹੋ ਕੇ ਬਸ ਨਿਕਲ ਹੀ ਰਹੀ ਹਾਂ ਤੂੰ ਐਂ ਕਰ ਤਿਆਰ ਹੋ ਕੇ ਬੱਸ ਸਟੈਂਡ ਆ ਜਾ ਮੈਂ ਆਪੇ ਲੈ ਜੂੰ ਤੈਨੂੰ ਉੱਥੋਂ ਨਹੀਂ ਨਹੀਂ ਰਾਣੋ ਤੂੰ ਪਹੁੰਚ ਮੈਂ ਆਪੇ ਆ ਜੂੰਗੀ ਲੇਟ ਨਹੀਂ ਹੁੰਦੀ ਚਲ ਠੀਕ ਹੈ ਹੁਣ ਮੈਨੂੰ ਤਿਆਰ ਹੋ ਲੈਣ ਦੇ ਓਕੇ ਬਾਏ ਇਹ ਵੀ ਬਾਲੀ ਕਾਲੀ ਕਰਦੀ ਹੈ ਕਹਿੰਦੀ ਛੇ ਛੇ ਦੀ ਆ ਜਾ ਲੇਟ ਨਾ ਹੋ ਜੀ ਪੁੱਤ ਮੈਨੂੰ ਤਾਂ ਇਹ ਆਵਾਜ਼ ਉਸੇ ਮੁੰਡੇ ਦੀ ਲੱਗਦੀ ਹੈ ਜਿਹੜਾ ਹੁਣ ਆਪਣੇ ਘਰ ਆਇਆ ਸੀ ਤੂੰ ਇਹਨੂੰ ਰਾਣੋ ਰਾਣੋ ਕਹੀ ਗਈ ਹੁਣ ਨਹੀਂ ਨਹੀਂ ਮੰਮੀ
ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ। ਰਾਣੋ ਹੀ ਸੀ, ਉਹ ਨਾ ਕੋਲਡ ਹੋ ਰਿਹਾ ਤਾਂ ਹੀ ਉਹਦੀ ਆਵਾਜ਼ ਭਾਰੀ ਭਾਰੀ ਲੱਗ ਰਹੀ ਹੈ। ਚਲ ਹੋ ਸਕਦਾ ਪੁੱਤ ਮੈਨੂੰ ਭੁਲੇਖਾ ਲੱਗ ਗਿਆ ਹੋਵੇ। ਚਲ ਠੀਕ ਹੈ, ਮੈਂ ਚੱਲਦੀ ਹਾਂ, ਫਿਰ ਲੇਟ ਹੋ ਜੂੰਗੀ। ਜਿਹੜੀ ਆਹ ਕੁੜੀ ਆ ਰਾਣੋ, ਭਲਾ ਇਹ ਕਿੱਥੇ ਦੀ ਹੈ ਪੁੱਤ? ਇਹ ਤਾਂ ਮੰਮੀ 90 ਦੀ ਹੈਗੀ, ਤਾਂ ਹੀ ਤਾਂ ਛੇਤੀ ਪਹੁੰਚ ਜਾਂਦੀ ਹੈ, ਫਿਰ ਮੈਨੂੰ ਫੋਨ ਮਾਰੀ ਜਾਂਦੀ ਹੈ ਵੀ ਛੇਤੀ ਆਇਆ ਛੇਤੀ ਆ ਜਾ। ਅੱਛਾ ਅੱਛਾ, ਚੱਲ ਕੋਈ ਨਾ, ਟਾਈਮ ਨਾਲ ਜਾ ਲਾ ਕਲਾਸ ਪੁੱਤ ਫਿਰ ਆਪਣੇ। ਠੀਕ ਹੈ ਮੈਂ। ਰਾਣੀ ਗੱਲਬਾਤ ਸਾਡੀ ਬਹੁਤ ਪੁਰਾਣੀ ਆ ਪਲੱਸ ਟੂ ਤੱਕ ਨਾ ਮੇਰੇ ਨਾਲੇ ਪੜ੍ਹਦੀ ਰਹੀ ਆ। ਫਿਰ ਇੰਨੇ ਸਾਲ ਹੋ ਗਏ ਵਿਆਹ ਕਿਉਂ ਨਹੀਂ ਕਰਾਇਆ? ਊਂ ਤਾਂ ਨਹੀਂ ਫੁਕਰੀਆਂ ਮਾਰੀ ਜਾਂਦਾ ਕਿਤੇ? ਮੈਨੂੰ ਫੁਕਰੀਆਂ ਮਾਰ ਕੇ ਕੀ ਮਿਲ ਜੂਗਾ? ਸੱਚੀ ਹੈਗੀ ਯਾਰ ਮੇਰੀ ਗੱਲ, ਜਿਹਨੇ ਯਕੀਨ ਹੁੰਦਾ ਨਾ ਤਾਂ ਅੱਖੀ ਦਿਖਾ ਦੂੰ ਤੈਨੂੰ ਮੈਂ। ਫਿਰ ਇਹ ਤਾਂ ਦੱਸ ਵਿਆਹ ਕਿਉਂ ਨਹੀਂ ਕਰਾਇਆ ਇੰਨੇ ਸਾਲਾਂ 'ਚ? ਉਹ ਯਾਰ ਵਿਆਹ ਦੱਸ ਕਿਵੇਂ ਕਰਾਵਾਂ, ਉਹ ਕਿਹੜਾ ਕੁਆਰੀ ਆ, ਉਹ ਤਾਂ ਬੇਹੀ ਵੀ ਆ। ਨਾਲੇ ਕਹਿੰਦਾ ਪਲੱਸ ਟੂ ਤੋਂ ਮੇਰੇ ਨਾਲ ਪੜ੍ਹਦੀ ਆ, ਫਿਰ ਹੋਰ ਕਿਸੇ ਨਾਲ ਕਿਵੇਂ ਕਰਾ ਗਈ? ਤੇਰੇ ਨਾਲ ਕਿਉਂ ਨਹੀਂ ਕਰਾਇਆ? ਉਹ ਤਾਂ ਯਾਰ ਮੇਰੇ ਨਾਲ ਕਰਾਉਣ ਨੂੰ ਕਹਿੰਦੀ ਸੀ, ਪਰ ਉਹਦੇ ਘਰਦੇ ਨਹੀਂ ਮੰਨੇ। ਉਹਦੇ ਘਰਦੇ ਨਾ ਪੈਸੇ ਵਾਲਾ ਜਮਾਈ ਦੇਦੇ ਸੀ, ਪਰ ਆਪਣੇ ਘਰ ਦੇ ਹਾਲਾਤ ਤੈਨੂੰ ਪਤਾ ਮਾੜੀ ਸੀ ਜਦ। ਅੱਛਾ, ਫਿਰ ਵਿਆਹ ਕਿਸੇ ਹੋਰ ਨਾਲ ਕਰਾ ਲਿਆ, ਮਿਲਦੀ ਤੈਨੂੰ ਰਹੀ? ਉਹ ਯਾਰ ਉਹ ਕਾਹਨੂੰ ਮਿਲ ਆਉਂਦੀ ਸੀਗੀ, ਉਹ ਤਾਂ ਵਿਆਹ ਤੋਂ ਬਾਅਦ ਨਾ ਆਪਦੇ ਘਰ ਵਾਲੇ ਦੀ ਬਣ ਗਈ ਸੀਗੀ। ਤੈਨੂੰ ਪਤਾ ਤਾਂ ਹੈਗਾ ਅੱਜ ਕੱਲ੍ਹ ਦੇ ਪਿਆਰਾਂ ਦਾ, ਪੈਸਾ ਦੇਖ ਕੇ ਡੁੱਲ ਜਾਂਦੇ ਨੇ, ਘਰ ਵਾਲਾ ਅਮੀਰ ਆ ਉਹਦਾ। ਫਿਰ ਅੱਜ ਕਿਵੇਂ ਮਿਲ ਆ ਰਿਹਾ? ਕਿਤੇ ਤੂੰ ਤਾਂ ਨਹੀਂ ਪੈਸਿਆਂ ਨੂੰ ਲਾਲਚ ਦੇਤਾ ਉਹਨੂੰ? ਉਹ ਹੁਣ ਕਿੱਥੇ ਮਿਲ ਨੂੰ ਕਹਿੰਦੀ ਸੀ ਉਹ, ਉਹ ਧੱਕੇ ਨਾਲ ਡਰਾ ਕੇ ਮਨਾਈ ਆ, ਫੋਟੋ ਖਾ ਕੇ ਨਾ ਬਲੈਕਮੇਲ ਕੀਤੀ ਆ ਉਹ, ਤਾਂ ਮੈਨੂੰ ਮੰਨੀ ਆ ਉਹ। ਇਹ ਤਾਂ ਤੇਰੀ ਗਲਤ ਗੱਲ ਆ ਯਾਰ, ਜਿੰਨਾ ਟਾਈਮ ਤੈਨੂੰ ਪਿਆਰ ਕਰਦੀ ਸੀ ਕੰਮ ਠੀਕ ਸੀ, ਹੁਣ ਵਿਆਹੀ ਹੋਈ ਕਿਉਂ ਬਲੈਕਮੇਲ ਕਰਦਾ ਉਹਨੂੰ? ਬਈ ਯਾਰ ਮੈਂ ਕਾਹਨੂੰ ਬਲੈਕਮੇਲ ਕਰਦਾ ਸੀ ਉਹਨੂੰ, ਮੈਂ ਤਾਂ ਉਹਨੂੰ ਭੁੱਲਣ ਲੱਗ ਗਿਆ ਸੀਗਾ, ਉਹ ਤਾਂ ਮੇਰੇ ਵਾਲੇ ਇੰਸਟੀਟਿਊਟ ਨਾ ਆ ਕਈ ਲੈਟਸ ਕਰਨ ਲੱਗ ਗਈ, ਬਸ ਫਿਰ ਉਹਨੂੰ ਦੇਖ ਕੇ ਮੈਨੂੰ ਪੁਰਾਣਾ ਪਿਆਰ ਚੇਤੇ ਆ ਗਿਆ, ਫਿਰ ਤੈਨੂੰ ਪਤਾ ਹੀ ਹੈ ਸੁੱਤਾ ਇਸਕ ਜਾਗਿਆ ਫਿਰ ਕਿੱਥੇ ਟਿਕਣ ਦਿੰਦਾ। ਅੱਛਾ ਉਹ ਸਟੂਡੈਂਟ ਆ ਹੁਣ ਤੇਰੀ, ਫਿਰ ਤਾਂ ਯਾਰ ਹੋਰ ਵੀ ਗਲਤ ਕੰਮ ਆ, ਤੂੰ ਟੀਚਰ ਉਹ ਸਟੂਡੈਂਟ ਨੂੰ ਬਲੈਕਮੇਲ ਕਰਦਾ? ਉਹ ਜਿੰਨਾ ਪਿਆਰ ਮੈਂ ਉਹਨੂੰ ਕਰਦਾ ਨਾ ਉਨਾ ਪਿਆਰ ਮੈਨੂੰ ਕਰਦੀ ਆ, ਬਸ ਮਿਲਣ ਤੋਂ ਹੀ ਡਰਦੀ ਸੀ, ਫਿਰ ਕੀ ਆ ਆਪਾਂ ਦੇਤੀ ਹੱਲਾ ਸੀਰੀ ਉਹਨੂੰ, ਐਦੀ ਕਿਤੇ ਮੇਰੇ ਘਰ ਵਾਲਿਆਂ ਨੂੰ ਪਤਾ ਲੱਗ ਜੇ। ਯਾਰ ਤੇਰੀ ਵਿਆਹ ਦੀ ਉਮਰ ਲੰਘਦੀ ਜਾਂਦੀ ਆ, ਮੇਰੀ ਗੱਲ ਮੰਨ, ਕੋਈ ਕੁਆਰੀ ਕੁੜੀ ਦੇਖ ਵਿਆਹ ਕਰਾ ਲਾ, ਕਿਉਂ ਕਿਸੇ ਦਾ ਘਰ ਪੱਟੇਗਾ ਤੂੰ? ਉਹ ਯਾਰ ਮੇਰਾ ਘਰ ਵੀ ਤਾਂ ਕਿਸੇ ਨੇ ਪੱਟੇ ਹੀ ਆ, ਜੇ ਉਹ ਇਹਦੇ ਨਾਲ ਨਾ ਵਿਆਹ ਕਰਾਉਂਦਾ ਤਾਂ ਮੇਰੇ ਘਰ ਦੀ ਰੌਣਕ ਹੁੰਦੀ ਅੱਜ ਉਹ। ਉਹਦਾ ਕੀ ਕਸੂਰ ਆ, ਉਹਨੂੰ ਕਿਹੜਾ ਪਤਾ ਹੋਣਾ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ? ਚੱਲ ਜੇ ਪਤਾ ਵੀ ਨਹੀਂ ਸੀਗਾ, ਪਰ ਵਿਆਹ ਕੇ ਤਾਂ ਲੈ ਗਿਆ ਨਾ ਪੈਸੇ ਦੇ ਜ਼ੋਰ ਤੇ, ਫਿਰ ਆਪਣੇ ਦੁਬਾਰੋਂ ਬੁਲਾ ਲਈ ਪਿਆਰ ਦੇ ਜ਼ੋਰ ਤੇ। ਯਾਰ ਮੈਨੂੰ ਨਹੀਂ ਸਹੀ ਲੱਗਦਾ, ਤੂੰ ਪੜ੍ਹਿਆ ਲਿਖਿਆ ਬੰਦਾ, ਅਕਲ ਨੂੰ ਹੱਥ ਮਾਰ। ਉਹ ਯਾਰ ਤੈਨੂੰ ਕੀ ਪਤਾ ਬਚਪਨ ਦੇ ਯਾਰੀਆਂ ਦਾ, ਜੇ ਤਾਂ ਕਿਸੇ ਨਾਲ ਲਾਈ ਹੁੰਦੀ ਨਾ ਤੈਨੂੰ ਫਿਰ ਪਤਾ ਲੱਗਦਾ ਵੀ ਪਿਆਰ ਕੀ ਸਹਿ ਆ। ਉਹ ਯਾਰ ਫਿਰ ਪਿਆਰ ਤਾਂ ਤੇਰਾ ਕਾਹਦਾ ਇਹ, ਜੇ ਤੂੰ ਉਹਨੂੰ ਬਲੈਕਮੇਲ ਕਰਕੇ ਬੁਲਾਉਂਦਾ? ਪਿਆਰ ਤਾਂ ਮੈਂ ਯਾਰ ਉਹਨੂੰ ਬਹੁਤ ਕਰਦਾ, ਪਰ ਮੈਂ ਤਾਂ ਜਰੀ ਨਹੀਂ ਜਾਂਦੀ ਕਿਸੇ ਹੋਰ ਦੀ ਹੋਈ ਵੀ। ਉਹ ਫਿਰ ਕਿਹੜਾ ਹੁਣ ਉਹਦੇ ਨਾਲ ਵਿਆਹ ਕਰਾ ਲੇਗਾ ਵਿਆਹੀ ਬਰੀ ਨਾਲ? ਜਿਵੇਂ ਮਿਲਣ ਲੱਗ ਗਏ ਨਾ ਇੱਕੜੇ, ਹੌਲੀ ਹੌਲੀ ਇੱਕ ਵੀ ਹੋ ਜਾਵਾਂਗੇ, ਮੇਰਾ ਪਿਆਰ ਖਿੱਚ ਲਊ ਮੇਰੇ ਕੋਲ ਉਹਨੂੰ। ਤੂੰ ਤਾਂ ਫਿਰ ਪਤੰਦਰਾ ਮੱਥੀ ਫਿਰਦਾ, ਅਗਲੇ ਘਰ ਪੱਟਣਾ ਹੀ ਪੱਟਣਾ। ਭਈ ਹਰ ਜੇ ਕਿਹਦਾ ਘਰ ਪੱਟੂਗਾ, ਤਾਂ ਹੀ ਮੇਰਾ ਘਰ ਵਸੂਗਾ, ਨਾਲੇ ਬਾਈ ਆਉਣ ਵਾਲੀ ਆ, ਲੈ ਦੇ ਗੱਡੀ ਚਾਬੀ, ਆ ਲੈ ਜਾ ਤੂੰ, ਠੀਕ ਆ? ਫਿਰ ਮਿਲਦੇ ਆਪਾਂ, ਦਫ਼ਤਰ ਆਉਣਾ ਮੈਂ। ਮੈਂ ਤੈਨੂੰ ਕਿਹਾ ਸੀਗਾ ਵੀ ਲੇਟ ਨਾ ਹੋਈ, ਪਰ ਤੇਰੀ ਪੁਰਾਣੀ ਆਦਤ ਜਾਂਦੀ ਲੇਟ ਹੋਣ ਵਾਲੀ। ਮੈਂ ਕੀ ਕਰਦੀ, ਤੂੰ ਫੋਨ ਹੀ ਇੰਨੇ ਪੁੱਠੇ ਟਾਈਮ ਕੀਤਾ ਸੀ, ਮੇਰੀ ਸੱਸ ਮੇਰੇ ਕੋਲੇ ਖੜੀ ਸੀ, ਉਹ ਤੇਰੀ ਫੋਨ 'ਚੋਂ ਆਵਾਜ਼ ਆ ਰਹੀ ਸੀ ਬਾਹਰ ਥੋੜ੍ਹੀ ਥੋੜ੍ਹੀ, ਮੈਨੂੰ ਪਤਾ ਕੀ ਕਹਿੰਦੇ, ਕਹਿੰਦੇ ਤਾਂ ਕੋਈ ਮੁੰਡਾ ਬੋਲਦਾ, ਕੁੜੀ ਥੋੜ੍ਹੀ ਬੋਲਦੀ ਹੈ, ਮਸਾਂ ਖੜਾ ਛਡਾ ਕੇ ਆਈ ਹਾਂ ਮੈਂ। ਮੈਨੂੰ ਕੀ ਪਤਾ ਤੀ ਯਾਰ ਵੀ ਤੂੰ ਘਰੀ ਫਿਰਦੀ ਆ, ਮੈਨੂੰ ਤਾਂ ਐਂ ਸੀਗਾ ਵੀ ਮਿਲਦੇ ਚੌਂਚ ਨਾ ਘੰਟਾ ਪਹਿਲੇ ਆ ਕੇ ਉਰੇ ਬੈਠੀ ਹੋਵੇਗੀ। ਤੈਨੂੰ ਪਤਾ ਹੀ ਹੈ ਵਿਆਹੀ ਬਰੀ ਕੁੜੀ ਨੂੰ ਘਰ 'ਚ ਕਿੰਨੇ ਕੰਮ ਹੁੰਦੇ ਨੇ, ਸਾਰੇ ਨਿਬੇੜ ਕੇ ਆਉਣੇ ਪੈਂਦੇ ਨੇ। ਯਾਰ ਮੈਨੂੰ ਕੀ ਪਤਾ ਮੇਰਾ ਕਿਹੜਾ ਵਿਆਹ ਹੋਇਆ, ਮੈਂ ਸੜਾ ਫਿਰਦਾ ਤੇਰੀ ਆਸ 'ਚ। ਫਿਰ ਤੈਨੂੰ ਕਿਹਾ ਤਾਂ ਹੈਗਾ ਵੀ ਕਰਾ ਲਾ, ਤੂੰ ਕਿਹੜਾ ਮੰਨਦਾ? ਆ ਜਾ ਕਰਾਉਣੇ ਆ, ਕਰਾ ਆਨੰਦ ਮੇਰੇ ਨਾਲ, ਚੱਲ ਆ ਜਾ। ਮੇਰੇ ਨਾਲ ਨਹੀਂ ਕਿਸੇ ਹੋਰ ਨਾਲ, ਮੈਂ ਤਾਂ ਆਲਰੇਡੀ ਮੈਰਿਡ ਹੈਗੀ ਹਾਂ। ਮੈਂ ਵੀ ਨਾ ਹੁਣ ਮੈਰਿਡ ਆ, ਉਹ ਵੀ ਆਲਰੇਡੀ ਤੇਰੇ ਨਾਲ, ਉਹਨੀ ਮੇਰੇ ਤੋਂ ਕੋਈ ਖੋ ਸਕਦਾ ਤੈਨੂੰ? ਮੈਨੂੰ ਤੇਥੋਂ ਖੋਊਗੀ ਕੈਨੇਡਾ, ਉਹ ਵੀ ਆਈਲੈਂਡਸ ਹੋਏ ਤੋਂ ਬਾਅਦ, ਮੈਂ ਫਿਰ ਮਾਰ ਜਾਣਾ ਉਡਾਰੀ ਤੇ ਤੂੰ ਰਹਿਣਾ ਇੱਥੇ ਇਕੱਲਾ।
ਕੈਨੇਡਾ ਤਾਂ ਜਾਏਗੀ ਜੇ ਆਈਲੈਟਸ ਨਿਕਲੂਗੀ ਬੈਂਡ ਤਾਂ ਤੈਨੂੰ ਮਸਾ ਚਾਰ ਆਉਣਗੇ ਤੂੰ ਚਾਰ ਦੀ ਗੱਲ ਕਰਦਾ ਮੈਂ 9 ਬੈਂਡ ਲੈ ਕੇ ਜਾਊਂਗੀ ਪਤਾ ਨਾ ਕਿੰਨਾ ਜ਼ੋਰ ਲਾ ਰੱਖਿਆ ਪੜ੍ਹਾਈ ਕਰਨ ਤੇ ਕੋਈ ਨਾ ਜੇ ਚਲੀ ਵੀ ਗਈ ਨਾ ਫਿਰ ਮੈਨੂੰ ਤਾਂ ਲਈ ਜਾਏਗੀ ਨਾਲ ਤੂੰ ਕੈਨੇਡਾ ਹਾਂ ਤੈਨੂੰ ਵਾਤੋਂ ਲੈ ਕੇ ਜਾਵਾਂ ਫਿਰ ਮੈਂ ਉੱਥੇ ਚਲੀ ਗਈ ਫਿਰ ਮੈਂ ਉੱਥੇ ਕੋਈ ਹੋਰ ਮੁੰਡਾ ਦੇਖੂੰਗੀ ਪੀਆਰ ਹੋਵੇ ਜਿਹੜਾ ਉਹ ਮੈਨੂੰ ਤਾਂ ਧੋਖਾ ਦੇਂਗੀ ਹੈ ਉਹਨੂੰ ਵੀ ਦੇਂਗੀ ਧੋਖਾ ਜਿਹੜਾ 25 ਲੱਖ ਲਾ ਕੇ ਤੈਨੂੰ ਤੋਰੂਗਾ ਕੈਨੇਡਾ ਉਹ ਮੈਂ ਤਾਂ ਮਜ਼ਾਕ ਕਰਦੀ ਆਂ ਉਹਨੂੰ ਵੀ ਬੁਲਾ ਲੂੰਗੀ ਤੇ ਤੈਨੂੰ ਵੀ ਫਿਰ ਆਪਾਂ ਐਂ ਮਿਲ ਲਿਆ ਕਰਾਂਗੇ ਚੋਰੀ ਚੋਰੀ ਜਿਵੇਂ ਹੁਣ ਮਿਲਦੇ ਆ ਉਹ ਅੱਛਾ ਤੇਰਾ ਸਾਰੀ ਉਮਰ ਮੇਰੇ ਕੁਵਾਰਾ ਰੱਖਦੀ ਝਾਕ ਚ ਆ ਚੱਲ ਫਿਰ ਤੈਨੂੰ ਬੁਲਾ ਲੂੰਗੀ ਇਕੱਲੇ ਨੂੰ ਫਿਰ ਤਾਂ ਖੁਸ਼ ਹੈ ਨਾ ਯਾਰ ਖੁਸ਼ ਤਾਂ ਨਾ ਉਸ ਦਿਨ ਹੋਊਗਾ ਤੇ ਸੱਚੀ ਮੇਰੀ ਹੋ ਜਾਏਗੀ ਹੁਣ ਤਾਂ ਤੂੰ ਪਹਿਲਾਂ ਵਾਂਗੂ ਦਲਾਸ ਦੇਣਾ ਝੂਠੇ ਜਿਵੇਂ ਪਹਿਲਾਂ ਦਿੰਦੀ ਸੀ ਨਹੀਂ ਨਹੀਂ ਯਾਰ ਹੁਣ ਤਾਂ ਦੇਖੀ ਸੱਚੀ ਲੈ ਕੇ ਜਾਊਂਗੀ ਬਸ ਇੱਕ ਵਾਰੀ ਮੇਰੀ ਆਈਲੈਟਸ ਕਲੀਅਰ ਕਰਵਾ ਦੇ ਯਾਰ ਤੂੰ ਐਂ ਕਰ ਹੁਣ ਤੂੰ ਲਾਕ ਦੇ ਕੇ ਨਾ ਮੇਰੇ ਨਾਲ ਵਿਆਹ ਕਰਾ ਲਾ ਤੂੰ ਨੇੜੇ ਦੀ ਸੋਚ ਰੱਖਦਾ ਤੇ ਮੈਂ ਦੂਰ ਦੀ ਸੋਚਦੀ ਆਂ ਮੰਨ ਲੈ ਜੇ ਮੈਂ ਉਹ ਤੋਂ ਤਲਾਕ ਲੈ ਵੀ ਲਿਆ ਤੇ ਮੇਰੀ ਫਾਈਲ ਦਾ ਖਰਚਾ ਕੌਣ ਕਰੂਗਾ ਫਿਰ ਤੂੰ ਵੀ ਇੱਥੇ ਧੱਕੇ ਖਾਏਗਾ ਤੇ ਮੈਂ ਵੀ ਜੇ ਉੱਥੇ ਜਾ ਕੇ ਤੂੰ ਬਦਲ ਗਈ ਮੈਨੂੰ ਨਾ ਬੁਲਾਇਆ ਫੇਰ ਇਹ ਗੱਲ ਦੀ ਕੀ ਗਰੰਟੀ ਆ ਕਿ ਉਧਰ ਜਾ ਕੇ ਮੈਨੂੰ ਬੁਲਾਏਗੀ ਕਿ ਉਧਰ ਜਾ ਕੇ ਬਦਲ ਗਈ ਫੇਰ ਨਹੀਂ ਬਦਲਦੀ ਮੰਨ ਲੈ ਜੇ ਮੈਂ ਬਦਲ ਵੀ ਗਈ ਤਾਂ ਫਿਰ ਤੇਰੇ ਕੋਲ ਮੇਰੀ ਫੋਟੋ ਤਾਂ ਹੈਗੀਆਂ ਨੇ ਉਹ ਵਾਇਰਲ ਕਰਦੀ ਉੰਜ ਵੀ ਤਾਂ ਬਲੈਕਮੇਲ ਕਰਦਾ ਫੇਰ ਕਰ ਲਈ ਨਹੀਂ ਯਾਰ ਹੁਣ ਨਹੀਂ ਮੈਂ ਤੈਨੂੰ ਬਲੈਕਮੇਲ ਕਰਦਾ ਨਾ ਹੁਣ ਤਾਂ ਜਾ ਬਦਲ ਵੀ ਜਾ ਤੂੰ ਉੱਥੇ ਜਾ ਕੇ ਬਸ ਯਾਰ ਐਵੇਂ ਮੇਰੇ ਤੋਂ ਗਲਤੀ ਹੋ ਗਈ ਮੈਂ ਜਿਹੜਾ ਫੋਟੋ ਦਾ ਕਹਤਾ ਨਾ ਤੈਨੂੰ ਗੁੱਸੇ 'ਚ ਤੈਨੂੰ ਬਹੁਤ ਪਛਤਾਵਾ ਹੋਇਆ ਵੀ ਤੂੰ ਕੀ ਸੋਚੇਂਗੀ ਮੇਰੇ ਬਾਰੇ ਚਲੋ ਜੋ ਕਰਦਾ ਰੱਬ ਚੰਗਾ ਹੀ ਕਰਦਾ ਜੇ ਤੂੰ ਮੈਨੂੰ ਬਲੈਕਮੇਲ ਕਰਨ ਦੀ ਧਮਕੀ ਨਾ ਦਿੰਦਾ ਤਾਂ ਸ਼ਾਇਦ ਆਪਾਂ ਅੱਜ ਇਕੱਠੇ ਨਾ ਹੁੰਦੇ ਹੁਣ ਮਿਲ ਤਾਂ ਲਿਆ ਕਰਾਂਗੇ ਰੋਜ਼ ਹਾਂ ਯਾਰ ਗੱਲ ਤਾਂ ਤੇਰੀ ਸਹੀ ਆ ਵੈਸੇ ਰੱਬ ਨੇ ਨਾ ਤੈਨੂੰ ਬਣਾਇਆ ਤਾਂ ਮੇਰੇ ਵਾਸਤੇ ਆ ਉਹਨਾਂ ਦਾ ਤੇਰਾ ਧੱਕੇ ਨਾਲ ਵਿਆਹ ਹੋ ਗਿਆ ਚੱਲ ਕੋਈ ਨਹੀਂ ਇੰਡੀਆ 'ਚ ਇਹਨਾਂ ਕਰਾ ਲਿਆ ਕੈਨੇਡਾ 'ਚ ਮੈਂ ਤੇਰੇ ਨਾਲ ਕਰਾ ਲੂੰਗੀ ਤੇ ਸਾਰੀ ਉਮਰ ਲਈ ਤੂੰ ਮੇਰਾ ਤੇ ਮੈਂ ਤੇਰੀ ਯਾਰ ਆਈਲੈਟਸ ਤੇਰੀ ਮੈਂ ਕਲੀਅਰ ਕਰਾਏ ਦੂੰਗਾ ਐ ਤਾਂ ਨਹੀਂ ਹੋਣੀ ਜੀ ਮੈਂ ਰੋਜ਼ ਰਬਲਾਈ ਰੱਖਦਾ ਔਰ ਰੋਜ਼ ਥੋੜੀ ਕਿਹਾ ਮੈਂ ਕਦੇ ਕਦੇ ਨਾ ਦਿਲ ਦੀਆਂ ਗੱਲਾਂ ਬੈਠ ਕੇ ਸਾਂਝੇ ਕਰ ਲਿਆ ਕਰਾਂਗੇ ਯਾਰ ਚਲ ਆ ਜਾ ਕੁਛ ਖਾ ਪੀ ਕੇ ਆਈਏ ਕਰੀਏ ਪਾਰਟੀ ਦੁਬਾਰਾ ਇਕੱਠੇ ਹੋਣ ਦੀ ਆ ਜਾ ਇਹ ਤਾਂ ਗੁਰੀ ਹਰਪ੍ਰੀਤ ਦੀ ਘਰ ਆਈ ਨਹੀਂ ਫਿਰਦਾ ਇਹ ਤਾਂ ਕੰਮ ਯਾਰ ਬਹੁਤ ਗਲਤ ਹੋ ਗਿਆ ਦੱਸ ਬਈ ਗੱਲ ਪੁੱਛਣੀ ਸੀ ਯਾਰ ਇੱਕ ਭਾਬੀ ਕੋਰਸ ਕਰਦੀ ਹੈ ਜਾਂ ਜੋਬ ਕਰਦੀ ਹੈ ਕਿਤੇ ਓਏ ਕਾਹਨੂੰ ਯਾਰ ਪਹਿਲਾਂ ਤਾਂ ਜੋਬ ਹੀ ਕਰਦੀ ਸੀ ਪਰ ਹੁਣ ਜਿੱਦ ਜੀ ਕਰਕੇ ਆਈਲੈਟਸ ਕਰਨ ਲੱਗੀ ਕਹਿੰਦੀ ਮੈਂ ਆਈਲੈਟਸ ਕਰਨੀ ਹੈ ਮੈਂ ਕਿਹਾ ਕਰ ਲਾ ਅੱਛਾ ਪਰ ਯਾਰ ਅੱਜ ਕੱਲ ਮਾਹੌਲ ਨਹੀਂ ਸਹੀ ਹੈਗਾ ਜਨਾਨੀਆਂ ਨੂੰ ਬਾਹਰ ਭੇਜਣ ਦਾ ਉਹ ਐਂ ਤਾਂ ਕੀ ਹੁੰਦਾ ਯਾਰ ਪਹਿਲਾਂ ਵੀ ਤਾਂ ਨੌਕਰੀ ਕਰਦੀ ਹੋ ਸੀ ਹੁਣ ਤਾਂ ਹੋਰ ਵੀ ਸੌਖਾ ਹੈ ਉੱਥੇ ਸਾਡੇ ਰਿਸ਼ਤੇਦਾਰਾਂ ਦਾ ਹੀ ਮੁੰਡਾ ਲੱਗਿਆ ਹੋਇਆ ਗੁਰੀ ਗੁਰੀ ਤੁਹਾਡਾ ਰਿਸ਼ਤੇਦਾਰ ਆ ਉਹ ਹਾਂ ਹਾਂ ਤੂੰ ਜਾਣਦਾ ਗੁਰੀ ਨੂੰ ਹਾਂ ਹਾਂ ਮੇਰੇ ਨਾਲ ਆਈਲੈਟਸ ਕਰਦਾ ਰਿਹਾ ਉਹ ਅੱਛਾ ਮੇਰੀ ਉਹ ਘਰਵਾਲੀ ਦੀ ਮਾਸੀ ਦੀ ਦਰਾਣੀ ਦਾ ਦੋਹਤ ਹੈ ਅੱਛਾ ਫਿਰ ਤਾਂ ਉਹ ਕਾਫੀ ਦੂਰ ਦੀ ਰਿਸ਼ਤੇਦਾਰੀ 'ਚ ਤੁਹਾਡੇ 'ਚੋਂ ਬਾਈ ਮੇਰੀ ਮੰਨੇ ਚਾਹੇ ਤੂੰ ਭਾਬੀ ਨੂੰ ਹਟਾ ਲਾ ਜਾਂ ਫਿਰ ਉਹਨੂੰ ਕਿਤੇ ਹੋਰ ਲਾ ਦੇ ਉਹ ਬੰਦਾ ਨਹੀਂ ਠੀਕ ਹੈਗਾ ਓਏ ਨਹੀਂ ਐਵੇਂ ਕੀ ਹੁੰਦਾ ਹੋਰ ਕੁੜੀਆਂ ਵੀ ਹੈਗੀਆਂ ਨੇ ਉੱਥੇ ਇੱਕ ਉਹਦੀ ਸਹੇਲੀ ਵੀ ਉੱਥੇ ਲੱਗੀ ਹੋਈ ਆ ਦੇਖ ਬਾਈ ਰਿਸ਼ਤੇਦਾਰੀ ਤਾਂ ਆਪਣੀ ਬਹੁਤ ਦੂਰ ਦੀ ਆ ਬਾਈ ਤੇਰੇ ਸਾਡੇ ਸਿਰ ਤੇ ਇਹਸਾਨ ਬਹੁਤ ਨੇ ਮੈਂ ਤਾਂ ਹੀ ਤੈਨੂੰ ਸਮਝਾਉਣਾ ਤੂੰ ਹਟਾ ਲਾ ਭਾਬੀ ਨੂੰ ਉੱਥੋਂ ਨਹੀਂ ਧੋਖਾ ਖਾਏਗਾ ਓਏ ਨਹੀਂ ਤੈਨੂੰ ਪਤਾ ਤਾਂ ਹੈਗਾ ਯਾਰ ਤੇਰੀ ਭਾਬੀ ਦਾ ਸੁਭਾਅ ਦਾ ਉਹ ਐਵੇਂ ਦੀ ਕਿੱਥੇ ਆ ਵੀਰੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਗੁਰੀ ਪੜਦਾ ਰਿਹਾ ਪਲੱਸ 2 ਤੋਂ ਭਾਬੀ ਨਾਲ ਉਹਨੇ ਆਪ ਦੱਸਿਆ ਮੈਨੂੰ ਫੇਰ ਕੀ ਹੋ ਗਿਆ ਪਹਿਲਾਂ ਪੜਦਾ ਰਿਹਾ ਤੇ ਹੁਣ ਪੜਾਉਂਦਾ ਨਾਲੇ ਗੁਰੀ ਆਪਣੇ ਘਰੇ ਆਇਆ ਮੈਂ ਦੇਖਿਆ ਉਹ ਬਹੁਤ ਵਧੀਆ ਮੁੰਡਾ ਐਵੇਂ ਦਾ ਕਿੱਥੇ ਆ ਯਾਰ ਦੇਖ ਵੀਰੇ ਗੁੱਸਾ ਨਾ ਕਰੀ ਨਾ ਘਰੇ ਕਲੇਸ਼ ਪਾਈ ਭਾਬੀ ਦਾ ਰਿਲੇਸ਼ਨ ਆ ਉਹਦੇ ਨਾਲ ਮੈਂ ਅੱਖੀ ਦੇ ਕੇ ਐ ਦੋਹਾਂ ਨੂੰ ਇਕੱਠੇ ਉਹ ਯਾਰ ਤੈਨੂੰ ਦੱਸਿਆ ਤਾਂ ਹੈਗਾ ਵੀ ਉਹ ਆਪਣਾ ਰਿਸ਼ਤੇਦਾਰ ਹੈ ਫਿਰ ਇਹ 'ਚ ਕਿੱਡੀ ਗੱਲ ਆ ਜੇ ਇਕੱਠੇ ਫਿਰਦੇ ਵੀ ਹੋਣੇ ਨਾਲੇ ਉਹ ਐਵੇਂ ਦੀ ਨਹੀਂ ਹੈਗੀ ਤਨਵੀਰ ਜਿਵੇਂ ਦਾ ਤੂੰ ਸੋਚ ਰਿਹਾ ਦੇਖ ਵੀਰੇ ਮੇਰੇ ਬਾਰੇ ਗਲਤ ਨਾ ਸੋਚੀ ਆਪਣੇ ਰਿਸ਼ਤੇਦਾਰੀ ਤੈਨੂੰ ਮੈਂ ਤਾਂ ਦੱਸਦਾ ਬਾਕੀ ਅੱਗੇ ਤੇਰੀ ਮਰਜ਼ੀ ਆ ਮੈਨੂੰ ਐਵੇਂ ਆ ਤੇਰਾ ਘਰ ਨਾ ਖਰਾਬ ਹੋਵੇ ਚੱਲ ਬਾਈ ਫਿਰ ਮੈਂ ਚੱਲਦਾ ਠੀਕ ਹੈ ਕੋਈ ਗੱਲ ਨਹੀਂ
झूठ बोलना तो मोहित भी नहीं तो एवें तनवीर भी नहीं फिर मसला की आ चल एवें करदा पहला गुरी का ही पता करदा भी वह हैगा कौन आ तनवीर की मासी फोन करदा हैलो हाँ जी मासी सत श्री अकाल जी हाँ जी हाँ जी सब वधिया जी अच्छा मासी मैं एक गल ये दसो भी जो गुरी है वह कौन है जिहड़ा नाभे आईलैट सेंटर च लग्या होया जी कमाल आ तुसीं कह रहे हो मासी भी मैं जानदी नहीं तो तनवीर कहिंदी वह थोड़ी दराणी का दुत्त है अच्छा हाँ हो सकता फिर उहनूं भुलेखा लग गया होवे ठीक है जी ठीक है ठीक नहीं मैं तो मासी बाहर सी हले ठीक है जी ओके मासी कहती मैं जानती नहीं हैगी तो तनवीर कहती मासी दराणी का दुत्त है चक्कर की आ जरूर कोई ना कोई गड़बड़ आ बेबी मैं ऐ दस जिहड़ा उस दिन अपने मुंडा आया गुरी वह तैनूं किवें दा लग्गिया पुत मैं तो वह ज्यादा बुलाया नहीं हैगा जद वह आया ये अंदर बैठ के गल्लां मारन लग गए मैं चाह बनाउण लग गई वह तो पुत अंदर कमरे च तनवीर नाल गल्लां करी जांदा सीगा अच्छा मैनू मोहित कहिंदा सी कहिंदा मुंडा सही नहीं हैगा अच्छा भी चल पुत आपां ने कहणा उहनूं रिश्ता कराउणा आपां नूं की रहना तू एवें कहदा टेंशन करी फिरदा दिमाग ते टेंशन बेबी मैं तां करी फिरदा मैं तनवीर दी मासी नूं फोन करिया सी अच्छा उह कहिंदी गुरी नाल तां मेरी कोई रिश्तेदारी नहीं पैंदी लै फिर इहदे च की बड़ी गल आ पुत किसे होर रिश्तेदारी चों होणा हैगा तां तनवीर दा रिश्तेदार लंबी सकीरी चों होणा बेबे उह तनवीर दा रिश्तेदार नहीं हैगा ਮੈਨੂੰ ਮੋਹਿਤ ਨੇ ਦੱਸਿਆ ਕਹਿੰਦਾ ਉਹ ਤਨਵੀਰ ਦੇ ਨਾਲ ਪੜ੍ਹਦਾ ਸੀ ਤੇ ਤਨਵੀਰ ਉਹਦੇ ਨਾਲ ਗਲਤ ਵੀ ਹੈ ਨਾ ਨਾ ਪੁੱਤ ਆਪਣੀ ਤਨਵੀਰ ਇਹੀ ਜੀ ਨਹੀਂ ਹੈਗੀ ਗੁੱਸੇ ਖੋਰ ਤਾਂ ਜ਼ਰੂਰ ਆ ਉਹ ਪਰ ਪੁੱਤ ਇਹੋ ਜੀ ਨਹੀਂ ਹੈਗੀ ਉਹ ਬੇਬੇ ਮੈਨੂੰ ਮੋਹਿਤ ਨੇ ਦੱਸਿਆ ਉਹ ਕਹਿੰਦਾ ਮੈਂ ਦੋਹਾਂ ਨੂੰ ਇਕੱਠੇ ਦੇਖਿਆ ਪੁੱਤ ਉਹਨੇ ਤਾਂ ਦੇਖਣਾ ਹੀ ਸੀ ਨਾਲੇ ਉਹਦੇ ਉੱਥੇ ਕੋਲ ਤਾਂ ਪੜ੍ਹਦੀ ਹੈ ਤੂੰ ਐਵੇਂ ਨਾ ਗਲਤ ਸੋਚ ਬੇਬੇ ਮੈਂ ਕਾਹਨੂੰ ਗਲਤ ਸੋਚ ਰਿਹਾ ਮੈਨੂੰ ਤਾਂ ਮੋਹਿਤ ਨੇ ਦੱਸਿਆ ਓਹੋ ਮੋਹਿਤ ਨੂੰ ਵੀ ਤਾਂ ਪੁੱਤ ਭੁਲੇਖਾ ਲੱਗ ਸਕਦਾ ਹੈ ਤੂੰ ਐਵੇਂ ਨਾ ਕਰ ਚੱਕਰੇ ਇਸ ਪਾ ਲਈ ਚੱਲ ਕੋਈ ਨਹੀਂ ਜੇ ਕੋਈ ਚੱਕਰ ਹੋਊਗਾ ਫਿਰ ਪਤਾ ਤਾਂ ਲੱਗ ਹੀ ਜਾਊਗਾ ਘਰੇ ਛੱਡ ਕੇ ਆਵਾਂ ਤੈਨੂੰ ਫਿਰ ਅੱਜ ਨਹੀਂ ਨਹੀਂ ਗੁਰੀ ਮੈਂ ਆਪੇ ਚਲੇ ਜਾਊਂਗੀ ਕਿਉਂ ਸ਼ੱਕ ਪਾਉਣਾ ਖਾਮ ਖਾ ਉਹਨਾਂ ਨੂੰ ਨਾ ਉਹ ਯਾਰ ਸ਼ੱਕ ਕਾਹਦਾ ਹੋਊਗਾ ਪਤਾ ਦੇਂਗਾ ਵੀ ਰਿਸ਼ਤੇਦਾਰ ਆ ਨਹੀਂ ਨਹੀਂ ਮੈਂ ਆਪੇ ਚਲੇ ਜਾਊਂਗੀ ਨਾਲੇ ਮੇਰੀ ਗੱਲ ਸੁਣੋ ਜਿਹੜੇ ਤੁਹਾਡੇ ਫੋਨ 'ਚ ਫੋਟੋਆਂ ਨੇ ਮੇਰੀਆਂ ਉਹ ਡਿਲੀਟ ਕਰ ਦਿਓ ਕੋਈ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਕਿਸੇ ਨੇ ਚੱਕ ਕੇ ਡਾਟਾ ਵਾਇਰਲ ਕਰਤਾ ਨਾ ਤਾਂ ਮੈਂ ਬਦਨਾਮੀ ਹੋ ਜਾਊਗੀ ਯਾਰ ਮੈਂ ਆਪਦਾ ਫੋਨ ਕਿਸੇ ਨੂੰ ਫੜਾਉਂਦਾ ਹੀ ਨਹੀਂ ਚਾਹੇ ਜਿੰਨਾ ਮਰਜ਼ੀ ਪੱਕਾ ਦੋਸਤ ਹੋਵੇ ਤੂੰ ਰੱਖ ਕੇ ਕਰਨੀ ਆ ਵੀ ਕੀ ਨੇ ਜਦ ਮੈਂ ਖੁਦ ਹੀ ਤੇਰੇ ਕੋਲ ਆ ਯਾਰ ਤੇਰਾ ਕੀ ਆ ਮੈਂ ਤਾਂ ਫੋਟੋ ਡਿਲੀਟ ਕਰਕੇ ਮੈਂ ਨਾ ਯਾਰੀ ਤੋੜ ਜੇ ਆਪਦੇ ਘਰ ਵਾਲੀ ਬਣ ਕੇ ਬਹਿ ਜੇ ਅੱਛਾ ਤੇ ਇਹ ਤੂੰ ਮੈਨੂੰ ਬਲੈਕਮੇਲ ਕਰਨ ਨੂੰ ਰੱਖੀਆਂ ਨੇ ਫੇਰ ਕਾਹਦਾ ਪਿਆਰਾ ਤੇਰਾ ਮੇਰੇ ਨਾਲ ਯਾਰ ਫੋਟੋਆਂ ਕਰਕੇ ਤਾਂ ਮੇਰੇ ਕੋਲ ਆਈਆਂ ਨਹੀਂ ਕਿਤੇ ਨੱਕ ਤੇ ਮੱਕੀ ਬਹਿਣਦੀ ਤੂੰ ਮੈਂ ਫੋਟੋਆਂ ਕਰਕੇ ਨਹੀਂ ਆਈ ਤੇਰੇ ਕੋਲੇ ਮੈਂ ਪਿਆਰ ਕਰਦੀ ਆਂ ਤੈਨੂੰ ਤਾਂ ਆਈ ਆਂ ਤੈਨੂੰ ਮਿਲਣ ਚਾਹੇ ਤੂੰ ਮੰਨ ਚਾਹੇ ਨਾ ਮੰਨ ਆਪਾਂ ਨੂੰ ਦੋਨੋਂ ਇਕੱਠੇ ਨਾ ਫੋਟੋ ਨਹੀਂ ਕਰੇਗਾ ਤੈਨੂੰ ਮੇਰੇ ਤੇ ਨਹੀਂ ਵਿਸ਼ਵਾਸ ਨਾ ਤਾਂ ਐਂ ਕਰ 5-7 ਫੋਟੋ ਹੋਰ ਖਿੱਚ ਕੇ ਰੱਖ ਲੈ ਜੇ ਫੋਟੋ ਇਕੱਠੇ ਰੱਖ ਸਕਦੇ ਨੇ ਆਪਾਂ ਨੂੰ ਯਾਰ ਤੂੰ ਕਿਉਂ ਘਬਰਾਉਣੀ ਆ ਇਹ ਤਾਂ ਮੈਂ ਡਿਲੀਟ ਕਰ ਦੂੰਗਾ ਤੂੰ ਐਂ ਦੱਸ ਵੀ ਤੂੰ ਹਾਈਲਾਈਟਸ ਕੰਪਲੀਟ ਹੋ ਗਏ ਫਿਰ ਮੈਂ ਮਿਲਤਾ ਆਇਆ ਕਰਾਂਗੀ ਹਾਂ ਆਇਆ ਕਰੂੰਗੀ ਆਇਆ ਕਿਉਂ ਨਹੀਂ ਕਰੂੰਗੀ ਉਹ ਯਾਰ ਹੁਣ ਹਰ ਰੋਜ਼ ਆਇਆ ਕਰੀ ਠੀਕ ਹੈ ਕੋਈ ਛੁੱਟੀ ਨਾ ਮਾਰਿਆ ਕਰੀ ਨਹੀਂ ਤੈਨੂੰ ਦੇਖੇ ਬਣਾ ਨਾ ਯਾਰ ਦਿਨ ਹੀ ਲੰਘਿਆ ਕਰਨਾ ਠੀਕ ਹੈ ਜਨਾਬ ਮੈਂ ਰੈਗੂਲਰ ਹੀ ਆ ਜਾ ਕਰੂੰਗੀ ਹੁਣ ਤਾਂ ਮੇਰੀ ਕਲਾਸ ਖਤਮ ਹੋ ਚੁੱਕੀ ਹੈ ਹੁਣ ਮੈਂ ਜਾਵਾਂ ਅੱਜ ਮੈਨੂੰ ਲੱਗਾ ਕਲਾਸ ਤੇਰੀ ਜ਼ਿਆਦਾ ਲੰਬੀ ਹੋ ਗਈ ਕੁਛ ਪੂਰਾ 1 ਘੰਟਾ ਲੇਟ ਆਈ ਹੈ ਹਾਂ ਹਾਂ ਹੁਣ ਤਾਂ ਕਲਾਸ ਜ਼ਿਆਦਾ ਟਾਈਮ ਹੀ ਲੱਗਿਆ ਕਰੂਗੀ ਸਿਲੇਬਸ ਜ਼ਿਆਦਾ ਕਵਰ ਹੁੰਦਾ ਹੁੰਦਾ ਹੀ ਹੋਊਗਾ ਹਾਂ ਸਿਲੇਬਸ ਤਾਂ ਕਵਰ ਫਟਾਫਟ ਹੀ ਕਰਾ ਦੇਣਾ ਗੁਰੀ ਨੇ ਆਪਣਾ ਰਿਸ਼ਤੇਦਾਰ ਤਾਂ ਹੈਗਾ ਉਹ ਤਾਂ ਬੜਾ ਹੀ ਵਧੀਆ ਪੜਾਉਂਦਾ ਹੈਗਾ ਹੁਣ ਤਾਂ ਮੈਨੂੰ ਸਮਝ ਵੀ ਲੱਗਣ ਲੱਗ ਗਈ ਜੀ ਵੈਸੇ ਮੈਂ ਭੁੱਲ ਗਿਆ ਆਪਣੀ ਗੁਰੀ ਨਾਲ ਰਿਸ਼ਤੇਦਾਰੀ ਕੀ ਪੈਂਦੀ ਆ ਓਹੋ ਤੁਸੀਂ ਵੀ ਨਾ ਬਾਲੀ ਭਲੱਕੜੋ ਤੁਹਾਨੂੰ ਦੱਸਿਆ ਤਾਂ ਸੀ ਮੈਂ ਵੀ ਮੇਰੀ ਮਾਸੀ ਦੀ ਦਰਾਣੀ ਦਾ ਦੋਤਾ ਆ ਅੱਛਾ ਜੀ ਪਰ ਤੇਰੀ ਮਾਸੀ ਦੀ ਦਰਾਣੀ ਦਾ ਕੋਈ ਜਵਾਕ ਨਹੀਂ ਹੈਗਾ ਫਿਰ ਦੋਤਾ ਕਿਵੇਂ ਬਣ ਗਿਆ ਕਿਹਨੇ ਕਿਹਾ ਜਵਾਕ ਨਹੀਂ ਹੈਗਾ ਮੇਰੀ ਮਾਸੀ ਦੀ ਦਰਾਣੀ ਦੇ 3 ਜਵਾਕ ਨੇ ਤੁਸੀਂ ਕਹੀ ਨਾ ਜਵਾਕ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਤੇਰੀ ਮਾਸੀ ਝੂਠ ਬੋਲਦੀ ਹੋਣੀ ਕੀ ਝੂਠ ਬੋਲਦਾ ਮਾਸੀ ਨੇ ਤੁਹਾਨੂੰ ਮੈਂ ਤੇਰੀ ਮਾਸੀ ਨੂੰ ਫੋਨ ਕੀਤਾ ਸੀ
मैं क्या भी चलो गुरी का धन्नवाद कर दें तेरी मासी कह दें भी भाई थोड़ा मुंडा बहुत वधिया पढ़ाउंदा है पर अगो तेरी मासी हसन लग गई कहंदी गुरी गुरी तो मैं जानदी नहीं हाँ हाँ मैं सानू दसना भुल गई मासी दराणी तो कोई आपका जवाक है नहीं गा वह तो गाह भैन का दोता है अच्छा वैसे काफ़ी दूर दिन रिश्तेदारियों वरतते हो तुम है ना वरतना ही पैदा जो अगला वरतद हूँ जो आप किसी के आवा जावे अगला भी तो आऊगा ही मैं ये लगता भी गुरी पढ़िया भी तेरे नाल ही आ हाँ मेरे नाल ही पढ़िया गा असी बचपन तो कट्ठे पढ़ते आ रहे हैं फिर तू ब्याह क्यों नहीं कराया गुरी नाल उहदे नाल ही ब्याह करा लैंदी मेरी जिंदगी क्यों खराब की सी तुसी गल घुमा फिरा के कातों कह रहे होंगे थोड़े कहने का मतलब की है मतलब तो जमा साफ है मेरे कहने का मैनू गलत फहमी नहीं हो रही मैनू यकीन हो रहा है भी तेनों ब्याह गुरी नाल ही करवाना चाहिए सी मैं थोड़े कहने का की मतलब है भी मैं गुरी नाल गलत हाँ शर्म करो वह साडा रिश्तेदार है जे रिश्तेदार है फिर एवें कर तेरे भाई नूं फोन ला हैंड फ्री करके वह तो कहा भी वह गुरी तेरा रिश्तेदार भाई नूं की पता भाई कहड़ा रिश्तेदार चाहुंदा जांदा वह तो कम्मां कारां च उलझे रहिंदा अच्छा तो तेरी मासी नूं तां पता ही होना उहनूं फोन कर ला कोई ना कर लूंगी हाले मेरा मूड नहीं है फोन लाने का फोन करने का मूड नहीं है डर लगता भी झूठ फड़ाया जाऊगा ना जे मैं थोड़े पोलाइट वे ना गल कर रही है ना तो यह मतलब यह नहीं है मेरे सिर चढ़ जाओ हम मेरे तो इल्जाम लाने शुरू करते ना मैं कद कुछ पूछा थोड़े तो भी तुम कि मिल के आने पता नहीं कितने कितने मीटिंग चल दया थोड़िया गल घुमा सच नहीं लोग लग गया सच सच ही रहूगा ना कहदा सच मैं कर दिया मेरे माँ बाप को फोन भी मेरे तो इल्जाम ला के मैं आईलैट्स करना हटा मैं पता तेरा तू पहला तो राजी नहीं मेरे आईलैट्स करने हूँ तू नवे नवे बहाने बना के मैं हटा चाहना हेलो हाँ जी किवें हो की हाल ने बस ठीक है अच्छा जी वे तनवीर कित्थे आ मैं सिलेबस बारे दसना सीगा एक मिनट रुक कराउणा तनवीर आ राणो दा फोन आ गल करी ले फड़ ओहो फोन कट गया कोई गल नहीं दोबारा कर ला नहीं मैं फिर कर लूंगी जे हुण एक बारी फोन ला लिया उन्हें खड़े ही छड़ना गल्ले ही बहुत मारदी है अच्छा चल मैनू ऐ दस जिहड़ा गुरी आ उह राणो दे घरे ही रहिंदा क्योंकि गुरी ने गल कीती सी मेरे नाल फोन ते इह नंबर तां वैसे राणो दा ही होणा हाँ राणो दा नंबर है गुरी ने गल कीती सी उह क्लास ला रही होणी हैगी गुरी ने फोन फड़ लिया होणा वैसे कहिंदा की सी उहने तां की कहिणा आही कहिंदा सी कहना सिलेबस दसना उन्हों तू एवें कर हुणे फोन कर ला कित बड़ा जरूरी ना हो फिर कि तेरा एक अद्धा बैंड घट जाए तुम ना टेंशन लो मेरे बैंडा की मैं सब पता है मैं की करना तो की नहीं करना मैनू मूर्ख बनाने की कोशिश ना कर मैनू सब पता यह नंबर भी गुरी दी है तो कॉल भी तेन उस ने की हूँ तुम चाहे की होंगे भी मैं आईलैस करना हट जा ना होर तेन की लगता तेन हम उत भेजा करूँगा उत्थे तक की हूँ तो तेन मैं घरों भी पैर बाहर ही पटन दिता बाहर का की मतलब हुण मैं कितने जा भी नहीं सकती अच्छा होर तैनू की लगता है भी तेरा जाना बनता हाँ बनता तेरे में गलती नहीं हैगी ऐ तो फिर मैं तेरे इल्जाम ला दिनी हैगी फिर तुसी भी ना जाया करो बाहर मैं तेरे ते इल्जाम नहीं लाया जो हकीकत आ वही दसी आ वो भी विद प्रूफ वाह कमाल ही करती है घर रिश्तेदार ते भी इल्जाम लाने शुरू करते तुस तो हुण इह चाहुंदे हो भी ना तो मैं किसी रिश्तेदार नाल वरता ते ना मैं बाहर जावां घरों बाहर जाना तेरे आपदे लक्षण नहीं हैगे मैं तेनू भेजदा ही रहना तेरे ते टेस्ट करके ऐ फिर घर कैद हो के नहीं है बैठन लगी चाहे उन्हें घर छड़ना क्यों ना पै जाए नाले चोर नाले चतराइया आ घर छड़ना डरापे ना मार मैनू चाहे कल जांदी अज चली जा कोई नहीं कर दिंदी मैं आपदी मां नूं फोन लै जाणगे आके उह एवें करी फिर आपदी सारी करतूत भी दस दी आपदी मां नूं नाले उहनूं मैं आउंदे नूं पुछूंगा भी जिहड़ा गुरी आ उहदे नाल थोड़ी एड्डी किहड़ी गुड़ी रिश्तेदारी आ पुछ लई मैं घर डरदी हैगी डर तां मैनूं तां होवे जे मैं गलत होवां मैनू लगता फिर तेन घराने धराने का मतलब नहीं पता घराने धराने दियां धीआं एवें नहीं फिरदियां
ਜਿਵੇਂ ਤੂੰ ਫਿਰਦੀ ਹੈ ਉਹ ਤਾਂ ਇੱਕ ਕਦਮ ਚੱਕਣ ਲੱਗੇ ਵੀ 100 ਵਾਰ ਸੋਚਦੀਆਂ ਨੇ ਤੂੰ ਤਾਂ ਸਾਰੀਆਂ ਹੱਦਾਂ ਹੀ ਪਾਰ ਕਰੀ ਫਿਰਦੀ ਹੈ ਕੋਈ ਨਹੀਂ ਫਿਰ ਲੱਭ ਲਈ ਹੁਣ ਧਰਾਣੇ ਧਰਾਣੇ ਦੀ ਮੈਂ ਤਾਂ ਨਹੀਂ ਤੈਨਾਂ ਰਹਿਣਾ ਮੈਂ ਤਾਂ ਹੁਣ ਤਲਾਕ ਹੀ ਲਊਂਗੀ ਕੋਈ ਨਾ ਤੂੰ ਤਲਾਕ ਹੀ ਲੈ ਲਾ ਤੇਰੇ ਵਰਗੀ ਧੋਖੇਬਾਜ਼ ਨਾਲ ਰਹਿਣ ਨਾਲ ਤਾਂ ਮੈਂ ਇਕੱਲਾ ਹੀ ਚੰਗਾ ਆ ਦੇਖ ਤਲਾਕ ਦੇ ਨਾਂ ਨੂੰ ਕਿਵੇਂ ਖੁਸ਼ ਹੁੰਦਾ ਹੈਗਾ ਸਭ ਚਾਲਾਂ ਨੇ ਮੈਨੂੰ ਘਰੋਂ ਬਾਹਰ ਕੱਢਣ ਦੀਆਂ ਲੱਭ ਰੱਖੀ ਹੋਣੀ ਕੋਈ ਤਾਂ ਹੀ ਤਾਂ ਅੱਧੀ ਦਿਨ ਤੱਕ ਘਰੇ ਨਹੀਂ ਆਉਂਦਾ ਹੈਗਾ ਲੱਭੀ ਤਾਂ ਨਹੀਂ ਕੋਈ ਪਰ ਲੱਭ ਜ਼ਰੂਰ ਲਊਂਗਾ ਤੈਨੂੰ ਮੈਂ ਦੱਸੂਗਾ ਵੀ ਆਸ਼ਕੀ ਕਿਵੇਂ ਕਰੀ ਨਹੀਂ ਹੁੰਦੀ ਆ ਕੱਲੀ ਤੈਨੂੰ ਹੀ ਨਹੀਂ ਆਸ਼ਕੀ ਕਰਨੀ ਆਉਂਦੀ ਬੇਬੇ ਮੈਂ ਤਨਵੀਰ ਨੂੰ ਰੱਖਣਾ ਨਹੀਂ ਹੈਗਾ ਮੈਂ ਤਾਂ ਉਹ ਤਲਾਕ ਹੀ ਲੈਣਾ ਬੇਬੂ ਤੈਂ ਕਾਹਨੂੰ ਬੋਲੀ ਜਾਂਦਾ ਤੀਵੀਂ ਆਦਮੀ ਦੀ 100 ਵਾਰ ਲੜਾਈ ਹੁੰਦੀ ਆ ਫੇਰ ਉਹ ਜਿਹੇ ਹੋ ਜਾਂਦੇ ਨੇ ਐ ਨਹੀਂ ਕਹਿੰਦੇ ਹੁੰਦੇ ਤੀਵੀਂ ਆਦਮੀ ਨੇ ਹੋਰ ਲੜਾਈਆਂ ਹੁੰਦੀਆਂ ਨੇ ਪਰ ਇਹ ਮੁੱਦਾ ਹੋਰ ਆ ਲੈ ਦੱਸ ਪੁੱਤ ਤੂੰ ਉਹਦੇ ਭਰਾਇਆ ਵੀ ਕਾਹਨੂੰ ਸ਼ੱਕ ਕਰੀ ਜਾਂਦਾ ਇਹੀ ਜੀ ਨਹੀਂ ਹੈਗੀ ਉਹ ਮੈਂ ਜਾਣਦੀ ਹਾਂ ਉਹਦੇ ਸੁਭਾਅ ਨੂੰ ਤੂੰ ਬੇਬੇ ਸਿਰਫ ਉਹਦੇ ਸੁਭਾਅ ਨੂੰ ਐ ਜਾਣਦੀ ਆ ਉਹਦੇ ਕਰੈਕਟਰ ਨੂੰ ਨਹੀਂ ਜਾਣਦੀ ਫਿਰ ਇਹਦੀ ਕਰੈਕਟਰਲੈਸ ਜਨਾਨੀ ਆ ਉਹ ਪੁੱਤ ਤੂੰ ਕਲੇਸ਼ ਨਾ ਕਰ ਜੇ ਉਹਦੇ ਬੈਂਡ ਘੱਟ ਆਏ ਸਾਰਾ ਇਲਜ਼ਾਮ ਉਹ ਤੇਰੇ ਸਿਰ ਲਾਊਗੀ ਕਹੂਗੀ ਇਹਨੇ ਕਲੇਸ਼ ਕੀਤਾ ਤੇ ਤਾਂ ਮੇਰੇ ਬੈਂਡ ਘੱਟ ਆਏ ਨੇ ਚੁੱਪ ਕਰ ਜਾ ਅੱਛਾ ਮੈਂ ਉਹਨੂੰ ਹੁਣ ਵੀ ਬਾਹਰ ਭੇਜਾਂ ਆਈਲੈਟਸ ਕਰਨ ਮੇਰੇ ਦਿਮਾਗ 'ਚ ਨਹੀਂ ਫਰਕ ਆਇਆ ਮੈਂ ਤਾਂ ਉਹਨੂੰ ਕਹਿਤਾ ਵੀ ਜੇ ਆਈਲੈਟਸ ਕਰਨੀ ਹੈ ਜਾਂ ਘਰੋਂ ਬਾਹਰ ਪੈਰ ਪਾਉਣਾ ਫਿਰ ਮੈਂ ਤਾਂ ਨਹੀਂ ਰੱਖਦਾ ਚੰਗੇ ਭਲੇ ਨੌਕਰੀਆਂ ਕਰਦੇ ਸੀ ਪਤਾ ਨਹੀਂ ਕਿਹਨੇ ਨਜ਼ਰ ਲਾਤੀ ਦੋਹਾਂ ਨੂੰ ਨਜ਼ਰ ਕਿਹਦੀ ਲੱਗਣੀ ਹੈ ਬੇਬੇ ਸਿੱਕਾ ਦਾ ਆਪਦਾ ਖੋਟਾ ਲੋਕਾਂ ਦੀਆਂ ਪੁੱਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਵਿੱਚੇ ਦੱਬ ਜਾਂਦੇ ਨੇ ਵੀ ਕਾਹਨੂੰ ਬੇਇੱਜ਼ਤੀ ਹੋਊਗੀ ਤੂੰ ਆ ਛੋਟੀ ਜਿਹੀ ਗੱਲ ਦਾ ਗਾਹ ਪਾਉਣ ਨੂੰ ਫਿਰਦਾ ਮੇਰੀ ਤੀਵੀਂ ਬਾਹਰ ਬਗਾਨੇ ਮੁੰਡੇ ਨਾਲ ਘੁੰਮਦੀ ਫਿਰੇ ਤੇ ਮੈਂ ਚੁੱਪ ਕਰ ਜਾ ਵੀ ਬੇਇੱਜ਼ਤੀ ਹੋਊਗੀ ਬੇਬੇ ਮੈਨੂੰ ਇਹ ਦੱਸ ਮੇਰੀ ਇੱਜ਼ਤ ਰਹੀ ਕਿੱਥੇ ਗਈ ਜਦੋਂ ਬਾਹਰ ਵਾਰਾ ਕਰਦੀ ਫਿਰਦੀ ਆ ਪੁੱਤ ਤੂੰ ਤੇਜ਼ੀ ਨਾ ਕਰ ਠੰਡੇ ਦਿਮਾਗ ਤੋਂ ਕੰਮ ਲੈ ਸਾਰੇ ਮਸਲੇ ਦਾ ਹੱਲ ਹੋ ਜਾਂਦਾ ਮੈਂ ਹੁਣ ਤੱਕ ਠੰਡਾ ਦਿਮਾਗ ਲਈ ਬੈਠਾ ਤਾਂ ਹੀ ਤਾਂ ਲੋਕ ਘਰੇ ਵੀ ਆਉਣ ਲੱਗ ਗਏ ਤੇ ਮੈਂ ਅਜੇ ਵੀ ਠੰਡਾ ਦਿਮਾਗ ਚੱਕੀ ਬੈਠਾ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਦੋਨੇ ਗੱਡੀ ਚਾੜੇ ਹੁੰਦੇ ਫੇਰ ਕੀ ਹੋ ਜਾਂਦਾ ਹੁਣ ਨੂੰ ਜੇਲ੍ਹ 'ਚ ਬੈਠਾ ਹੁੰਦਾ ਕਮ ਸੇ ਕਮ ਘਰੇ ਤਾਂ ਬੈਠਾ ਆਪਣਾ ਉੱਥੋਂ ਸਾਰਾ ਕੁਛ ਠੀਕ ਹੋ ਜਾਊਗਾ ਮੈਂ ਆਪੇ ਕਰੂੰਗੀ ਸਭ ਮਸਲੇ ਦਾ ਹੱਲ ਤੇਰਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਪੁੱਤ ਤਨਵੀਰ ਹਾਂ ਮੰਮੀ ਮੈਂ ਤਾਂ ਠੀਕ ਹਾਂ ਪਰ ਘਰ ਦੇ ਹਾਲਾਤ ਨਹੀਂ ਠੀਕ ਹੈਗੇ ਕੀ ਕਿਹਾ ਪੁੱਤ ਕੌਣ ਨਹੀਂ ਠੀਕ ਬਾਕੀ ਤਾਂ ਸਾਰੇ ਠੀਕ ਨੇ ਪਰ ਘਰੇ ਹਾਲਾਤ ਨਹੀਂ ਠੀਕ ਸਾਰ ਦਿਨ ਘਰੇ ਕਲੇਸ਼ ਹੁੰਦਾ ਕਿਉਂ ਕੀ ਹੋਇਆ ਬਹੁਤ ਕੁਛ ਹੋ ਗਿਆ ਮੈਂ ਨਹੀਂ ਹੁਣ ਰਹਿਣਾ ਇੱਥੇ ਮੈਂ ਤਾਂ ਹੁਣ ਤੇਰੇ ਕੋਲ ਹੀ ਆਊਂਗੀ ਪੱਕਾ ਇੱਥੇ ਹੀ ਰਹੂੰਗੀ ਕੀ ਗੱਲ ਪੁੱਤ ਤੇਰੀ ਸੱਸ ਤੰਗ ਕਰਦੀ ਆ ਕਿ ਪਰਾਉਣਾ ਤੰਗ ਕਰਦਾ ਨਹੀਂ ਸੱਸ ਤਾਂ ਨਹੀਂ ਲੜਦੀ ਉਹੀ ਲੜਦਾ ਜਿਹਦੇ ਨਾਲ ਤੁਸੀਂ ਧੱਕੇ ਨਾਲ ਤੋਰਿਆ ਸੀ ਮੈਨੂੰ ਕੋਈ ਗੱਲ ਤਾਂ ਹੋਈ ਹੋਣੀ ਪੁੱਤ ਤਾਂ ਹੀ ਲੜਦਾ ਹੋ ਗੱਲ ਕੀ ਹੋਣੀ ਹੈ ਮੈਂ ਆਈਲੈਟਸ ਕਰਨ ਲੱਗੀ ਸੀ ਨੌਕਰੀ ਛੱਡ ਕੇ ਤੇ ਇਹ ਆਈਲੈਟਸ ਕਰਾਉਣਾ ਨਹੀਂ ਚਾਹੁੰਦੇ ਇਹਨਾਂ ਨੂੰ ਆਏਗਾ ਵੀ ਪੈਸੇ ਲਾਉਣੇ ਪੈਣਗੇ ਬਾਹਰ ਭੇਜਣ ਤੇ ਪੁੱਤ ਜੇ ਉਹ ਨਹੀਂ ਮੰਨਦੇ ਤੂੰ ਨਾ ਕਰ ਆਈਲੈਟਸ ਤੂੰ ਨੌਕਰੀ ਕਰੀ ਚੱਲ ਉਹ ਤਾਂ ਕਹਿੰਦਾ ਹੁਣ ਨੌਕਰੀ ਵੀ ਨਹੀਂ ਕਰਨੀ ਹੋਰ ਤਾਂ ਹੋਰ ਮੈਨੂੰ ਕਹਿੰਦਾ ਘਰੋਂ ਬਾਹਰ ਪੈਰ ਵੀ ਨਹੀਂ ਪੱਟਣਾ ਕਿਉਂ ਘਰੋਂ ਬਾਹਰ ਕਿਉਂ ਨਹੀਂ ਜਾਣਾ ਤੂੰ ਕੋਈ ਗੁਨਾਹ ਕਰਤਾ ਗੱਲ ਐ ਆ ਬੇਬੇ ਜਿੱਥੇ ਮੈਂ ਆਈਲੈਟਸ ਕਰਦੀ ਆ ਉੱਥੇ ਮੈਨੂੰ ਗੁਰੀ ਪੜਾਉਣ ਲੱਗਿਆ ਹੋਇਆ ਇੱਕ ਦਿਨ ਮੇਰੀ ਬੱਸ ਲੰਘੀ ਗੁਰੀ ਮੈਨੂੰ ਛੱਡਣ ਆ ਗਿਆ ਮੈਨੂੰ ਆਉਂਦੇ ਨੂੰ ਕਿਸੇ ਨੇ ਦੇਖ ਲਿਆ ਤੇ ਉਹਨੇ ਇਹਨੂੰ ਭੜਕਾਤਾ ਇਹ ਗੁਰੀ ਕੌਣ ਹੈ ਗੁਰੀ ਉਹੀ ਹੈ ਬੇਬੇ ਜਿਹਦੇ ਨਾਲ ਮੈਂ ਪਹਿਲਾਂ ਵਿਆਹ ਕਰਾਉਣਾ ਚਾਹੁੰਦੀ ਸੀ ਜੇ ਉਹਦੇ ਬਾਪੂ ਮੈਨੂੰ ਗੁਰੀ ਨਾਲ ਤੋੜ ਦਿੰਦਾ ਤਾਂ ਚੰਗਾ ਹੁੰਦਾ ਅੱਛਾ ਇਹ ਗੱਲ ਹੈ ਨਾ ਤੂੰ ਵਿਆਹੀ ਵਾਰੀ ਉਹਦੇ ਨਾਲ ਕਿਉਂ ਤੁਰੀ ਫਿਰਦੀ ਹੈਗੀ ਪਹਿਲਾਂ ਦੀ ਗੱਲ ਕੁਛ ਹੋਰ ਸੀ ਨਾ ਜੇ ਇੰਨੇ ਚੰਗਾ ਹੁੰਦਾ ਤਾਂ ਅਸੀਂ ਆਪ ਹੀ ਤੋੜ ਦਿੰਦੇ ਉਹਦੇ ਨਾਲ ਨਾਲੇ ਤੂੰ ਉਹ ਤੋਂ ਕੀ ਲੈਣਾਗਾ ਮਲੰਗ ਤਾਂ ਹੈਗਾ ਉਹ ਮੰਮੀ ਤੂੰ ਗੱਲ ਤਾਂ ਸੁਣ ਲਿਆ ਕਰ ਪਹਿਲੀ ਬੋਲਣ ਲੱਗ ਜਾਂਦੀ ਹੈਗੀ ਮੈਂ ਗੁਰੀ ਨਾਲ ਫਿਰਦੀ ਥੋੜੀ ਆ ਉਹ ਤਾਂ ਮੈਨੂੰ ਪੜਾਉਂਦਾ ਹੈਗਾ ਨਾ ਫਿਰ ਚੱਕਰ ਕੀ ਆ ਮੰਮੀ ਤੂੰ ਸਮਝ ਤਾਂ ਹੈ ਨਹੀਂ ਤਾਂ ਦੱਸਿਆ ਤਾਂ ਹੈਗਾ ਤੇ ਮੈਂ ਤੇ ਗੁਰੀ ਇਕੱਠੇ ਆ ਰਹੇ ਸੀਗੇ ਤੇ ਸਾਨੂੰ ਕਿਸੇ ਨੇ ਦੇਖ ਲਿਆ ਤੇ ਆਉਂਦੇ ਸਾਰ ਤੇਰੇ ਜਵਾਈ ਨੂੰ ਕਿਸੇ ਨੇ ਭੜਕਾਤਾ ਜੇ ਤੈਨੂੰ ਉਹ ਪੜਾਉਂਦਾ ਹੈ ਪਰ ਬਾਹਰ ਕਾਹਤੋਂ ਘੁੰਮਦੀ ਫਿਰਦੀ ਆ ਉਹਦੇ ਨਾਲ ਮੈਂ ਘੁੰਮਦੀ ਨਹੀਂ ਸੀ ਫਿਰਦੀ ਮੇਰੀ ਬੱਸ ਲੰਘ ਗਈ ਸੀ ਤੇ ਉਹ ਮੈਨੂੰ ਛੱਡਣ ਆ ਗਿਆ ਜੇ ਤੇਰੀ ਬੱਸ ਲੰਘ ਗਈ ਸੀ ਤੂੰ ਪ੍ਰਾਹੁਣੇ ਨੂੰ ਫੋਨ ਕਰ ਦਿੰਦੀ ਉਹ ਆਪੇ ਲੈ ਕੇ ਜਾਂਦਾ ਉਹਦੇ ਕੋਲ ਕਿੱਥੇ ਆ ਟਾਈਮ ਮੈਨੂੰ ਛੱਡ ਕੇ ਆਉਣ ਤੇ ਲੈ ਕੇ ਆਉਣ ਦਾ ਉਹ ਤਾਂ ਚਾਹੁੰਦਾ ਹੀ ਨਹੀਂ ਵੀ ਮੈਂ ਕੁਝ ਕਰਾਂ ਮੈਨੂੰ ਤਾਂ ਭਾਈ ਤੇਰੀ ਗਲਤੀ ਲੱਗਦੀ ਹੈ ਤੂੰ ਉੱਥੇ ਲੱਗੀ ਕਿਉਂ ਜਿੱਥੇ ਉਹ ਮਲੰਗ ਲੱਗਿਆ ਹੋਇਆ ਚੱਲ ਠੀਕ ਹੈ ਮੰਮੀ ਜੇ ਤੈਨੂੰ ਮੈਂ ਹੀ ਗਲਤ ਲੱਗਦੀ ਆ ਮੈਂ ਗਲ ਫਾਹਾ ਲੈ ਲੈਣੀ ਆ ਆ ਕੇ ਮੇਰਾ ਸੰਸਕਾਰ ਕਰਦੀ ਓਹੋ ਪੁੱਤ ਤੈਨੂੰ ਮੈਂ ਗਲਤ ਥੋੜੀ ਕਿਹਾਗਾ ਤੇਰੀ ਗਲਤੀ ਇਹ ਹੈ ਤੂੰ ਗੁਰੀ ਕੋਲੇ ਲੱਗਣੇ ਨਹੀਂ ਸੀ ਚੱਲ ਛੱਡ ਹੁਣ ਦੱਸ ਤੂੰ ਕਰਨਾ ਕੀ ਹੈ ਕਰਨਾ ਕੀ ਹੈ ਆ ਕੇ ਮੈਨੂੰ ਲੈ ਜਾ ਨਾਲੇ ਜੇ ਉਹ ਗੁਰੀ ਬਾਰੇ ਪੁੱਛਣਗੇ ਨਾ ਉਹਨਾਂ ਨੂੰ ਕਹਿ ਦੀ ਵੀ ਸਾਡਾ ਰਿਸ਼ਤੇਦਾਰ ਹੈਗਾ ਲੰਬੀ ਸਕੀਰੀ ਆ ਸਾਡੀ ਨਾ ਉਹ ਗੁਰੀ ਨੂੰ ਕਿਵੇਂ ਜਾਣਦੇ ਨੇ
ਗੁਰੀ ਘਰੇ ਆ ਗਿਆ ਸੀ ਇੱਕ ਦਿਨ। ਉਹ ਘਰੇ ਕੀ ਕਰਨ ਆਇਆ ਸੀ? ਬੇਬੇ ਤੂੰ ਤਾਂ ਵਕੀਲਾਂ ਵਾਂਗੂ ਕੁਐਸਚਨ ਕਰਨ ਬੈਠ ਗਈ। ਮੈਂ ਤੈਨੂੰ ਬਾਅਦ 'ਚ ਸਮਝਾ ਦੂੰਗੀ, ਫਿਲਹਾਲ ਤੂੰ ਮੈਨੂੰ ਆ ਕੇ ਲੈ ਜਾ। ਚੱਲ ਕੋਈ ਨਾ, ਮੈਂ ਆ ਜੂੰਗੀ। ਤੂੰ ਠੰਡੇ ਸੁਭਾਅ ਨਾਲ ਗੱਲ ਕਰੀ, ਐਵੇਂ ਨਾ ਕਲੇਸ਼ ਵਧਾ ਦੀ। ਚੰਗਾ ਚੰਗਾ, ਤੂੰ ਆ ਜਾਈ ਟਾਈਮ ਨਾਲ। ਠੀਕ ਹੈ। ਤਨਵੀਰ, ਤੂੰ ਇਹ ਕੀ ਕਰੀ ਜਾਂਦੀ ਆ ਭਾਈ? ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਹੈਗੀ, ਅਸੀਂ ਤੈਨੂੰ ਪੜ੍ਹਨ ਭੇਜਦੇ ਆ। ਕਿਉਂ, ਮੈਂ ਕੀ ਕਰਤਾ? ਤੂੰ ਕੋਈ ਨਿਆਣੀ ਤਾਂ ਹੈ ਨਹੀਂ, ਤੈਨੂੰ ਸਭ ਪਤਾ ਵੀ ਤੂੰ ਕੀ ਕੀਤਾ। ਅੱਛਾ, ਤੁਹਾਡਾ ਕੁੱਤਾ ਮੇਰੇ ਤੇ ਇਲਜ਼ਾਮ ਲਾਉਂਦਾ ਹੀ ਲਾਉਂਦਾ ਸੀ, ਹੁਣ ਤੁਸੀਂ ਵੀ ਸ਼ੁਰੂ ਕਰਤੇ। ਮੈਨੂੰ ਐਂ ਦੱਸ, ਜਿਹੜਾ ਮੁੰਡਾ ਆਇਆ ਸੀ ਉਸ ਦਿਨ, ਉਹ ਕੀ ਕਰਨ ਆਇਆ ਸੀ ਇੱਥੇ? ਮਿਲਣ ਆਇਆ ਸੀ ਮੈਨੂੰ, ਰਿਸ਼ਤੇਦਾਰ ਹੈ ਸਾਡਾ। ਤੁਸੀਂ ਕੀ ਚਾਹੁੰਦੇ ਹੋਗੇ, ਵੀ ਮੈਨੂੰ ਕੋਈ ਮਿਲਣ ਵੀ ਨਾ ਆਵੇ? ਜੇ ਤੇਰਾ ਰਿਸ਼ਤੇਦਾਰ ਸੀ ਫਿਰ ਉਹ ਤੇਰੇ ਕੋਲ ਕੱਲੀ ਕੋਲ ਅੰਦਰ ਆ ਕੇ ਕਾਹਦਾ ਮੁੜ ਗਿਆ ਬੈਠ ਕੇ? ਸਾਡੇ ਕੋਲ ਨਹੀਂ ਬੈਠ ਸਕਦਾ ਬਾਹਰ? ਮੇਰਾ ਰਿਸ਼ਤੇਦਾਰ ਸੀ, ਮੇਰੇ ਕੋਲ ਹੀ ਆਊਗਾ। ਜਦੋਂ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਉਹ ਤੁਹਾਡੇ ਕੋਲ ਆ ਕੇ ਬੈਠ ਕੇ ਮੁੜ ਜਾਂਦੇ ਨੇ, ਉਹਦਾ ਮੇਰੇ ਕੋਲ ਕੋਈ ਆਉਂਦੇ? ਸਾਡੇ ਰਿਸ਼ਤੇਦਾਰ ਤਾਂ ਆਉਂਦੇ ਨੇ ਭਾਈ, ਸਾਰੇ ਟੱਬਰ 'ਚ ਬੈਠਦੇ ਨੇ, ਕੋਈ ਨੀ ਕੱਲੇ ਕੱਲੇ ਬੈਠਦੇ। ਇਹੀ ਦੇਖਿਆ ਪਹਿਲਾਂ ਜਿਹੜਾ ਤੈਨੂੰ ਕੱਲੀ ਨੂੰ ਅੰਦਰ ਲੈ ਕੇ ਬੈਠ ਗਿਆ? ਉਹ ਮੰਮੀ, ਪਹਿਲੀ ਵਾਰੀ ਆਇਆ ਸੀ ਅਗਲਾ, ਸੰਗਦਾ ਹੋਊਗਾ, ਨਾਲੇ ਕੀ ਗੱਲ ਕਰਦਾ ਤੁਹਾਡੇ ਨਾਲ ਉਹ? ਲੈ, ਇਹ ਕੀ ਗੱਲ ਹੋਈ? ਜੇ ਉਹ ਸਾਡੇ ਕੋਲ ਆ ਕੇ ਬਾਹਰ ਬੈਠਦਾ ਤਾਂ ਹੀ ਜਾਣ ਪਛਾਣ ਹੁੰਦੀ, ਤਾਂ ਹੀ ਉਹਦੀ ਸੰਗ ਖੁੱਲਦੀ। ਮੰਮੀ, ਉਹ ਮੇਰਾ ਰਿਸ਼ਤੇਦਾਰ ਸੀ, ਮੈਨੂੰ ਮਿਲਣ ਆਇਆ ਸੀ, ਤੁਹਾਡੇ ਨਾਲ ਜਾਣ ਪਛਾਣ ਕਰਨ ਨਹੀਂ ਸੀ ਆਇਆ, ਨਾਲੇ ਤੁਹਾਡਾ ਪੁੱਤ ਬੈਠਾ ਤਾਂ ਸੀਗਾ ਅੰਦਰ ਆ ਕੇ ਉਹਦੇ ਕੋਲੇ। ਤੂੰ ਕਹੀਆਂ ਜਾਂ ਗੱਲਾਂ ਕਰਦੀ ਹੈ, ਤੇਰੀ ਤਾਂ ਭਾਈ ਬੋਲੀ ਉਹ ਬਦਲ ਗਈ। ਤੂੰ ਤਾਂ ਹੁਣ ਤੇਰਾ ਪੁੱਤ ਕਹਿਣ ਲੱਗ ਗਈ, ਮੇਰਾ ਪੁੱਤ ਹੈ, ਤੇਰਾ ਵੀ ਤਾਂ ਕੁਛ ਲੱਗਦਾ ਉਹ? ਮੇਰਾ ਨਹੀਂ, ਹੁਣ ਉਹ ਕੁਛ ਲੱਗਦਾ ਹੈਗਾ ਜਦੋਂ ਮੇਰੇ ਤੇ ਝੂਠੇ ਦੋਸ਼ਾਂ ਲਾਉਂਦਾ। ਕਿਵੇਂ ਬੋਲਦੀ ਹੈ, ਫਿਰ ਤਾਂ ਮੈਂ ਵੀ ਨਹੀਂ ਤੇਰੀ ਕੁਛ ਲੱਗਦੀ ਹੋਣੀ, ਜਦ ਮੇਰਾ ਪੁੱਤ ਨਹੀਂ ਕੁਛ ਤੇਰਾ ਲੱਗਦਾ। ਕੋਈ ਨੀ, ਤੁਹਾਡੇ ਨਾਲ ਵੀ ਨਿਬੜ ਜੂਗਾ ਜਦੋਂ ਤੁਹਾਡੇ ਪੁੱਤ ਨਾਲ ਨਿਬੜ ਗਿਆ। ਫਿਰ ਤਾਂ ਤੇਰੀ ਹੁਣ ਪੱਕੀ ਉਹ ਸਲਾਹ ਏ ਨਵੇੜਨ ਦੀ। ਨਵੇੜਨ ਵਾਲਾ ਫੈਸਲਾ ਤੁਹਾਡੇ ਮੁੰਡੇ ਦਾ, ਮੇਰਾ ਨੀ। ਜਦੋਂ ਅਗਲਾ ਕਹਿੰਦਾ ਮੈਂ ਰੱਖਣਾ ਹੀ ਨੀ, ਫਿਰ ਮੈਂ ਕਿਉਂ ਰਹਾਂ ਧੱਕੇ ਨਾਲ? ਮੈਂ ਕਿਹੜਾ ਉਂ ਤੁਰੀ ਫਿਰਦੀ ਹੈਗੀ? ਦੇਖ ਭਾਈ, ਮੈਂ ਤਾਂ ਉਹਨੂੰ ਵੀ ਆਈ ਆ ਸਮਝਾ ਕੇ, ਮੈਂ ਤਾਂ ਤੈਨੂੰ ਵੀ ਸਮਝਾਉਣੀ ਆ। ਇਹ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਹੈਗਾ, ਮਾਂ ਬਾਪ ਇੱਕ ਵਾਰੀ ਮਸਾਂ ਕਰਦਾ, ਸਮਝ ਕਰ ਲਓ ਕੁਛ ਤੁਸੀਂ। ਜਦੋਂ ਅਗਲਾ ਕਹਿੰਦਾ ਮੈਨੂੰ ਰੱਖਣਾ ਹੀ ਨੀ ਹੈਗਾ, ਫਿਰ ਮੈਂ ਕਿਉਂ ਧੱਕੇ ਨਾਲ ਰਹਾਂ? ਲੈ, ਜੇ ਤੂੰ ਉਹਦੇ ਕਹਿਣ ਅਨੁਸਾਰ ਚੱਲੇਗੀ ਫਿਰ ਉਹਦੇ ਦਿਮਾਗ 'ਚ ਪਾਕਾ ਪਿਆ ਵੀ ਤੈਨੂੰ ਘਰਾਂ ਕੱਢੂਗਾ। ਉਹਦੇ ਕਹੇ ਅਨੁਸਾਰ ਨਹੀਂ ਮੈਥੋਂ ਚੱਲੇ ਜਾਂਦਾ, ਉਹ ਤਾਂ ਸ਼ਰਤਾਂ ਹੀ ਬਹੁਤ ਵੱਡੀਆਂ ਨੇ। ਘਰ ਵਸਾਉਣ ਵਾਸਤੇ ਬੰਦੇ ਦੀ ਮੰਨਣੀ ਪੈਂਦੀ ਹੈ, ਇੰਨੀ ਜਿੱਦ ਨਹੀਂ ਕਰਦੇ ਹੁੰਦੇ ਜਿੱਦ ਨਾਲ ਨਹੀਂ ਘਰ ਵਸਦੇ ਹੁੰਦੇ। ਲੈ, ਉਹ ਤਾਂ ਕਹਿੰਦਾ ਘਰੋਂ ਬਾਹਰ ਨਹੀਂ ਜਾਣਾ, ਆਖੇ ਜੇ ਘਰੋਂ ਬਾਹਰ ਪੈ ਰੱਖੇਗੀ ਤਾਂ ਮੈਂ ਤੈਨੂੰ ਤਲਾਕ ਦੇ ਦੂੰਗਾ। ਤੂੰ ਘਰੋਂ ਕਰਨ ਵੀ ਕੀ ਜਾਣਾ ਬਾਹਰ, ਤੈਨੂੰ ਸਭ ਕੁਛ ਨਜ਼ਰ ਘਰੇ ਲਿਆ ਕੇ ਦਊਗਾ। ਅੱਛਾ, ਤੁਸੀਂ ਹੁਣ ਇਹ ਚਾਹੁੰਦੇ ਹੋ ਵੀ ਮੈਂ ਘਰੇ ਕੈਦਰ ਬਣ ਕੇ ਰਹਾਂ? ਤੂੰ ਅਕਲ ਤੋਂ ਕੰਮ ਲੈ ਲੈ, ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਤੂੰ ਕੈਦਰ ਬਣ ਕੇ ਘਰੇ ਰਹਿ। ਤੈਨੂੰ ਆ ਆਈਲੈਟਸ ਕਰਨ ਦੀ, ਨੌਕਰੀ ਕਰਨ ਦੀ, ਤੈਨੂੰ ਪੈਸੇ ਕਮਾਉਣ ਦੀ ਜ਼ਰੂਰਤ ਕੀ ਹੈ? ਉਹ ਆਪੇ ਕਮਾਊਗਾ, ਸਭ ਚੀਜ਼ ਤੈਨੂੰ ਘਰੇ ਬੈਠੀ ਨੂੰ ਦਊਗਾ ਉਹ। ਕਿਉਂ, ਤੁਹਾਨੂੰ ਮੇਰੀ ਆਈਲੈਟਸ ਚੁੱਭਦੀ ਹੈਗੀ? ਓ ਹਾਂ ਸੱਚ, ਚੁੱਭਣੀ ਹੈ ਜਦੋਂ ਪੈਸੇ ਲੱਗਣੇ ਆ। ਆਹ ਗੱਲ ਨਾ ਤੂੰ ਕਹਿ, ਅਸੀਂ ਤਾਂ ਤੈਨੂੰ ਪੜ੍ਹਨ ਲਾ ਦਿੱਤਾ ਸੀਗਾ, ਪਰ ਜਦ ਤੇਰੇ ਲੱਛਣੇ ਨਹੀਂ ਠੀਕ ਫਿਰ ਅਗਲਾ ਕਰੂਗਾ ਵੀ ਕੀ। ਲੱਛਣੇ ਤੁਹਾਡੇ ਮੁੰਡੇ ਦੇ ਵੀ ਠੀਕ ਹੈਗੇ, ਫਿਰ ਉਹਨੂੰ ਵੀ ਹਟਾ ਕੇ ਬਿਠਾਓ ਘਰੇ। ਦੇਖ ਦੇਖ ਕਿਵੇਂ ਬੋਲਦੀ ਹੈ, ਮੇਰੇ ਪੁੱਤ ਦਾ ਤੈਂ ਕੀ ਦੇਖ ਲਿਆ? ਨਾ ਪਰ ਮੇਰਾ ਕੀ ਦੇਖ ਲਿਆ, ਆਪਦਾ ਧੀ ਪੁੱਤ ਹਰੇਕ ਨੂੰ ਸਹੀ ਲੱਗਦਾ, ਮਾੜਾ ਤਾਂ ਬਗੰਨਾ ਹੀ ਹੁੰਦਾ। ਮੇਰੇ ਪੁੱਤ ਦੀ ਨੀ ਤੂੰ ਰੀਸ ਕਰ ਸਕਦੀ, ਲੱਗੀ ਆ ਬੋਲਣ। ਕੁੜੀਏ ਚੱਲ ਪਾ ਕੱਪੜੇ ਚੱਲ ਗਏ। ਭੈਣ ਜੀ, ਤੁਸੀਂ ਆਉਂਦੇ ਸਾਰੇ ਜਵਾਕਾਂ ਦੀਆਂ ਗੱਲਾਂ ਲੱਗੇ ਕਰਨ, ਨਾ ਨਮਸਤੇ ਨਾ ਸਮਲਾਮ, ਇਹ ਕੋਈ ਗੱਲ ਬਣੀ? ਮੇਰੀ ਗੱਲ ਸੁਣੋ, ਤੁਹਾਨੂੰ ਕੋਈ ਸਤਿ ਸ੍ਰੀ ਅਕਾਲ ਬੁਲਾਵਾਂ ਜਾਂ ਤੁਹਾਨੂੰ ਨਮਸਤੇ ਬੁਲਾਵਾਂ, ਨਾ ਤੁਸੀਂ ਮੇਰੀ ਧੀ ਨੂੰ ਤਪਾ ਰੱਖਿਆ। ਅਸੀਂ ਤਪਾ ਰੱਖਿਆ? ਅਸੀਂ ਇਹਨੂੰ ਕੀ ਕਿਹਾ? ਇਹ ਤਾਂ ਖੁਦ ਪੁੱਛ ਲਓ ਵੀ ਕੀ ਗੱਲ ਹੋਈ ਹੈ, ਕਿਉਂ ਹੋਈ ਹੈ। ਮੇਰੀ ਗੱਲ ਸੁਣੋ, ਸਾਰਾ ਕੁਝ ਦੱਸਤਾ ਮੇਰੀ ਧੀ ਨੇ ਮੈਨੂੰ ਫੋਨ ਤੇ, ਤੁਸੀਂ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਆਉਣ ਦੇ, ਇਦੋਂ ਮਾੜਾ ਕੀ ਕਹੂ? ਅੱਛਾ, ਉਹ ਤੁਹਾਡਾ ਰਿਸ਼ਤੇਦਾਰ ਹੈ? ਪਹਿਲਾਂ ਭੈਣ ਜੀ ਕੀ ਰਿਸ਼ਤੇਦਾਰੀ ਆ ਉਹਦੇ ਨਾਲ ਤੁਹਾਡੀ? ਰਿਸ਼ਤੇਦਾਰੀ ਤਾਂ ਹੈਗੀ ਆ ਦੂਰ ਦੀ, ਪਰ ਸਾਡਾ ਵਰਤ ਵਰਤੇਵਾ ਬਹੁਤ ਹੈ। ਚਾਹੇ ਦੂਰ ਦੀ ਹੋ, ਰਿਸ਼ਤੇਦਾਰੀ ਤਾਂ ਕੋਈ ਹੋਣੀ ਆ। ਮੇਰੇ ਭਰਾ ਦੀ ਸਾਲੀ ਦਾ ਮੁੰਡਾ ਗਾ। ਅੱਛਾ ਅੱਛਾ, ਫਿਰ ਤਨਵੀਰ ਨੂੰ ਪਤਾ ਨਹੀਂ ਹੋਣਾ ਚੰਗੀ ਤਰ੍ਹਾਂ, ਇਹ ਤਾਂ ਕਹਿੰਦੀ ਮੇਰੀ ਮਾਸੀ ਦੀ ਦਰਾਣੀ ਦਾ ਦੋਹਤਾ ਏ। ਇਹਨੂੰ ਕੀ ਪਤਾ ਨਿਆਣੇ ਨੂੰ ਰਿਸ਼ਤੇਦਾਰੀ ਦਾ, ਇਹ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਜਾਣਦੀ ਵੀ ਨੀ। ਵੈਸੇ ਭੈਣ ਜੀ, ਜਿੰਨੀ ਨਿਆਣੀ ਤੁਸੀਂ ਇਹਨੂੰ ਬਣਾ ਰਹੇ ਹੋ, ਇੰਨੀ ਨਿਆਣੀ ਤਨਵੀਰ ਹੈ ਨੀ। ਮੰਮੀ, ਇਹਨਾਂ ਨੂੰ ਤਾਂ ਆਪਾਂ ਸਾਰੇ ਕਰੈਕਟਰਲੈਸ ਲੱਗਦੇ ਆ, ਇਹੀ ਕੱਲੇ ਸੱਚੇ ਨੇ। ਲੈ ਦੇਖੋ ਭੈਣ ਜੀ, ਤੁਸੀਂ ਆ ਤਾਂ ਗਏ, ਪਰ ਹੁਣ ਇਹਨੂੰ ਸਮਝਾ ਦੋ, ਜਿਵੇਂ ਇਹ ਕਰਦੀ ਹੈ ਇੱਕਣ ਘਰ ਨਹੀਂ ਵਸਦੇ ਹੁੰਦੇ। ਮੇਰੀ ਮਾਂ ਤਾਂ ਕਹਿ ਰਹੇ ਸਮਝਾ ਦੋ, ਆਪਦੇ ਪੁੱਤ ਨੂੰ ਸਮਝਾਇਆ ਕਦੇ? ਹਾਂ ਹਾਂ, ਮੇਰਾ ਪੁੱਤ ਤਾਂ ਸਮਝਾਇਆ ਹੋਇਆ ਹੀ ਹੈ, ਤਾਂ ਹੀ ਉਹਨੇ ਅੱਜ ਤੱਕ ਕੋਈ ਲਾਂਭਾ ਨਹੀਂ ਕੱਟਿਆ।
ਭੈਣ ਜੀ ਮੇਰੀ ਧੀ ਨੇ ਕਿੰਨੇ ਕਲਾਬੇ ਲੈ ਤੇ ਤੁਹਾਨੂੰ ਭੈਣ ਜੀ ਆਹ ਹੁਣ ਆਂਬੇ ਵਾਲੀਆਂ ਵੱਲ ਹੈ ਰੋਜ਼ ਘਰੇ ਕਲੇਸ਼ ਹੁੰਦਾ ਫਿਰ ਭੈਣ ਜੀ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਜੇ ਮੇਰੀ ਧੀ ਕਲੇਸ਼ ਪਾਉਂਦੀ ਆ ਤਾਂ ਦੱਸੋ ਇਹ ਕਲੇਸ਼ ਪਾਉਂਦੀ ਤਾਂ ਨੀ ਹੈਗੀ ਪਵਾਉਂਦੀ ਤਾਂ ਹੈਗੀ ਰੋਜ਼ ਘਰ ਚ ਮੇਰਾ ਪੁੱਤ ਇਹਨੂੰ ਰੋਕਦਾ ਫਿਰ ਇਹ ਰੁਕਦੀ ਕਿਉਂ ਨੀ ਉਹ ਕਹਿੰਦਾ ਵੀ ਕੱਲੀ ਨੇ ਬਾਹਰ ਨੀ ਜਾਣਾ ਫਿਰ ਇਹ ਰੁਕੇ ਉਹਦੇ ਕਿਸੇ ਤੇ ਕਿਉਂ ਭੈਣ ਜੀ ਇਹ ਥੋੜੀ ਨੌਕਰਾਣੀ ਆ ਜਵਾਕ ਦਾ ਬਾਹਰ ਅੰਦਰ ਜਾਣ ਨੂੰ ਵੀ ਦਿਲ ਕਰਦਾ ਗਾ ਜੇ ਬਾਹਰ ਅੰਦਰ ਜਾਣਾ ਵੀ ਹੈ ਮੁੰਡੇ ਨੂੰ ਕਹੇ ਉਹ ਆਪੇ ਲੈ ਕੇ ਜਾਊਗਾ ਇਹਨੂੰ ਉਹ ਜਵਾਬ ਦਿੰਦਾ ਕਿਉਂ ਮੈਂ ਕੀ ਤੁਹਾਡੀ ਗੁਲਾਮ ਆ ਵੀ ਗੁਲਾਮੀ ਕੱਟਾਂ ਤੁਹਾਡਾ ਪੁੱਤ ਕਿਹੜਾ ਮੈਨੂੰ ਪੁੱਛ ਕੇ ਜਾਂਦਾ ਖਬਰ ਕਿੱਥੇ ਕਿੱਥੇ ਫਿਰ ਕੇ ਆਉਂਦਾ ਮੇਰਾ ਪੁੱਤ ਕਿਤੇ ਗਲਤ ਨਹੀਂ ਜਾਂਦਾ ਚਾਹੇ ਹੁਣ ਜਾ ਕੇ ਦੇਖ ਲਓ ਡਿਊਟੀ ਤੇ ਮਿਲੂਗਾ ਤੁਹਾਨੂੰ ਤੁਹਾਡਾ ਪੁੱਤਾ ਸਹੀ ਆ ਗਲਤ ਤਾਂ ਮੇਰੀ ਧੀ ਆ ਤੁਹਾਡੇ ਸਹੀ ਦੇ ਵਿੱਚ ਕੀ ਕੰਮ ਮਾਈ ਤਾਂ ਮੈਨੂੰ ਲੈਣ ਆਈ ਆ ਲੈ ਕੇ ਜਾਣੀ ਤੁਹਾਡੀ ਮਰਜ਼ੀ ਆ ਪਰ ਮੇਰਾ ਪੁੱਤ ਅੱਜ ਘਰ ਨਹੀਂ ਹੈਗਾ ਜੇ ਤੁਸੀਂ ਉਹਦੇ ਹੁੰਦੇ ਤੇ ਲੈ ਕੇ ਜਾਵੋ ਤਾਂ ਜ਼ਿਆਦਾ ਠੀਕ ਗੱਲ ਆ ਉਹਦੇ ਮਗਰੋਂ ਲੈ ਕੇ ਜਾਣਾ ਮੈਨੂੰ ਤਾਂ ਨਹੀਂ ਸਹੀ ਲੱਗਦਾ ਕਿਉਂ ਮੈਨੂੰ ਕਿਹਦਾ ਡਰ ਮਾਰਿਆ ਹੁਣ ਮੈਂ ਆਪਦੀ ਮਾਂ ਦੇ ਘਰੋਂ ਪੁੱਛ ਕੇ ਜਾਵਾਂ ਜਦੋਂ ਉਹਨੂੰ ਪਤਾ ਸੀ ਵੀ ਮੈਂ ਆ ਰਹੀ ਹਾਂ ਉਹ ਕਿਉਂ ਗਿਆ ਡਿਊਟੀ ਤੇ ਲੈ ਭੈਣ ਜੀ ਤੁਸੀਂ ਕਿਹੜਾ ਦੱਸਿਆ ਵੀ ਅਸੀਂ ਇਹਨੇ ਆਉਣਾ ਨਾ ਤੁਸੀਂ ਫੋਨ ਕਰਕੇ ਆਏ ਆ ਨਾ ਇਹਨੇ ਦੱਸਿਆ ਸਾਨੂੰ ਵੀ ਮੇਰੀ ਮੰਮੀ ਆਉਂਦੀ ਹੈ ਡਰਾਮੇ ਨਾ ਕਰੋ ਤੁਹਾਨੂੰ ਸਾਰਾ ਕੁਝ ਪਤਾ ਸੀ ਵੀ ਮੇਰੀ ਮਾਂ ਨੇ ਆਉਣਾ ਤਾਂ ਹੀ ਤਾਂ ਘਰੋਂ ਟਲ ਗਿਆ ਕੁੜੀਏ ਚੱਕ ਕੱਪੜੇ ਆਪਾਂ ਚੱਲੀਏ ਆਪਣੀ ਬੱਸ ਨਿਕਲ ਜੂ ਫਿਰ ਮਿਲਣੀ ਵੀ ਨਹੀਂ ਪੁੱਤ ਭੈਣ ਜੀ ਤੁਸੀਂ ਤਨਵੀਰ ਨੂੰ ਲੈ ਕੇ ਜਾਣ ਤੋਂ ਪਹਿਲਾਂ ਇੱਕ ਵਾਰੀ ਸੋਚ ਲਓ ਸੋਚਿਆ ਹੀ ਆ ਚੱਲ ਕੁੜੀਏ ਚੱਲੀਏ ਚਲੋ ਮੰਮੀ ਆ ਜਾ ਪੁੱਤ ਛੇਤੀ ਹੁਣ ਮੇਰੀ ਗੱਲ ਸੁਣ ਹੁਣ ਆ ਤਾਂ ਗਈ ਕਿਤੇ ਹੁਣ ਬਾਰ ਬਾਰ ਫੋਨ ਨਾ ਕਰੀ ਜਾਈ ਪਰਾਉਣੇ ਨੂੰ ਲੈ ਮੇਰੇ ਕੀ ਪੁੱਠੇ ਦਿਨ ਆਏ ਨੇ ਮਸਾ ਦਾ ਕੈਬ ਤੋਂ ਨਿਕਲ ਕੇ ਆਈਆਂ ਗੀ ਚੱਲ ਚੱਲੀਏ ਚੱਲ ਥੋੜਾ ਸਕੂਨ ਮਿਲਿਆ ਆਪਦੇ ਘਰੇ ਆ ਕੇ ਹਾਂ ਪੁੱਤ ਆਪਦਾ ਘਰ ਆਪਦਾ ਹੀ ਹੁੰਦਾ ਬਗਾਨਾ ਬਗਾਨੀ ਹੁੰਦਾ ਜੇ ਬਗਾਨੇ ਆਪਦੇ ਬਣ ਜਾਣ ਫਿਰ ਆਪਦਿਆਂ ਨੂੰ ਕੌਣ ਰੋਵੇ ਮੈਂ ਤਾਂ ਫੋਨ ਕੀਤਾ ਸੀ ਮੈਂ ਤੁਹਾਨੂੰ ਵੀ ਮੈਨੂੰ ਲੈ ਜਾਓ ਆ ਕੇ ਮੈਂ ਤਾਂ ਐਂ ਕਹਿੰਦੀ ਆ ਪੁੱਤ ਤੂੰ ਨਾ ਕੱਪੜੇ ਬਦਲ ਕੇ ਕੰਮ ਕਰ ਕਰ ਲਈ ਕੋਈ ਮੈਂ ਤੇਰੇ ਨਾਨਾ ਤੇ ਮਾਮਾ ਢਿੱਲੇ ਨਾ ਮੈਂ ਤੇਰੇ ਨਾਨਕੀ ਜਾ ਆਇਆ ਕੱਪੜੇ ਬਦਲ ਚੰਗਾ ਠੀਕ ਹੈ ਕਰ ਲਈ ਪੁੱਤ ਆਰਾਮ ਕਰ ਲਈ ਨਾਲੇ ਜੀ ਕਾਦੀ ਫਿਰ ਸਬਜ਼ੀ ਦਾ ਪੁੱਤ ਸਾਗ ਪਿਆਗਾ ਉਹਨੂੰ ਤੜਕਾ ਲਾ ਲਈ ਠੀਕ ਹੈ ਠੀਕ ਹੈ ਠੀਕ ਹੈ ਤਨਵੀਰ ਪੁੱਤ ਮੈਂ ਜਾਣੀ ਆ ਧਿਆਨ ਰੱਖੀ ਧਿਆਨ ਨਾ ਰਹੀ ਹੈਲੋ ਹਾਂਜੀ ਜਨਾਬ ਕਿਵੇਂ ਹੋ ਪਹਿਲਾਂ ਯਾਰ ਮੈਨੂੰ ਐਂ ਦੱਸ ਤਾਂ ਮੇਰਾ ਨੰਬਰ ਬਲੌਕ ਕੀਤਾ ਸੀਗਾ ਉਹ ਸਭ ਕੁਝ ਮੈਂ ਬਾਅਦ ਚ ਦੱਸੂਗੀ ਪਹਿਲਾਂ ਇੱਕ ਖੁਸ਼ਖਬਰੀ ਸੁਣੋ ਮੈਂ ਮੇਰੇ ਪੇਕੇ ਘਰ ਆਈ ਹੋਈ ਆ ਤੇ ਮੇਰੀ ਬੇਬੇ ਮੇਰੇ ਨਾਨਕੇ ਗਈ ਹੋਈ ਹੈ ਮੇਰੇ ਮਾਮੇ ਤੇ ਨਾਨੇ ਦਾ ਪਤਾ ਲੈਣ ਸੋ ਤੁਸੀਂ ਹੁਣ ਆ ਸਕਦੇ ਹੋ ਚਲ ਠੀਕ ਆ ਫਿਰ ਆਉਣਾ ਮੈਂ ਓਕੇ ਬਾਏ ਹੈਲੋ ਕਿੰਨਾ ਕਾਲ ਹੈ ਫੋਨ ਵੀ ਕੱਟ ਕਰ ਗਿਆ ਕਮਲਾ ਹੁਣ ਤੂੰ ਮੈਨੂੰ ਐ ਦੱਸ ਤੇ ਮੇਰਾ ਨੰਬਰ ਬਲੌਕ ਕੀਤਾ ਸੀ ਨੰਬਰ ਤੋਂ ਉਹਦੇ ਲੱਛਣਾਂ ਨੂੰ ਬਲੌਕ ਕਰਵਾਇਆ ਹੈਗਾ ਤੈਨੂੰ ਚੰਗਾ ਭਲਾ ਪਤਾ ਹੈ ਵੀ ਮੈਂ ਆਪਦੇ ਸਹੁਰੇ ਘਰ ਸੀ ਫਿਰ ਵੀ ਤੂੰ ਕਾਲਾ ਕਰਨੋਂ ਨਹੀਂ ਹਟਿਆ ਤੂੰ ਕਾਲ ਕੀਤੀ ਤੇ ਮੇਰੇ ਘਰ ਵਾਲਿਆਂ ਨੇ ਚੱਕ ਲਈ ਬਸ ਫਿਰ ਉਹਨਾਂ ਦਾ ਕਲੇਸ਼ ਪਿਆ ਹੋਇਆ ਕਰਾਂ ਅੱਛਾ ਫਿਰ ਤੂੰ ਰੁੱਸ ਗਈ ਉਰੇ
होर की जो ज्यादा कलेश बढ़ गया फिर आना ही पिया। हुण मेरे सहुरे नूं शक ही नहीं, पूरा यकीन हो गया भी अपनी दोनों की गलबात है। उन्होंने क्यों पता लग गया? मैं तो आया भी रिश्तेदार बन के सीगा। जिस दिन आप कट्ठे गए थे घूमन उस दिन आपां नूं आंदन किसी ने देख लिया सी, फिर उन्हें घरे दसता। अच्छा, किसी ने चुगली करती फिर? चल अपना तो फायदा ही होया, हुण रोज मिल लिया करांगे। हाँ ये फायदा तो हो गया, ताही तो मैं इत्थे आई हैगी, नहीं तो उन्होंने मेरा घरों निकलना ही बंद करता सी। अच्छा फिर तू आईलैट्स नहीं करती? हुण तो इत्थे आ गई, हुण तो आईलैट्स कंप्लीट कर ही लूंगी, पर जे तू क्लासा लाउण देवेंगा तो हुण फिर सॉरी कदों जाणा तैं? मैनू ही लगता हुण ओह मैनू रखूगा, हुण तो साडा तलाक ही होऊगा, हुण तो हमेशा लई मैं तेरी होऊंगी। फिर आपां ऐ करांगे, जिहड़े पैसे मिलणगे ना फिर उन्हां नाल आपां बाहर चले जावांगे। पैसे कित्थों मिलने आ? ओह तेरे सहुरिआं तों लवांगे यार तलाक लै के, उही पैसे नाल आपां बाहर जा के सैट हो जावांगे। हाय वे तू किन्नी दूर दी सोच रखदा है, मैं तो ये गल सोची भी नहीं सी। हाय हाय दो घंटे बैठ के आ गई, अग लाउणी बस ही नहीं आई। कुड़े तनवीर कुड़े बाहर आ, चाह दी कुट बना के दे मैनू, मैं तो मुड़े आई बस नहीं सी आई। कुड़े तनवीर ये बोलती क्यों नहीं, कितने गुस्से च हो रही ना कुछ कर लिया हो, मैंने पुत्ती दी ने चंगी पली तो मैं लेके आई हूँ, देखा भला जाके अंदर। तेनू मैं थले सारे लभ लिया, नया मुंडा कौन है? मैं गुरी है जी। तू भाई इत्थे की करना आया? कुछ नहीं जी, मैं तनवीर दा हाल चाल पुछना आया सीगा। बेबे तू गई नहीं नानके, तू तो कहती सी मैं रात रह के आऊंगी। मेरे तो बस निकल गई, मैं ता मुड़ आई। तू भाई जा इत्थों, जे किसी ने तेनू देख लिया ना फंगा तो डारा बन जाणगियां, मेरी कुड़ी तो पहले नहीं घर बसदा। वो आंटी घर बसाने वाले बंदे है कितने ने, इन्नी सोहनी कुड़ी संडोब के रखती हजे भी थोड़े को माता, कोई खेड़ा छड़ा लो। वो तो बथेरे चंगे नेगे, तू ही घर पट्टिया मेरी कुड़ी का, सारे छैपा की जड़ तू ही आ, तेनू चुकाना पोपल उस। ਲੈ ਬੇਬੇ ਗੁਰੀ ਵਿਚਾਰਾ ਤਾਂ ਆਪਣੇ ਨਾਲ ਹਮਦਰਦੀ ਕਰਨ ਆਏਗਾ, ਇਹਦਾ ਕੀ ਕਸੂਰ ਹੈ? ਪਹਿਲਾਂ ਜੱਬ ਛੇੜਤੇ ਹੁਣ ਹਮਦਰਦੀਆਂ ਕਰਦਾਂਗਾ, ਸਾਨੂੰ ਨਹੀਂ ਲੋੜ, ਜਾ ਆਪਦਾ ਘਰੇ। ਤੁਸੀਂ ਪਹਿਲਾਂ ਵੀ ਨਹੀਂ ਮੰਨੀ ਸੀ ਮੇਰੀ, ਧੱਕੇ ਨਾਲ ਵਿਆਹ ਕਰਤਾ ਸੀ ਇਹਦਾ ਉੱਥੇ, ਹੁਣ ਦੁਬਾਰਾ ਨਾ ਕਿਤੇ ਨੂੰ ਤੋੜ ਦੇ ਉੱਥੇ, ਸਵੇਰ ਦੇ ਮਲੰਗ ਬੰਦੇ ਨੇ ਉਹ, ਇਹ ਗਲਤੀ ਕਰ ਲਉਂਗੇ ਤੇ ਤੇਰੇ ਨਾਲ ਤੋੜ ਦਿੰਦੇ ਆ। ਤੂੰ ਸ਼ਾਹੂਕਾਰ ਹੈ, ਪੈਸਾ ਨਹੀਂ ਪੱਲੇ, ਬਾਜ਼ਾਰ ਖੜੀ ਹੱਲੇ, ਨੰਗ ਕਿਸੇ ਥਾਂ ਦਾ। ਗੁਰੀ ਤੂੰ ਜਾ ਹੁਣ, ਆਪਾਂ ਕੱਲ੍ਹ ਮਿਲਦੇ ਸੈਂਟਰ। ਤੂੰ ਟਾਈਮ ਨਾਲ ਆ ਜਾਈ, ਕਿਤੇ ਲੇਟ ਨਾ ਹੋ ਜਾਈ। ਤੇਰੇ ਕੋਲ ਨਹੀਂ ਪੜਨ ਭੇਜਣਾ, ਹੋਰ ਜਿੱਥੇ ਮਰਜ਼ੀ ਲੱਗ ਜੇ, ਵੱਡਾ ਆ ਪੜਾਉਣ ਵਾਲਾ। ਮੈਂ ਤਾਂ ਤੇਰੀ ਮੇਰਾ ਜਿੱਦ ਕੀ ਆ, ਮੈਂ ਤਾਂ ਨਵੀਰ ਨੂੰ ਬਹੁਤ ਖੁਸ਼ ਰੱਖੂੰਗਾ, ਤੂੰ ਉਹਨਾਂ ਨੂੰ ਮਿੜ ਕੇ ਮੇਰੇ ਨਾਲ ਤੋਰ ਦੇ, ਚੰਗੀ ਰਹੇਗੀ। ਤੂੰ ਇੱਥੋਂ ਜਾਵੇਂਗਾ ਤਾਂ ਪੁਲਿਸ ਨੂੰ ਫੋਨ ਕਰਾਂ, ਲੈ ਕੇ ਜਾਣ ਤੈਨੂੰ ਕੁਣੀ। ਨਾਲੇ ਮੈਂ ਕਿਹੜਾ ਕੋਈ ਚੋਰ ਡਾਕੂਆਂ ਵੀ ਪੁਲਿਸ ਬੁਲਾਵਾਂਗੇ ਮੇਰੇ ਤੇ। ਗੁਰੀ ਕਿਉਂ ਬਹਿਸ ਕੀਤੀ ਹੈ, ਮੰਨ ਵੀ ਲਿਆ ਕਰ ਗੱਲ, ਤੂੰ ਜਾ ਹੁਣ ਇੱਥੋਂ। ਪਹਿਲਾਂ ਇਹਦੇ ਨਾਲ ਫਿਰਦੀ ਨੇ, ਘਰ ਪੱਟ ਲਿਆ, ਹੁਣ ਤਾਂ ਟਿਕ ਜਾ। ਬੇਬੇ ਜੇ ਹੁਣ ਮੈਂ ਬਸੂੰਗੀ ਤਾਂ ਗੁਰੀ ਦੇ ਬਸੂੰਗੀ, ਨਹੀਂ ਕਿਤੇ ਵੀ ਨਹੀਂ। ਬਸ ਇਹੀ ਕਸ ਰਹਿੰਦੀ ਸੀ ਤੇਥੋਂ ਸੁਣ ਦੀ। ਆ ਗਿਆ ਪੁੱਤ। ਹਾਂ ਬੇਬੇ ਬੁਲਾ ਉਹਦੀ ਮਾਂ ਨੂੰ, ਦੱਸਾਂ ਉਹਨੂੰ ਉਹਦੀ ਧੀ ਦੀ ਕਰਤੂਤ। ਪੁੱਤ ਉਹਦੀ ਮਾਂ ਤਾਂ ਉਹਨੂੰ ਆ ਕੇ ਲੈ ਵੀ ਗਈ, ਤੂੰ ਯਾਰ ਚੱਲਿਆ ਗਿਆ ਸਵੇਰੇ, ਉਹ ਤਾਂ ਨਾਲ ਦੀ ਨਾਲ ਆ ਗਈ ਸੀਗੀ। ਅੱਛਾ ਫਿਰ ਉਹਨੇ ਫੋਨ ਕਰਕੇ ਬੁਲਾਈ ਹੋਣੀ ਆ। ਹਾਂ ਪੁੱਤ ਉਹਨੇ ਫੋਨ ਕਰਕੇ ਹੀ ਬੁਲਾਈ ਹੋਣੀ, ਜਿਹੜੀ ਆਮ ਸਾਰਾ ਇੰਨਾ ਬੋਲਣ ਲੱਗ ਗਈ, ਉਹ ਤਾਂ ਕਹਿੰਦੀ ਤੁਸੀਂ ਤਾਂ ਮੇਰੀ ਧੀ ਨੂੰ ਤੰਗ ਬਹੁਤ ਕਰਦੇ ਆ। ਬੇਬੇ ਤੂੰ ਫਿਰ ਦੱਸਣੀ ਸੀ ਉਹਦੀ ਕਰਤੂਤ, ਫਿਰ ਪਤਾ ਲੱਗਦਾ ਉਹਨੂੰ ਉਹਦੀ ਧੀ ਦੇ ਲੱਛਣਾਂ ਦਾ। ਪੁੱਤ ਉਹਦੀ ਤਾਂ ਮਾਂ ਵੀ ਇੰਨਾ ਹੀ ਬੋਲਦੀ ਹੈ ਜਿੰਨਾ ਧੀ ਬੋਲਦੀ ਹੈ, ਮੈਨੂੰ ਤਾਂ ਦੋਨਾਂ ਜਣੀਆਂ ਨੇ ਮੌਕਾ ਹੀ ਨਹੀਂ ਦਿੱਤਾ ਬੋਲਣ ਦਾ। ਮੇਰੀ ਗੈਰ ਹਾਜ਼ਰੀ 'ਚ ਜਾਣ ਬੁੱਝ ਕੇ ਬੁਲਾਈ ਹੋਣੀ, ਵੀ ਕਿਤੇ ਮੇਰੇ ਕਾਰਨਾਮੇ ਨਾ ਦੱਸ ਦੇ ਮੇਰੀ ਮਾਂ ਨੂੰ। ਕੋਈ ਗੱਲ ਨਹੀਂ, ਮੈਂ ਵੀ ਘਰੇ ਜਾ ਕੇ ਜਲੂਸ ਕੱਢ ਕੇ ਆਊਂਗਾ ਇਹਦਾ, ਫਿਰ ਪਤਾ ਲੱਗੂ।
ਪੁੱਤ ਮੈਂ ਤਾਂ ਕਹਿੰਦੀ ਹਾਂ ਉੱਥੇ ਜਾਣ ਦੀ ਵੀ ਕੋਈ ਹਜੇ ਲੋੜ ਨਹੀਂ ਹੈਗੀ ਨਾ ਬਹੁਤਾ ਫੋਨ ਕਰੀ ਐਵੇਂ ਬਹੁਤੀ ਉਹਨਾਂ ਦੀ ਹਵਾ ਖਰਾਬ ਹੋਊਗੀ ਕਹੂਗੀ ਪਤਾ ਨਹੀਂ ਮੇਰੇ ਬਿਨਾਂ ਸਰਦਾ ਹੀ ਨਹੀਂ ਇਹਨਾਂ ਨੂੰ ਕਰਾਂਗੇ ਤਾਂ ਬੇਬੇ ਹੁਣ ਆਪਾਂ ਨਵੇੜਾ ਹੀ ਪਰ ਪੂਰਾ ਜਲੂਸ ਕੱਢ ਕੇ ਪੁੱਤ ਜੇ ਉਹ ਗਲਤੀ ਮੰਨ ਕੇ ਆ ਵੀ ਗਈ ਫੇਰ ਨਾ ਵਾਧਾ ਵਧਾਈ ਅੱਛਾ ਤੈਨੂੰ ਬੇਬੇ ਇਹ ਲੱਗਦਾ ਵੀ ਉਹਦੀ ਗਲਤੀ ਮੰਨੂਗੀ ਇਹ ਫਿਰ ਤੇਰਾ ਵਹਿਮ ਆ ਉਹ ਤਾਂ ਆਪਣੇ 'ਚ ਹੀ 100 ਗਲਤੀਆਂ ਕੱਢੂਗੀ ਗਲਤੀ ਮੰਨਣ ਵਾਲੀ ਜਾਣੀ ਕਿੱਥੇ ਆ ਉਹ ਕੀ ਪਤਾ ਪੁੱਤ ਉਹਦੀ ਮਾਂ ਉਹਨੂੰ ਮਾੜਾ ਮੋਟਾ ਸਮਝਾਏ ਦੇਵੇ ਜੇ ਉਹਨੇ ਸਮਝਾਉਣਾ ਹੀ ਹੁੰਦਾ ਫਿਰ ਲੈ ਕੇ ਕਾਹਨੂੰ ਜਾਂਦੀ ਚੱਲ ਹੁਣ ਸ਼ੌਂਕ ਪੂਰਾ ਕਰ ਲੂਗੀ ਆਪਦੀ ਧੀ ਨੂੰ ਘਰੇ ਰੱਖਣ ਦਾ ਪੁੱਤ ਅੱਜ ਕੱਲ੍ਹ ਤਾਂ ਟਾਈਮ ਹੀ ਪਤਾ ਨਹੀਂ ਕਿਹਾ ਜਾ ਗਿਆ ਅੱਗੇ ਤਾਂ ਲੋਕ ਆਪਣੀ ਧੀ ਨੂੰ ਸਮਝਾ ਕੇ ਆਉਂਦੇ ਹੁੰਦੇ ਤੇ ਸਹੁਰੇ ਘਰ ਜਾ ਕੇ ਜੇ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਚਾਹੇ ਧੀ ਦੀ ਗਲਤੀ ਹੁੰਦੀ ਚਾਹੇ ਨਾ ਪਰ ਅੱਜ ਕੱਲ੍ਹ ਪਤਾ ਨਹੀਂ ਕੀ ਹੋ ਰਿਹਾ ਬੇਬੇ ਫਿਰ ਤਲਾਕ ਵੀ ਤਾਂ ਹੀ ਜ਼ਿਆਦਾ ਹੁੰਦੇ ਨੇ ਹੁਣ ਆਹ ਤਨਵੀਰ ਇਹ ਦੇਖ ਲਾ ਨਾਲੇ ਤਾਂ ਗਲਤ ਹੈ ਨਾਲੇ ਕੁਛ ਕਹਿਣ ਨਹੀਂ ਦਿੰਦੀ ਖਾਣ ਪੈਂਦੀ ਆ ਚੰਗੀ ਭਲੀ ਨੌਕਰੀ ਕਰਦੀ ਸੀ ਪੁੱਤ ਨਾ ਤਾਂ ਹੁਣ ਆਈਲੈਟਸ ਕਰਨ ਜੋਗੀ ਰਹੀ ਹੈ ਨਾ ਹੁਣ ਨੌਕਰੀ ਉਹ ਕਰ ਸਕਦੀ ਹੈ ਪਤਾ ਨਹੀਂ ਕੀ ਕਰੂਗੀ ਆਈਲੈਟਸ ਤਾਂ ਮਾਂ ਕਿਰਾਏ ਲਊਗੀ ਉਹਦੇ ਸਿਰ ਤੇ ਤਾਂ ਉੱਡੀ ਫਿਰਦੀ ਆ ਚਲੋ ਬੇਬੇ ਮੇਰਾ ਸਿਰ ਬਹੁਤ ਦੁੱਖ ਰਿਹਾ ਤੂੰ ਚਾਹ ਬਣਾ ਬਣਾਉਣੀ ਆ ਪੁੱਤ ਤਨਵੀਰ ਇੰਨੇ ਦਿਨ ਹੋ ਗਏ ਤੂੰ ਇੰਸਟੀਟਿਊਟ ਨਹੀਂ ਆਈ ਨਾ ਗੁਰੀ ਆਇਆ ਕਿਤੇ ਤੂੰ ਉਹਨੂੰ ਲੈ ਕੇ ਭੱਜ ਤਾਂ ਨਹੀਂ ਗਈ ਨਹੀਂ ਨਹੀਂ ਘਰੇ ਕਲੇਸ਼ ਹੀ ਬਹੁਤ ਹੁੰਦਾ ਸੀ ਤਾਂ ਨਹੀਂ ਸੀ ਆਉਂਦੀ ਤੂੰ ਨਾ ਕਰ ਆਈਲੈਟਸ ਜੇ ਨਹੀਂ ਕਰਾਉਣਾ ਚਾਹੁੰਦੇ ਆਈਲੈਟਸ ਦਾ ਤਾਂ ਕੋਈ ਚੱਕਰ ਹੀ ਨਹੀਂ ਚੱਕਰ ਤਾਂ ਸਾਰਾ ਗੁਰੀ ਕਰਕੇ ਪਿਆ ਲੈ ਫਿਰ ਗੁਰੀ ਬਲੈਕਮੇਲ ਕਰਨ ਲੱਗ ਗਿਆ ਨਹੀਂ ਨਹੀਂ ਬਲੈਕਮੇਲ ਤਾਂ ਨਹੀਂ ਸੀ ਕਰਦਾ ਪਰ ਇੱਕ ਦਿਨ ਉਹ ਸਾਡੇ ਘਰੇ ਆ ਗਿਆ ਸੀ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੂੰ ਤਾਂ ਸ਼ੱਕ ਹੋ ਗਿਆ ਸ਼ੱਕ ਕੀ ਹੋਇਆ ਪਤਾ ਤਾਂ ਨਹੀਂ ਲੱਗਿਆ ਹੈਗਾ ਐ ਸਮਝ ਬਸ ਪਤਾ ਹੀ ਲੱਗ ਗਿਆ ਇੱਕ ਦਿਨ ਸਾਨੂੰ ਇਕੱਠੇ ਆਉਂਦੇ ਨੂੰ ਕਿਸੇ ਨੇ ਦੇਖ ਲਿਆ ਸੀ ਗੱਡੀ 'ਚ ਬਸ ਉਹਨੇ ਮੇਰੇ ਘਰ ਵਾਲੇ ਕੋਲ ਚੁਗਲੀ ਕਰਤੀ ਤੂੰ ਬਹਾਨਾ ਲਾ ਦਿੰਦੀ ਕਹਿ ਦਿੰਦੀ ਟੀਚਰ ਆ ਜਾਂ ਕੋਈ ਫਰੈਂਡ ਆ ਬਹਾਨੇ ਤਾਂ ਬਹੁਤ ਬਣਾਏ ਸੀ ਪਰ ਚੱਲਿਆ ਕੋਈ ਵੀ ਨਹੀਂ ਤੂੰ ਸੱਚ ਮੰਨੇ ਮੈਂ ਤਾਂ ਆਪਦਾ ਰਿਸ਼ਤੇਦਾਰ ਵੀ ਬਣਾਤਾ ਸੀ ਚੁਸਤੀ ਬਹੁਤ ਨੇ ਮੰਨਦੇ ਕਿੱਥੇ ਨੇ ਇਹ ਅੱਛਾ ਗੁਰੀ ਨੇ ਕਦੇ ਆ ਕੇ ਪੰਗਾ ਛੇੜਿਆ ਫਿਰ ਤੂੰ ਗੁਰੀ ਨੂੰ ਛੱਡਤਾ ਕਿ ਨਹੀਂ ਕਾਹਨੂੰ ਗੁਰੀ ਨੂੰ ਕਾਹਨੂੰ ਛੱਡਿਆ ਗੁਰੀ ਨੇ ਤਾਂ ਸਹੁਰਾ ਘਰ ਹੀ ਛੱਡਵਾਤਾ ਕਿਉਂ ਗੁਰੀ ਨੇ ਕਿਉਂ ਛੱਡਾਤਾ ਹੁਣ ਵੀ ਡਰਾਬੇ ਮਾਰਦਾ ਉਹ ਕਾਹਨੂੰ ਗੁਰੀ ਕਾਹਨੂੰ ਡਰਾਬੇ ਮਾਰਦਾ ਸੀ ਡਰਾਬੇ ਤਾਂ ਮੇਰੇ ਸਹੁਰੇ ਘਰ ਵਾਲੇ ਮਾਰਦੇ ਸੀ ਮੇਰੀ ਸੱਸ ਤੇ ਮੇਰਾ ਘਰ ਵਾਲਾ ਤੇ ਮੈਂ ਉਹਨਾਂ ਨੂੰ ਛੱਡ ਕੇ ਪੇਕੇ ਆ ਗਈ ਚੱਲ 10-15 ਦਿਨ ਪੇਕੇ ਰਹਿ ਲੈ ਜਦੋਂ ਗੱਲ ਠੰਡੀ ਪੈ ਗਈ ਫਿਰ ਚਲੀ ਜੀ ਉੱਥੇ ਨਾ ਰਾਣੋ ਹੁਣ ਨਹੀਂ ਮੈਂ ਜਾਂਦੀ ਹੈਗੀ ਉੱਥੇ ਤੇ ਨਾ ਹੀ ਉਹ ਮੈਨੂੰ ਰੱਖਣ ਲੈ ਐਡੀ ਕੀ ਗੱਲ ਹੋ ਗਈ ਜੇ ਜ਼ਿਆਦਾ ਗੱਲ ਵੱਧ ਗਈ ਤੂੰ ਮਾਫੀ ਮੰਗ ਲੈ ਆਪੇ ਗੁੱਸਾ ਉਹਨਾਂ ਦਾ ਠੰਡਾ ਹੋ ਜਾਊਗਾ ਮਾਫੀ ਤਾਂ ਨਹੀਂ ਮੈਂ ਮੰਗਦੀ ਜੇ ਮੈਂ ਮਾਫੀ ਮੰਗ ਲਈ ਫਿਰ ਤਾਂ ਉਹਨੂੰ ਪੱਕਾ ਹੀ ਯਕੀਨ ਹੋ ਜਾਊਗਾ ਵੀ ਮੈਂ ਗਲਤ ਆ ਯਾਰ ਇਦਾਂ ਦਾ ਤੇਰਾ ਘਰ ਖਰਾਬ ਹੋ ਜੂ ਜੇ ਮੇਰਾ ਘਰ ਖਰਾਬ ਹੋਊਗਾ ਤਾਂ ਉਹਨਾਂ ਦਾ ਵੀ ਨਾਲ ਹੀ ਹੋਊਗਾ ਉਹਨਾਂ ਦਾ ਕਿਹੜਾ ਬਸਦਾ ਰਹਿ ਜਾਊਗਾ ਫੇਰ ਵੀ ਯਾਰ ਕੁੜੀ ਵਾਲਿਆਂ ਦਾ ਔਖਾ ਹੋ ਜਾਂਦਾ ਤੂੰ ਦੇਖ ਲੈ ਜੇ ਤੇਰੀ ਸੈਟਿੰਗ ਆਉਂਦੀ ਹੈ ਹੁਣ ਤਾਂ ਕਾਹਦੀ ਸੈਟਿੰਗ ਹੋਣੀ ਹੈ ਹੁਣ ਤਾਂ ਨਵੇੜਾ ਹੀ ਹੋਊਗਾ ਤੈਨੂੰ ਪੇਕੇ ਤੇਰਾ ਘਰ ਵਾਲਾ ਛੱਡ ਕੇ ਆਇਆ ਨਹੀਂ ਨਹੀਂ ਮੈਂ ਆਪਣੀ ਮਾਂ ਨਾਲ ਆਈ ਆ ਉਹ ਮੈਨੂੰ ਲੈ ਕੇ ਆਈ ਹੈ ਤੂੰ ਯਾਰ ਪੇਕੇ ਜਾਣਾ ਹੀ ਨਹੀਂ ਸੀ ਤੂੰ ਉੱਥੇ ਹੀ ਰਹਿ ਲੈਣਾ ਸੀ ਹੌਲੀ ਹੌਲੀ ਤੈਨੂੰ ਮਾਫ ਕਰ ਦਿੰਦੇ ਲੈ ਕਹਿੰਦੀ ਉੱਥੇ ਹੀ ਰਹਿ ਲੈਣਾ ਸੀ ਉੱਥੇ ਕਿਵੇਂ ਰਹਿੰਦੀ ਉਹ ਤਾਂ ਘਰੋਂ ਪੈਰ ਪੈਰ ਵੀ ਪਾਉਣ ਦਿੰਦੇ ਸੀਗੇ ਜੇ ਉੱਥੇ ਰਹਿ ਜਾਂਦੀ ਫਿਰ ਤਾਂ ਮੈਂ ਕੈਦਰ ਬਣ ਕੇ ਰਹਿੰਦੀ ਉੱਥੇ ਗਲਤੀ ਯਾਰ ਮੇਰੀ ਹੈ ਨਾ ਮੈਂ ਤੇਰੇ ਨਾਲ ਧੱਕਾ ਕਰਦੀ ਨਾ ਤੈਨੂੰ ਮੈਂ ਇੰਸਟੀਟਿਊਟ ਲਵਾਉਂਦੀ ਨਾ ਗੁਰੀ ਤੇਰੇ ਸੰਪਰਕ ਚ ਆਉਂਦਾ ਐਵੇਂ ਤੇਰਾ ਘਰ ਖਰਾਬ ਹੋ ਗਿਆ ਮੈਨੂੰ ਕੋਈ ਪਛਤਾਵਾ ਨਹੀਂ ਹੈਗਾ ਉਹ ਘਰ ਛੱਡਣ ਦਾ ਮੈਨੂੰ ਤਾਂ ਸਗੋਂ ਖੁਸ਼ੀ ਹੈ ਵੀ ਮੈਨੂੰ ਮੇਰਾ ਪੁਰਾਣਾ ਪਿਆਰ ਗੁਰੀ ਮਿਲ ਗਿਆ ਯਾਰ ਤੇਰੇ ਘਰ ਟੁੱਟ ਰਹੇ ਤੈਨੂੰ ਕੋਈ ਪਛਤਾਵਾ ਨਹੀਂ ਜੇ ਇੱਕ ਪਾਸੋਂ ਘਰ ਟੁੱਟ ਰਿਹਾ ਤਾਂ ਦੂਜੇ ਪਾਸੇ ਗੁਰੀ ਨਾਲ ਜੁੜ ਵੀ ਤਾਂ ਰਿਹਾ ਯਾਰ ਤੂੰ ਬਹੁਤ ਵੱਡੀ ਗਲਤੀ ਕਰ ਰਹੀ ਹੈ ਚੁੱਪਚਾਪ ਨਾ ਗੁਰੀ ਨੂੰ ਛੱਡ ਕੇ ਆਪਣਾ ਘਰ ਵਸਾ ਲੈ ਲੈ ਤੈਨੂੰ ਕੀ ਪਤਾ ਮਸਾ ਤਾਂ ਮੈਨੂੰ ਮੇਰਾ ਪਿਆਰ ਮਿਲਿਆ ਤਨਵੀਰ ਮੇਰੇ ਨਾਲ ਬੀਤੀ ਹੋਈ ਹੈ ਤਾਂ ਤੈਨੂੰ ਸਮਝਾ ਰਹੀ ਹਾਂ ਮੇਰਾ ਖੁਦ ਦਾ ਤਲਾਕ ਹੋਇਆ ਪਿਆ ਕੀ ਤੇਰਾ ਤਲਾਕ ਹੋਇਆ ਹੈ ਤੂੰ ਮੈਨੂੰ ਦੱਸਿਆ ਤੱਕ ਨਹੀਂ ਸਹੇਲੀ ਹੋ ਕੇ ਐਡਾ ਵੱਡਾ ਪਰਦਾ ਰੱਖਿਆ ਤੂੰ ਮੇਰੇ ਤੋਂ ਯਾਰ ਵਿਆਹ ਦੇ 2 ਮਹੀਨੇ ਬਾਅਦ ਹੀ ਮੇਰਾ ਤਲਾਕ ਹੋ ਗਿਆ ਸੀ ਮੇਰਾ ਘਰ ਤਾਂ ਮੇਰੀ ਜਠਾਣੀ ਨੇ ਨਹੀਂ ਬਸਣ ਦਿੱਤਾ ਮੇਰਾ ਘਰ ਵਾਲਾ ਤੇ ਜਠਾਣੀ ਪਹਿਲੇ ਤੋਂ ਰਿਲੇਸ਼ਨਸ਼ਿਪ 'ਚ ਸੀ ਲੈ ਜੇ ਉਹ ਪਹਿਲੇ ਤੋਂ ਰਿਲੇਸ਼ਨ 'ਚ ਸੀ ਫਿਰ ਉਹਦੇ ਨਾਲ ਰਹਿ ਲੈਂਦਾ ਤੇਰੇ ਨਾਲ ਕਦੋਂ ਵਿਆਹ ਕਰਵਾਇਆ ਵਿਆਹ ਤਾਂ ਕਹਿੰਦਾ ਮੈਨੂੰ ਆਪਣੇ ਘਰ ਦੇ ਦਬਾਅ ਕਰਕੇ ਕਰਨਾ ਪਿਆ ਉਹ ਮੈਨੂੰ ਆਪਣੀ ਘਰ ਵਾਲੀ ਮੰਨਦਾ ਹੀ ਨਹੀਂ ਸੀ ਕਹਿੰਦਾ ਰਹਿਣਾ ਰਹਿ ਚਾਹੇ ਨਾ ਰਹਿ ਫਿਰ ਕੀ ਹੈ ਮੈਂ ਨਿਬੇੜ ਲਿਆ ਪਰ ਮੈਨੂੰ ਹੀ ਪਤਾ ਯਾਰ ਕਿੰਨਾ ਔਖਾ ਨਿਬੇੜ ਕੇ ਹਾਲੇ ਤੱਕ ਕੋਈ ਚੱਜ ਦਾ ਮੁੰਡਾ ਹੀ ਨਹੀਂ ਮਿਲ ਰਿਹਾ ਪਰ ਰਾਣੋ ਮੇਰਾ ਮਸਲਾ ਕੋਈ ਹੋਰ ਹੈ ਮੇਰੇ ਕੋਲ ਤਾਂ ਗੁਰੀ ਹੈਗਾ ਉੱਥੋਂ ਨਿਬੇੜ ਕੇ ਮੈਂ ਗੁਰੀ ਨਾਲ ਵਿਆਹ ਕਰਾ ਲੂੰਗੀ ਪਰ ਯਾਰ ਗੁਰੀ ਤਾਂ ਪ੍ਰਾਈਵੇਟ ਨੌਕਰੀ ਕਰਦਾ ਤੇਰਾ ਘਰ ਵਾਲਾ ਤਾਂ ਵੈਲ ਸੈਟਲ ਹੈ ਮੇਰੀ ਗੱਲ ਮੰਨ ਤੂੰ ਚੁੱਪਚਾਪ ਆਪਣੇ ਸਹੁਰੇ ਚਲੀ ਜਾ ਰਾਣੋ ਮੈਂ ਕੌਂਦਾ ਖੜਾ ਸੋ ਰਿਹਾ ਹਾਂ
तू क्यों इन उंगलां लाउणी आ बस रहण दे मेरा घर मैं तेरा की माड़ा करता ना मैं केड़ी उंगलां लाईयां ने ओया उंगलां लाउण वाली कम्मा तू कह दे रहे तलवीर नु तू गुरियो छड़ के सोरी चली जा ले एदे च मैं की गलत कहता एदे भले वास्ते के आ कदे ठेका ले रोकना भला करन दा तू तो अपना घर तो वसाए नहीं गया लोकां नु तू मता देंदी फिरदी आ क्यों मेरे तो क्यों नहीं वसाया गया मैं तो वस ही रही आ ओ सब जानदा मैं तेरे बारे वड्डी आई आ समझाउण वाली अच्छा तू चोरी चोरी गल्ला सुनदा सी ताई मेनू मेरे मार रहे देख रहा हूं मैं तेनु वीर ना बहुत टाइम बाद इकट्ठे होया सानू बक करने की कोशिश ना कर गुरी तेरा ब्याह तो किते होर भी हो जूगा तू तनवीर दा घर क्यों पट रहे मैं तनवीर दा घर ना पट नहीं रहा मेरा घर बसा रहा तू की बसाएगा इरे तो पहले ही बसदा घर उत्ते खुश नहीं हैगी मेरे नाल रह के खुश आ मैं इनू खुश रखूंगा भी तनवीर तू गुरी दी गल्ला जाके तलाक तो ले लेंगी बाद च तू पछताएंगी बहुत क्यों मैं बंदा नहीं क्यों पछताऊगी ये मैं हरेक रीज पूरी करूंगा ਹੁਣ ਤੱਕ ਤੇਰੇ ਕੋਲ ਆਪਦੀਆਂ ਰੀਜਾਂ ਤਾਂ ਪੂਰੀਆਂ ਹੋਈਆਂ ਨਹੀਂ ਤੂੰ ਇਹਦੀਆਂ ਕੀ ਕਰੇਗਾ ਕੋ ਤੇਰੇ ਘਰ ਮੈਂ ਮੰਗਣਾ ਆਉਣਾ ਆਪਦਾ ਕਮਾਉਣਾ ਆਪਦਾ ਖਾਣਾ ਜੇ ਤੂੰ ਪੜਦੀ ਨਾ ਉੱਥੇ ਮੈਂ ਪੜਾਉਣਾਗਾ ਤੇਰੇ ਮਾਮੂ ਵਿਹਲੜ ਨਹੀਂਗਾ ਆ ਜਿਹੜੀ ਤੂੰ ਨੌਕਰੀ ਦੀ ਗੱਲ ਕਰਦਾ ਨਾ 5-6 ਹਜ਼ਾਰ ਤੇਰੀ ਤਨਖਾਹ ਹੋਊਗੀ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਤੇਰੇ ਮੇਕਅਪ ਦਾ ਸਮਾਨ ਨਹੀਂ ਪੂਰਾ ਹੋਊਗਾ ਜਿਹਦੇ ਸਿਰ ਤੇ ਉੱਡੀ ਜਾਂਦਾ ਰਾਣੋ ਮੈਂ ਬਹੁਤ ਟਾਈਮ ਦੀ ਚੁੱਪ ਆ ਤੂੰ ਲਗਾਤਾਰ ਗੁਰੀ ਨੂੰ ਗਲਤ ਬੋਲ ਰਹੀ ਹੈਗੀ ਪਲੀਜ਼ ਥੋੜਾ ਲਿਮਟ ਚ ਰਹਿ ਹੁਣੇ ਮੇਰੇ ਹਸਬੰਡ ਨੇ ਕਿਉਂ ਆ ਗਈ ਸਮਝਣ ਅਬ ਸਹੇਲੀ ਦੇ ਮੂੰਹ ਸੁਣ ਕੇ ਮੇਰਾ ਤਨਵੀਰ ਦਾ ਕਿੰਨਾ ਗੂੜਾ ਰਿਸ਼ਤਾ ਦਾ ਚਲੋ ਜੇ ਹਸਬੰਡ ਵਾਈਫ ਤੁਸੀਂ ਦੋਨੋਂ ਬਣ ਹੀ ਗਏ ਤਾਂ ਮੇਰੇ ਵੱਲੋਂ ਤੁਹਾਨੂੰ ਕੰਗ੍ਰੈਚੁਲੇਸ਼ਨ ਬੜੇ ਧਾਣੀ ਪਰ ਛੇਤੀ ਉਹ ਬਣ ਜਾਗੇ ਹੁਣ ਹੀ ਸਾਨੂੰ ਕੀ ਬੱਖ ਖਰਸਾ ਤੋਂ ਰਾਣੋ ਹੁਣ ਤੂੰ ਵੀ ਕੋਈ ਵਧੀਆ ਮੁੰਡਾ ਦੇਖ ਕੇ ਆਪਦਾ ਘਰ ਬਸਾ ਲੈ ਉਹ ਮੁੰਡੇ ਬਥੇਰੇ ਰਾਣੋ ਹਾਂ ਤਾਂ ਕਰੇ ਅੱਜ ਹੀ ਕਰਾ ਦੇਣਾ ਕਿਸੇ ਨਾਲ ਗੱਲ ਨਾ ਨਾ ਯਾਰ ਮੈਨੂੰ ਨਹੀਂ ਲੋੜ ਮੈਂ ਤਾਂ ਐਵੇਂ ਹੀ ਠੀਕ ਆ ਐਵੇਂ ਕਿੰਨਾ ਚਿਰ ਫਰੀ ਜਾਏਂਗੀ ਘਰ ਤੱਕ ਦਿਨ ਤੈਨੂੰ ਹੀ ਬਸਾਉਣਾ ਹੀ ਪਊਗਾ ਨਾ ਨਾ ਮੈਂ ਨਹੀਂ ਕਰਾਉਣਾ ਬਿਆ ਮੈਂ ਤਾਂ ਆਈਲੈਟਸ ਕਰਕੇ ਬਾਹਰ ਜਾਊਂਗੀ ਉਹਦਾ ਬਾਹਰ ਜਾ ਕੇ ਕਰਾਉਗੀ ਕਿਸੇ ਗੋਰੇ ਅੰਗਰੇਜ਼ ਨਾਲ ਇਹ ਕਿੱਥੇ ਪਸੰਦ ਕਰਦੀ ਆ ਆਪਣੇ ਵਾਲੇ ਮੁੰਡੇ ਚਲ ਵਧੀਆ ਫਿਰ ਤਾਂ ਸਾਨੂੰ ਵੀ ਬੁਲਾ ਲਈ ਤੈਨੂੰ ਤਾਂ ਪੀਆਰ ਵੀ ਛੇਤੀ ਮਿਲ ਜੂਗੀ ਉਧਰ ਕਿਸੇ ਪੱਕੇ ਗੋਰ ਨਾਲ ਕਰਾ ਲਈ ਵਿਆਹ ਤੁਸੀਂ ਤਾਂ ਆਪਦੀ ਫਿਕਰ ਕਰੋ ਮੇਰੇ ਲਈ ਤਾਂ ਐਂ ਸੈਟ ਆ ਉਹ ਸਾਨੂੰ ਕਹਦਾ ਫਿਕਰ ਆ ਸਾਡੀ ਸੈਟਿੰਗ ਤਾਂ ਆਈ ਪਈ ਆ ਕਿਹੜਾ ਨਾ ਤਲਾਕ ਹੋ ਜੇ ਉਹਦੇ ਨਾਲ ਕਰਾ ਕੇ ਕੋਰਟ ਮੈਰਿਜ ਬਾਹਰ ਅਡਾਰੀ ਮਾਰ ਜਣਾ ਬਸ ਹੁਣ ਤਾਂ ਜਲਦੀ ਉਹ ਤਲਾਕ ਲੈ ਲੂੰਗੀ ਮੈਂ ਹੁਣ ਤਾਂ ਮੇਰੇ ਕੋਲ ਹੈਗਾ ਮੇਰਾ ਭਵਿੱਖ ਗੁਰੀ ਫੇਰ ਤਾਂ ਆਈਲੈਂਡ ਦੀ ਫੀਸ ਗੁਰੀ ਉਪਰੂਗਾ ਮੈਨੂੰ ਲੱਗਦਾ ਹਾਂ ਭਰ ਦੂਗਾ ਹੁਣ ਤੇ ਵੀ ਸਾਰੀ ਜ਼ਿੰਮੇਵਾਰੀ ਮੇਰੀ ਹੋਆ ਫੀਸ ਦਾ ਕੋਈ ਚੱਕਰ ਨਹੀਂ ਫੀਸ ਤਾਂ ਮੇਰੀ ਮਾਂ ਵੀ ਭਰ ਦੂਗੀ ਚਲੋ ਤੁਸੀਂ ਕਰੋ ਟਾਈਮ ਸਪੈਂਡ ਮੈਂ ਤਾਂ ਚੱਲੀ ਆ ਕਲਾਸ ਲਾਂ ਬਾਏ ਬਾਏ ਪੁੱਤਾ ਜੇ ਗਿਆ ਨਹੀਂ ਡਿਊਟੀ ਤੋਂ बस जाने लग्या सी मैं ऐ सोच रहा सी वी गुरी ने कहा होना इनू वी नौकरी छड़ के मेरे कोल आके आईलेट्स करन लग जा हो सकदा भाई गुरी ने कहा होवे ताही ऐ जी सोहनी छड़ के नौकरी आ पुठे पंगियां च पई है चल कोई नहीं जे उनू गुरी कोल जान दा इन्ना ही शौक चढ़िया होया तां हुण फिर आपां उनू पक्की उहदे कोल भेज दांगे ले दस मैं तां ऐ हैरान है गुरी नू घरे वी बुलाउण लग गई भोरा डरियो नहीं हैगी पता नहीं कही जे मत दी तीवी आ इह देख लै जनानी तो आपदे आप नू बहुत चुस्त कहाउंदी आ उहनू ऐ वी इहनां नू कड़ा कुछ पता लगदा हाले वी इही कहिंदी आ वी उह साडा रिश्तेदार है हले कड़ा उह गलती मंनदी आ मां होर रिश्तेदारी दसी जांदी है ती होर दसी जांदी है मां तां कहिंदी मेरे भाई दी साली दा मुंडा ती आप कहिंदी कहिंदी मेरी मासी दी दराणी दा दोता है सलाह तां कर लैंदी आपस विच ताही तां झूठ फड़िया जांदा होर बेबे तू फिर उहनू कहिणा सी वी उह कुछ होर कह रही है तू कुछ होर कह रही है तू कहा क्यों नहीं है गल तू तो कहता सी मैं तां बथेरा पर ओ किथे मन दिया ने मां हजे कहंदी कहंदी मेरी धी तां न्याणी है इहनू की पता रिश्तेदारियां दा लै कर लो गल न्याणी तां वाली आ ताही इक थावां तोड़ के दूजी थावां जोड़न नूं फिरदी आ पुत पता नहीं केड़े माड़े कर्मां दे चक्कर च फस गए आपां जे कोई चज दे घर दी कुड़ी मिल जांदी कानू इह चक्करां च पैंदे कानू स्यापे छिड़दे होर मैनूं तां मोहित ने दस दित्ता सी कहंदा इह गुरी नाल शुरू तों पड़दी है ते उहदे नाल चक्कर वी आ पर बेबे ताई नहीं मेरा यकीन कीता मैनू की पता सी पुत भी इहदे अंदर पाप है मैनू तां ऐ सीगा भी हो सकदा इहदा रिश्तेदार होवे तैनू शायद गलत फहमी होवे पुत चल जिहड़ा कुछ होना सी उह तां हुण हो ही गया हुण आपां नूं कोई स्कीम लाउणी पऊगी ਇਹ ਪਤਾ ਕੀਤਾ ਜਾਵੇ ਵੀ ਗੁਰੀ ਹੈ ਕੌਣ ਤੇ ਕਿੱਥੋਂ ਦਾ ਇਹ ਗੱਲ ਤਾਂ ਪੁੱਤ ਤੂੰ ਮੋਹਿਤ ਕੋਲੋਂ ਪੁੱਛ ਲੈ ਉਹਨੂੰ ਪਤਾ ਹੋਣਾ ਸਭ ਮੋਹਿਤ ਤੋਂ ਪੁੱਛਣ ਦੀ ਮੈਂ ਕੋਸ਼ਿਸ਼ ਕੀਤੀ ਸੀ ਪਰ ਮੋਹਿਤ ਨੇ ਦੱਸਿਆ ਨਹੀਂ ਹੋ ਸਕਦਾ ਜਦ ਤਾਂ ਮੋਹਿਤ ਡਰਦਾ ਹੋਵੇ ਵੀ ਕਿਤੇ ਕਲੇਸ਼ ਨਾ ਵੱਜੇ ਜਾਂ ਫਿਰ ਗੁਰੀ ਨੇ ਡਰਾਇਆ ਹੋਊ ਮੋਹਿਤ ਨੂੰ ਵੀ ਤੂੰ ਦੱਸਣਾ ਨਹੀਂ ਕੁਛ ਪੁੱਤ ਮੈਂ ਤਾਂ ਕਹਿ ਕਹਿਣੀ ਹੈ ਕਾਹਨੂੰ ਲੜਾਈਆਂ ਝਗੜਿਆਂ 'ਚ ਪੈਣਾ ਆਪਾਂ ਉਹਦੇ ਨਾਲ ਨਵੇੜੇ ਲੈਂਦੇ ਹਾਂ ਚੁੱਪ ਕਰਕੇ ਕੋਈ ਵਧੀਆ ਕੁੜੀ ਦੇਖ ਕੇ ਤੇਰਾ ਰਿਸ਼ਤਾ ਕਰ ਲਾਂਗੇ ਨਹੀਂ ਬੇਬੇ ਪਤਾ ਤਾਂ ਮੈਂ ਕਰਕੇ ਰਹੂੰਗਾ
ਵੀ ਕੌਣ ਹੈ ਕੁੜੀ ਅਤੇ ਇਹਦਾ ਲੱਗਦਾ ਕੀ ਆ। ਨਾਲੇ ਇੰਨੀ ਸੌਖੀ ਆਦੀ ਧੜੀ ਨੂੰ ਮੈਂ ਦਿੰਦਾ, ਜਿੰਨਾ ਮੈਨੂੰ ਤੜਫਾਇਆ ਉਸ ਤੋਂ ਕਿਤੇ ਜ਼ਿਆਦਾ ਤੜਫਾਊਂਗਾ। ਚੱਲ ਹੁਣ ਮੈਂ ਚੱਲਦਾ ਡਿਊਟੀ ਬਾਬੇ। ਚੰਗਾ ਪੁੱਤ, ਦੱਸ ਚੰਦਰੀ ਜਨਾਨੀ ਨੇ ਮੇਰੇ ਕਿਸੇ ਜਿਹੇ ਲਾਇਕ ਪੁੱਤ ਨੂੰ ਬੇਕਸੂਰੋਂ ਸਜ਼ਾ ਦੇ ਦਿੱਤੀ। ਰਾਣਾ ਤੁਸੀਂ ਇੱਥੇ ਬੈਠੇ ਹੋ, ਚਲੋ ਤੁਹਾਨੂੰ ਮੈਂ ਛੱਡ ਦੂੰਗਾ। ਨਹੀਂ ਨਹੀਂ ਕੋਈ ਗੱਲ ਨਹੀਂ, ਮੇਰੀ ਬੱਸ ਆਉਣ ਵਾਲੀ ਹੈ, ਮੈਂ ਆਪੇ ਚਲੇ ਜਾਂਦੀ। ਮੈਂ ਵੀ ਉੱਧਰ ਹੀ ਜਾਣਾ ਸੀ, ਮੈਂ ਜਾਂਦਾ ਨਾਲ ਉਤਾਰ ਦੂੰਗਾ। ਨਾਲੇ ਨਾ ਮੈਂ ਤਨਵੀਰ ਬਾਰੇ ਗੱਲ ਕਰਨੀ ਸੀ। ਤਨਵੀਰ ਬਾਰੇ? ਤਨਵੀਰ ਬਾਰੇ ਕਿਹੜੀ ਗੱਲ ਕਰਨੀ ਸੀ? ਤੁਹਾਨੂੰ ਪਤਾ ਹੀ ਹੋਣਾ ਤਨਵੀਰ ਘਰੋਂ ਲੜ ਕੇ ਚਲੀ ਗਈ ਸੀ, ਉਹਦੇ ਪੇਕੀ ਗਈ ਹੋਈ ਆ। ਉਹ ਤਾਂ ਕਮਲੀ ਆ, ਤੂੰ ਉਹਨੂੰ ਥੋੜ੍ਹਾ ਬਹੁਤਾ ਸਮਝਾ ਦੀ। ਕੋਈ ਗੱਲ ਨਹੀਂ, ਮੈਂ ਉਹਨੂੰ ਸਮਝਾ ਦਾਂਗੀ। ਚਲੋ ਆਜੋ ਫਿਰ, ਮੈਂ ਛੱਡ ਦੇਣਾ ਤੁਹਾਨੂੰ, ਫਿਰ ਵੀ ਮੇਰੀ ਘਰਵਾਲੀ ਦੇ ਫਰੈਂਡ ਹੋ ਤੁਸੀਂ। ਕੋਈ ਗੱਲ ਨਹੀਂ ਜੀ, ਮੈਂ ਬੱਸ 'ਤੇ ਚੱਲ ਜੂੰਗੀ। ਲੈ ਕੀ ਗੱਲ, ਮੇਰੇ 'ਤੇ ਟਰੱਸਟ ਨਹੀਂ? ਟਰੱਸਟ ਤਾਂ ਹੈਗਾ, ਤੁਸੀਂ ਬਹੁਤ ਚੰਗੇ ਹੋ, ਮੈਨੂੰ ਤਨਵੀਰ ਦੱਸਦੀ ਹੁੰਦੀ ਹੈ। ਚਲੋ ਜੇ ਤੁਸੀਂ ਇੰਨਾ ਕਹਿੰਦੇ ਹੋ ਮੈਂ ਬਾਈਕ ਚੱਲਦੀ ਹਾਂ। ਆ ਜਾਓ। ਗੱਡੀ ਕਿਉਂ ਰੋਕਤੀ? ਆ ਤਾਂ ਦੇਖਦਾ ਹੀ ਹੋਣਾ, ਮਾਰ ਕੇ ਗੋਲੀ ਸਿਰ ਪਾੜ ਦੂੰਗਾ। ਕਿਉਂ, ਮੈਂ ਕੀ ਕੀਤਾ ਆ? ਇਹ ਸਭ ਤਾਂ ਮੈਂ ਬਾਅਦ ਚ ਦੱਸੂ, ਚੁੱਪ ਚਾਪ ਥੱਲੇ ਆ ਜਾ। ਆਇਆ ਥੱਲੇ। ਮੈਨੂੰ ਇਹ ਦੱਸ, ਤੈਨੂੰ ਕੀ ਮਿਲ ਗਿਆ ਮੇਰਾ ਘਰ ਪੱਟ ਕੇ? ਮੈਂ ਕਿਉਂ ਪੱਟੂੰਗੀ ਤੁਹਾਡਾ ਘਰ, ਸਗੋਂ ਮੈਂ ਤਨਵੀਰ ਨੂੰ ਸਮਝਾਇਆ ਸੀ। ਅੱਛਾ, ਉਹ ਭੋਲੀ ਨਾ ਬਣ ਤੂੰ ਇੰਨੀ, ਮੈਨੂੰ ਸਭ ਕੁਛ ਪਤਾ। ਤਨਵੀਰ ਨੂੰ ਉੱਥੇ ਪੜ੍ਹਨ ਤਾਂ ਹੀ ਲਾਇਆ ਗੁਰੀ ਕੋਲੇ, ਵੀ ਗੁਰੀ ਉੱਥੇ ਲੱਗਿਆ ਹੋਇਆ ਤੂੰ ਵੀ ਲੱਗ ਜਾ, ਮੇਰਾ ਘਰ ਪੱਟਣ 'ਚ ਸਭ ਤੋਂ ਵੱਡਾ ਹੱਥ ਤੇਰਾ। ਲੈ, ਮੇਰਾ ਤਾਂ ਆਪਦਾ ਵੱਸਦਾ ਘਰ ਪੱਟਿਆ ਗਿਆ, ਮੈਂ ਤੁਹਾਡਾ ਘਰ ਪੱਟ ਕੇ ਕੀ ਲੈਣਾ? ਨਾਲੇ ਗੁਰੀ ਤਾਂ ਤੁਹਾਡਾ ਰਿਸ਼ਤੇਦਾਰ ਆ। ਅੱਛਾ, ਕੀ ਰਿਸ਼ਤੇਦਾਰੀ ਆ ਸਾਡੀ ਗੁਰੀ ਨਾਲ? ਲੈ, ਮੈਨੂੰ ਕੀ ਪਤਾ, ਤੁਹਾਨੂੰ ਪਤਾ ਹੋਊਗਾ, ਰਿਸ਼ਤੇਦਾਰ ਤਾਂ ਤੁਹਾਡਾ ਹੈ। ਰਾਣੋ ਦੇਖ, ਇੱਕ ਗੱਲ ਮੈਨੂੰ ਸੱਚੋ ਸੱਚ ਦੱਸ ਦੇ, ਗੁਰੀ ਤੇ ਤਨਵੀਰ ਦਾ ਆਪਸ ਦੇ ਵਿੱਚ ਰਿਸ਼ਤਾ ਕੀ ਆ? ਗੁਰੀ ਤੁਹਾਡਾ ਰਿਸ਼ਤੇਦਾਰ ਹੈ, ਪਰਾਉਣ ਕਰਕੇ ਵਧੀਆ ਫਰੈਂਡ ਹੈ, ਤੁਸੀਂ ਤਾਂ ਐਵੇਂ ਸ਼ੱਕ ਕਰੀ ਜਾਂਦੇ ਹੋ। ਮੈਂ ਤੈਨੂੰ ਲਾਸਟ ਮੌਕਾ ਦੇ ਰਿਹਾ ਸੱਚ ਬੋਲਣ ਦਾ, ਇਸ ਤੋਂ ਬਾਅਦ ਤੂੰ ਹਮੇਸ਼ਾ ਲਈ ਚੁੱਪ ਹੋ ਜਾਣਾ। ਮੈਨੂੰ ਮਾਰ ਕੇ ਤੁਹਾਡਾ ਕੀ ਫਾਇਦਾ ਹੋ ਜਾਣਾ, ਫਿਰ ਕਿਹੜਾ ਘਰ ਤੁਹਾਡਾ ਵੱਸਦਾ ਹੋ ਜਾਣਾ? ਮੇਰਾ ਘਰ ਪੱਟਣ 'ਚ ਸਭ ਤੋਂ ਵੱਡਾ ਹੱਥ ਤੇਰਾ, ਇੱਥੇ ਮੈਂ ਤੈਨੂੰ ਮਾਰਨ ਲਈ ਉਹ ਲੈ ਕੇ ਆਇਆ, ਤੇ ਮਾਰੂੰਗਾ ਤਾਂ ਉਹਨਾਂ ਨੂੰ ਵੀ, ਪਰ ਸਭ ਤੋਂ ਪਹਿਲਾ ਨੰਬਰ ਤੇਰਾ। ਦੇਖੋ ਜੀ, ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਹਾਂ, ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਆ। ਮੇਰੇ ਕੋਲ ਟਾਈਮ ਬਹੁਤ ਘੱਟ ਆ, ਸੱਚ ਬੋਲਣਾ ਜਾਂ ਚੜ੍ਹਾਂ ਗੱਡੀ। ਗੁਰੀ ਤੇ ਤਨਵੀਰ ਪਹਿਲੇ ਤੋਂ ਇਕੱਠੇ ਪੜ੍ਹਦੇ ਸੀ, ਉਦੋਂ ਦੀ ਗੱਲ ਆ ਉਹਨਾਂ ਦੀ। ਅੱਛਾ, ਚੱਲ ਇਹ ਦੱਸ, ਗੁਰੀ ਕੋਲ ਆਈਲੈਟਸ ਕਰਨ ਕਿਹਨੇ ਲਾਇਆ? ਉਹ ਤਾਂ ਚੰਗੀ ਭਲੀ ਨੌਕਰੀ ਕਰ ਰਹੀ ਸੀ, ਉਹ ਤਾਂ ਗੁਰੀ ਹੁਣ ਯਾਦ ਵੀ ਨਹੀਂ ਸੀ। ਤਨਵੀਰ ਦਾ ਨਾ ਆਪੇ ਫੋਨ ਆਇਆ ਸੀ ਆਈਲੈਟਸ ਬਾਰੇ, ਮੈਂ ਤਾਂ ਪਹਿਲੇ ਦੀ ਲੱਗੀ ਹੋਈ ਸੀ ਉੱਥੇ। ਫਿਰ ਤੈਨੂੰ ਤਾਂ ਪਤਾ ਹੀ ਸੀ ਵੀ ਗੁਰੀ ਉੱਥੇ ਲੱਗਿਆ ਹੋਇਆ। ਮੈਂ ਨਾ ਤਨਵੀਰ ਨੂੰ ਦੱਸਿਆ ਸੀ ਵੀ ਗੁਰੀ ਉੱਥੇ ਲੱਗਿਆ ਹੈ, ਉਹਨੇ ਮਨਾ ਕਰਤਾ ਸੀ। ਅੱਛਾ, ਫਿਰ ਮਨਾ ਕਰਨ ਦੇ ਬਾਵਜੂਦ ਉੱਥੇ ਕਿਵੇਂ ਲੱਗ ਗਈ? ਉਹ ਤਾਂ ਮੈਂ ਹੀ ਕਹਿਤਾ ਸੀ ਵੀ ਗੁਰੀ ਕੀ ਕਹਿੰਦਾ, ਮੈਂ ਕਹਿਤਾ ਸੀ ਮੇਰੇ ਨਾਲ ਹੀ ਲੱਗ ਜਾ, ਆਪਾਂ ਇਕੱਠੀਆਂ ਆ ਜਾਇਆ ਕਰਾਂਗੇ, ਮੈਨੂੰ ਕੀ ਪਤਾ ਸੀ ਇੰਨਾ ਕੰਮ ਵੱਧ ਜੂਗਾ। ਹੁਣ ਫਿਰ ਇਹ ਦੱਸ, ਮੈਂ ਗਲਤ ਕੀ ਕਿਹਾ? ਮੇਰਾ ਘਰ ਪੱਟਣ ਦਾ ਸਾਰਾ ਸਿਰਾ ਤਾਂ ਤੇਰੇ ਸਿਰੇ ਜਾ ਰਿਹਾ। ਮੈਨੂੰ ਸੱਚਿਓ ਨਹੀਂ ਪਤਾ ਸੀ ਕਿ ਉਹ ਦੁਬਾਰਾ ਰਿਲੇਸ਼ਨ 'ਚ ਆ ਜਾਣਗੇ। ਅੱਛਾ, ਤਨਵੀਰ ਕੀ ਚਾਹੁੰਦੀ ਆ ਫਿਰ ਹੁਣ, ਮੈਨੂੰ ਛੱਡਣਾ ਜਾਂ ਗੁਰੀ ਨੂੰ? ਸੱਚ ਤਾਂ ਇਹ ਆ, ਉਹ ਨਾ ਤੁਹਾਡੇ ਤੋਂ ਹੁਣ ਤਲਾਕ ਲੈਣਾ ਚਾਹੁੰਦੀ ਹੈ ਤੇ ਗੁਰੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਮੇਰੇ ਦਿਲ 'ਚ ਜਿੰਨਾ ਤਨਵੀਰ ਲਈ ਪਿਆਰ ਸੀ ਨਾ, ਉਸ ਤੋਂ ਕਿਤੇ ਜ਼ਿਆਦਾ ਨਫ਼ਰਤ ਆ ਹੁਣ। ਦੇਖੋ, ਮੈਂ ਤਾਂ ਇਹੀ ਕਹਿੰਦੀ ਹਾਂ, ਤਨਵੀਰ ਨਾਲ ਨਿਬੇੜ ਕੇ ਨਾ ਤੁਸੀਂ ਕਿਸੇ ਚੰਗੀ ਜਿਹੀ ਕੁੜੀ ਨਾਲ ਵਿਆਹ ਕਰਾ ਲਓ, ਉਹਨੂੰ ਮਾਰ ਕੇ ਤੁਸੀਂ ਸਾਰੀ ਜ਼ਿੰਦਗੀ ਜੇਲ੍ਹ 'ਚ ਹੀ ਜਾਣਾ। ਬਦਲਾ ਤਨਵੀਰ ਤੋਂ ਮੈਂ ਲਊਂਗਾ ਜ਼ਰੂਰ, ਪਰ ਮਾਰ ਕੇ ਨਹੀਂ, ਕਿਸੇ ਹੋਰ ਸਕੀਮ ਨਾਲ।
चाहे तुसी आप मार दो जा किसी होर ते मरवा दो, नाम ता थोड़ा ही आऊगा। जरूरी तो नहीं हुंदा भी बंदे नूं मारना ही पवे बदला लैण लई, होर तरीके बहुत हुंदे ने बदला लैण दे। चल मैनूं ऐ दस, तेरा घर किहने पट्टिया? मेरा घर तो मेरी जठानी ने पट्टिया, हाले मेरा तो तलाक हो चुका है। अच्छा, तेरा तलाक हो चुका ते मेरा होने वाला? क्यों ना फिर आप व्याह करा लेने? नहीं नहीं, मैं नहीं करा सकती, तनवीर की कहूगी, हो तो मेरी बेस्ट फ्रेंड है। घर तो तू ही बसाउणा ही है, तनवीर ने तो बसा लिया गुरी नाल, बाकी मेरा घर पट्टिया तो तू ही है, फिर बसा भी तो तू ही सकती है। देखो जी, मैं थोनू बार बार कह चुकी हाँ, मैं थोड़ा घर कोई नहीं पट्टिया है। देख रहा तेनू आईलैट्स करने की भी लोड़ नहीं पैनी, वधिया नौकरी दिलवा दूंगा, इत्थे वधिया लाइफ दूंगा। हाँ, जे तो बाहर जाना भी होया तो बाहर भी लैके जाऊँगा, पर मेरे नाल व्याह करा ला, क्योंकि मेरे को तेरे नाल व्याह करा के तनवीर की हिक ते पिपल लाने का सब तो वधिया तरीका। ये तनवीर की जिद च वो मैं खुश रखूगा, फिर हर्ज की ये व्याह कराने च? कमाल आ, तू तो एवं सोचा पै गई जिम्मे कोई गलत कदम चकन जा रही होवे, घर बसा जा रही हाँ, कोई गुनाह तो नहीं कर रही? ਵਿਆਹ ਤਾਂ ਮੈਂ ਤੁਹਾਡੇ ਨਾਲ ਕਰਾ ਲਾਂਗੀ, ਜਿੰਨਾ ਚਿਰ ਤੁਹਾਡਾ ਤੇ ਤਨਵੀਰ ਦਾ ਤਲਾਕ ਨਹੀਂ ਹੁੰਦਾ ਨਾ, ਉਹਨਾਂ ਚਿਰ ਉਹਨੂੰ ਪਤਾ ਨਾ ਲੱਗੇ ਕਿ ਆਪਾਂ ਵਿਆਹ ਕਰਾ ਰਹੇ ਹਾਂ। ਓਏ ਨਹੀਂ ਨਹੀਂ, ਮੈਂ ਉਹਨੂੰ ਪਤਾ ਨਹੀਂ ਲੱਗਣ ਦਿੰਦਾ, ਪਰ ਤੂੰ ਆਪਦੇ ਵਾਅਦੇ ਤੋਂ ਨਾ ਮੁੱਕਰੀ। ਨਹੀਂ ਮੁੱਕਰਦੀ, ਵੈਸੇ ਵੀ ਵਿਆਹ ਤਾਂ ਕਰਾਉਣਾ ਹੀ ਸੀ, ਤੁਹਾਡੇ ਨਾਲ ਹੀ ਕਰਾ ਲਾਂਗੀ, ਪਤਾ ਹੀ ਹੈ ਤੁਹਾਡੀ ਫੈਮਿਲੀ ਬਾਰੇ ਵੀ, ਤਨਵੀਰ ਦੱਸਦੀ ਸੀ ਮੈਨੂੰ। ਅਸੀਂ ਤਾਂ ਬਹੁਤ ਖੁਸ਼ ਰੱਖਦੇ ਸੀ ਉਹਨੂੰ, ਪਰ ਉਹ ਰਹਿਣਾ ਹੀ ਨਹੀਂ ਆਇਆ। ਹਾਂ ਮੈਨੂੰ ਪਤਾ, ਮੈਂ ਤਾਂ ਬਹੁਤ ਸਮਝਾਇਆ ਸੀ ਉਹਨੂੰ, ਪਰ ਉਹਦੇ ਸਿਰ 'ਤੇ ਤਾਂ ਗੁਰੀ ਦੇ ਪਿਆਰ ਦਾ ਭੂਤ ਸਵਾਰ ਸੀ, ਹੁਣ ਤਾਂ ਗੁਰੀ ਤੋਂ ਇਲਾਵਾ ਕੋਈ ਦਿਖਦਾ ਹੀ ਨਹੀਂ। ਚੱਲ ਹੁਣ ਮੈਂ ਤੈਨੂੰ ਛੱਡਿਓ ਨਾ, ਮੈਨੂੰ ਹੋਰ ਵੀ ਕਈ ਕੰਮ ਨੇ, ਬਸ ਧਿਆਨ ਰੱਖੀ ਤਨਵੀਰ ਨੂੰ ਸ਼ੱਕ ਨਾ ਹੋਣ ਦੇ, ਉਹਨਾਂ ਦੀ ਸਾਰੀ CID ਰੱਖੀ ਵੀ ਉਹ ਤਲਾਕ ਬਾਰੇ ਕੀ ਕਹਿੰਦੇ ਨੇ ਅਤੇ ਕੀ ਸੋਚਦੇ ਨੇ। ਕੋਈ ਗੱਲ ਨਹੀਂ, ਮੈਂ ਧਿਆਨ ਰੱਖੂੰਗੀ। ਜੇ ਇਹਨਾਂ ਦਾ ਤਲਾਕ ਨਹੀਂ ਵੀ ਹੋਊਗਾ ਨਾ ਤਾਂ ਵੀ ਮੈਂ ਕਰਾਈ ਦੇਣਾ, ਜੇ ਇਹ ਵੱਖ ਹੋਣਗੇ ਤਾਂ ਹੀ ਮੇਰਾ ਘਰ ਵਸੂਗਾ। ਤਲਾਕ ਲੈਣ ਬਾਰੇ ਗੱਲ ਕਰੀ ਉਹਨਾਂ ਨਾਲ? ਨਹੀਂ ਹਜੇ ਤਾਂ ਨਹੀਂ ਕੀਤੀ। ਜੋ ਤਲਾਕ ਲੈ ਕੇ ਪਰਾਂ ਕਰ ਰੱਖਣਾ, ਟਾਈਮ ਚੁੱਪ ਬੈਠੀ ਰਹੇਗੀ ਪਹਾ ਵੱਢ ਉਹਨਾਂ ਦਾ। ਤਲਾਕ ਤਾਂ ਮੈਂ ਲੈ ਲੂੰਗੀ, ਪਰ ਐਂ ਦੱਸ ਮੇਰੇ ਨਾਲ ਵਿਆਹ ਕਰਾਏਗਾ ਨਾ, ਕਿਤੇ ਟਾਈਮ ਪਾਸ ਕਰਕੇ ਛੱਡ ਤਾਂ ਨਹੀਂ ਦੇਗਾ? ਇੰਨਾ ਵੀ ਨਹੀਂ ਯਕੀਨ ਮੇਰੇ ਤੇ, ਮੈਂ ਤੈਨੂੰ ਜੰਜਾਲ ਬਣਾ ਕੇ ਰੱਖੂੰਗਾ, ਉਹਨੂੰ ਛੇਤੀ ਛੇਤੀ ਛੱਡ ਕੇ ਨਾ ਮੇਰੀ ਹੋ ਜਾ। ਮੈਂ ਤਾਂ ਤੇਰੀ ਹੋ ਹੀ ਚੁੱਕੀ ਹਾਂ। ਹਜੇ ਕਿੱਥੇ ਹੋਈ ਹਾਂ, ਮੈਂ ਤਾਂ ਇਕੱਲਾ ਬਿਆਨ ਨਹੀਂ ਹੋਇਆ, ਰਜਿਸਟਰੀ ਵੀ ਹੋਣੀ ਆ। ਅੱਛਾ ਜੀ, ਪਹਿਲਾਂ ਬਿਆਨਾ ਫਿਰ ਰਜਿਸਟਰੀ ਫਿਰ ਕਬਜ਼ਾ ਲਾਉਂਗੇ? ਕਬਜ਼ਾ ਤਾਂ ਹੁਣ ਮੇਰੇ ਕੋਲ ਹੀ ਆ, ਮੇਰੇ ਤੋਂ ਨਹੀਂ ਕੋਈ ਖੋ ਸਕਦਾ ਤੈਨੂੰ। ਮੈਂ ਹੁਣ ਪੜ੍ਹਨਾ ਵੀ ਸ਼ੁਰੂ ਕਰਾਂ, ਕਿਤੇ ਪਿਆਰ ਪਿਆਰ ਚ ਆਈਲੈਟਸ ਹੀ ਨਾ ਹੋਵੇ। ਹਾਂ ਯਾਰ, ਇਹ ਵੀ ਜ਼ਰੂਰੀ ਨਾ, ਤਾਂ ਹੀ ਬਾਹਰ ਜਾ ਕੇ ਸੈੱਟ ਹੋਵਾਂਗੇ, ਜੇ ਆਈਲੈਟਸ ਕਲੀਅਰ ਕਰੇਂਗੇ। ਚੱਲ ਫਿਰ ਜੇ ਮੇਰੀ ਆਈਲੈਟਸ ਨਾ ਕਲੀਅਰ ਹੋਈ ਤਾਂ ਤੁਹਾਡੀ ਤਾਂ ਕਲੀਅਰ ਹੀ ਹੈ, ਤੁਹਾਡੀ ਫਾਈਲ ਲਾ ਦੇਵਾਂਗੇ ਆਪਾਂ। ਉਹ ਯਾਰ, ਮੇਰੀ ਆਈਲੈਟਸ ਕਰੀ ਨਾ, ਕਾਫੀ ਟਾਈਮ ਹੋ ਗਿਆ, ਮੈਨੂੰ ਵੀ ਦੁਬਾਰਾ ਕਰਨੀ ਪਊਗੀ। ਚੱਲ ਕੋਈ ਨਾ, ਮੈਂ ਤਾਂ ਬਥੇਰੀ ਹੁਸ਼ਿਆਰ ਹਾਂ, ਮੈਂ ਤਾਂ ਕਰ ਹੀ ਲੈਣੀ ਆਈਲੈਟਸ, ਬਸ ਤੁਸੀਂ ਪੈਸੇ ਦਾ ਇੰਤਜ਼ਾਮ ਕਰਕੇ ਰੱਖਿਓ। ਉਹ ਯਾਰ, ਪੈਸੇ ਦਾ ਕੀ ਅਰੇਂਜਮੈਂਟ ਕਰਨਾ, ਉਹ ਤੇਰੇ ਸਾਫਕਾ ਪਰਾਉਣੇ ਤੋਂ ਲੈ ਲਾਂਗੇ ਆਪਾਂ ਤਲਾਕ ਵੇਲੇ। ਉਹ ਕਿੰਨਾ ਕੁ ਦੇ ਦੇਣਗੇ? ਫਿਰ ਵੀ ਆਪਾਂ ਨੂੰ ਅਰੇਂਜਮੈਂਟ ਤਾਂ ਕਰਕੇ ਰੱਖਣਾ ਪਊਗਾ। ਯਾਰ, 30-35 ਲੱਖ ਤਾਂ ਦੇਣਗੇ ਉਹ, ਜੇ ਨਹੀਂ ਦੇਣਗੇ ਦਾਰ ਦਾ ਪਰਚਾ ਕਰਾ ਕੇ ਅੰਦਰ ਕਰਾਵਾਂਗੇ। ਲੈ, ਜੇ ਆਪਾਂ ਪਰਚਾ ਕਰਾਵਾਂਗੇ ਫਿਰ ਉੱਥੇ ਕਹਿਣਗੇ ਵੀ ਸਾਡੇ ਨਾਲ ਤੋਰੋ, ਅਗਲੇ ਕਹਿਣਗੇ ਅਸੀਂ ਕਿਹੜਾ ਦਾਜ ਮੰਗਿਆ। ਯਾਰ, ਤੂੰ ਪੈਸੇ ਦੀ ਟੈਨਸ਼ਨ ਨਾ ਲੈ, ਠੀਕ ਆ, ਪੈਸੇ ਤਾਂ ਹੁਣ ਤਾਂ ਆਪੇ ਲੈ ਲਊਗਾ, ਤੂੰ ਸਿਰਫ ਤਲਾਕ ਦੇ ਪੇਪਰਾਂ ਦੇ ਸਾਈਨ ਕਰਨ ਦੀ ਤਿਆਰੀ ਰੱਖ। ਸਾਈਨ ਕਰਨ ਤਾਂ ਮੈਂ ਤਿਆਰ ਹਾਂ, ਤਾਂ ਆਪਾਂ ਨੂੰ ਵਕੀਲ ਵੀ ਤਾਂ ਕਰਨਾ ਹੀ ਪਊਗਾ। ਉਹ ਵਕੀਲ ਹੈਗਾ ਯਾਰ ਮੇਰੀ ਨਿਗਾਹ 'ਚ, ਕੋਕੇ ਹੀ ਲਾ ਦੂਗਾ, ਕੋਕੇ ਵਕੀਲ ਤਾਂ। ਮੈਂ ਕਰਿਆ ਬੇਬੇ ਪਤਾ ਗੁਰੀ ਨਾਲ ਕਿਹੜੀ ਰਿਸ਼ਤੇਦਾਰੀ ਆ ਉਹਦੀ, ਐਵੇਂ ਅੱਖਾਂ 'ਚ ਘੱਟਾ ਪਾਉਣ ਨੂੰ ਫਿਰਦੀ ਸੀ ਪਰ ਪਿਆ ਨਹੀਂ। ਵੀ ਕਿਹੜੀ ਉਹਦੀ ਰਿਸ਼ਤੇਦਾਰੀ ਹੋਣੀ ਪੁੱਤ ਗੁਰੀ ਨਾਲ, ਐਵੇਂ ਫਿਰਦੀ ਆਵਾਰਾ ਕਰਦੀਆਂ ਕਰਦੀ। ਉਹਦੀ ਗੁਰੀ ਨਾਲ ਗੱਲਬਾਤ ਆ, ਉਹਦੇ ਨਾਲ ਵਿਆਹ ਕਰਾਉਣ ਨੂੰ ਫਿਰਦੀ ਆ, ਮੈਂ ਇੱਥੋਂ ਤਲਾਕ ਲੈ ਕੇ। ਲੈ ਦੱਸ ਕਿੰਨੀ ਘਟੀਆ ਜਨਾਨੀ ਹੈ, ਜੇ ਕੋਈ ਉਹਨੂੰ ਪੁੱਛਣ ਵਾਲਾ ਹੋਵੇ ਹੈਂ ਵੀ ਤਾਂ ਤੂੰ ਆਪਣਾ ਆਦਮੀ ਨਾਲ ਤਾਂ ਰਿਹਾ ਨਹੀਂ ਜਾਂਦਾ, ਹੋਰ ਕਿਹਦੇ ਨਾਲ ਰਹਿ ਜਾਏਗੀ ਤੂੰ? ਵਿਆਹ ਤਾਂ ਇਹ ਗੁਰੀ ਨਾਲ ਹੀ ਕਰਾਉਣ ਨੂੰ ਫਿਰਦੀ ਸੀ ਪਹਿਲਾਂ ਹੀ, ਬਸ ਇਹਦੇ ਘਰਦਿਆਂ ਨੇ ਧੱਕੇ ਨਾਲ ਮੇਰੇ ਨਾਲ ਕਰਤਾ ਸੀ। ਲੈ ਦੱਸ ਪੁੱਤ, ਗਲਤੀ ਤਾਂ ਫਿਰ ਇਹਦੇ ਘਰਦਿਆਂ ਦੀ ਆ ਸਾਰੀ, ਆਪਣਾ ਤਾਂ ਘਰ ਖਾਮ ਖਾ ਬਰਬਾਦ ਕਰਤਾ ਇਹਨਾਂ ਨੇ। ਸ਼ੱਕ ਤਾਂ ਇਹਦੇ ਮੈਨੂੰ ਪਹਿਲੇ ਦਿਨ ਤੋਂ ਹੀ ਹੋ ਗਿਆ ਸੀ, ਕਿਉਂਕਿ ਤਨਵੀਰ ਦੇ ਜਿੰਨੇ ਵੀ ਰਿਸ਼ਤੇਦਾਰ ਨੇ ਮੈਂ ਸਾਰਿਆਂ ਨੂੰ ਜਾਣਦਾ ਹੀ ਹਾਂ। ਲੱਗਿਆ ਤਾਂ ਪੁੱਤ ਮੈਨੂੰ ਵੀ ਉਹ ਗਲਤ ਜਿਹਾ ਸੀਗਾ,
ਜਦ ਉਹ ਆਉਂਦੇ ਨੂੰ ਲੈ ਕੇ ਅੰਦਰ ਕਮਰੇ 'ਚ ਬਹਿ ਗਿਆ ਮੈਂ ਕਿਹਾ ਕਿਤੇ ਮੈਨੂੰ ਵਹਿਮ ਨਾ ਹੋ ਗਿਆ ਹੋਵੇ ਹੋ ਸਕਦਾ ਭਾਈ ਇਹਦਾ ਕੋਈ ਦੂਰ ਦਾ ਰਿਸ਼ਤੇਦਾਰ ਹੋਵੇ ਹੁਣ ਇਹਦੀ ਮਾਂ ਨੂੰ ਪੁੱਛਾਂਗੇ ਵੀ ਤੂੰ ਤਾਂ ਕਹਿੰਦੀ ਸਾਡਾ ਰਿਸ਼ਤੇਦਾਰ ਹੈ ਤੇਰੀ ਧੀ ਦਾ ਇਹਦੇ ਨਾਲ ਵਿਆਹ ਕਰਾਉਣ ਦੀਆਂ ਪਲੈਨਿੰਗਾਂ ਕਰੀ ਫਿਰਦੀ ਆ ਪਰ ਪੁੱਤ ਤੂੰ ਇਹਨਾਂ ਬਾਰੇ ਕਿੱਥੋਂ ਪਤਾ ਕਰਕੇ ਆਇਆ ਮੈਂ ਬੇਬੇ ਦੀ ਸਹੇਲੀ ਤੋਂ ਪਤਾ ਕੀਤਾ ਉਹਨੇ ਸਾਰਾ ਕੁਝ ਸੱਚੋ ਸੱਚ ਦੱਸਤਾ ਮੈਨੂੰ ਅੱਛਾ ਉਹ ਇਹਦੇ ਨਾਲ ਹੀ ਲੱਗੀ ਹੋਈ ਆ ਪੁੱਤ ਜੇ ਉਹਦੀ ਸਹੇਲੀ ਹੈ ਤਾਂ ਤੈਨੂੰ ਉਹਨੇ ਸੱਚ ਕਿਵੇਂ ਦੱਸਤਾ ਔਰ ਬੇਬੇ ਮੈਂ ਕਿਹੜਾ ਐਵੇਂ ਗਿਆ ਸੀ ਪੂਰੀ ਪਲੈਨਿੰਗ ਨਾਲ ਗਿਆ ਸੀ ਨਾਲ ਇਹ ਤਾਂ ਗੁੰਗੇ ਹੀ ਬੋਲਣ ਲਾ ਆਉਂਦਾ ਅੱਛਾ ਤੂੰ ਪੁੱਤ ਪਸਤੌਲ ਲੈ ਕੇ ਗਿਆ ਸੀ ਮੈਂ ਤਾਂ ਐਂ ਕਹਿੰਦੀ ਹਾਂ ਬੇਟੇ ਤੈਨੂੰ ਤੂੰ ਆਪਣਾ ਬਚਾਅ ਰੱਖ ਕਿਤੇ ਘਟੀਆ ਜਨਾਨੀ ਹੋਰ ਨਾ ਕੋਈ ਤੇਰੇ ਤੇ ਕੇਸ ਪਵਾ ਦੇਵੇ ਵੀ ਸਾਨੂੰ ਪਸਤੌਲ ਦਿਖਾ ਕੇ ਧਮਕਿਆ ਦਿੰਦਾ ਬੇਬੇ ਉੱਥੇ ਕਿਹੜਾ ਉਹ ਹੈਗੇ ਸੀ ਕੱਲੀ ਉਹਦੀ ਸਹੇਲੀ ਹੋ ਸੀ ਰਾਣੋ ਨਾਲੇ ਹੁਣ ਰਾਣੋ ਆਪਣੇ ਨਾਲ ਸਹਿਮਤ ਆ ਉਹ ਉਹਨਾਂ ਦੀ ਪੂਰੀ ਸੀਆਈਡੀ ਦੇਊਗੀ ਫਿਰ ਅੱਗੇ ਅੱਗੇ ਪਲੈਨਿੰਗ ਮੈਂ ਕਰੂੰਗਾ ਮੈਂ ਯਾਰ ਇੱਕ ਸਕੀਮ ਹੋਰ ਸੋਚੀ ਆ ਵੀ ਆਪਾਂ ਤਲਾਕ ਨਾ ਲਈਏ ਰਹਿਣ ਦੀਏ ਅੱਛਾ ਵੀ ਐਵੇਂ ਮਿਲੀ ਜਾਈਏ ਲੁੱਕ ਲੁੱਕ ਕੇ ਪਰ ਹੁਣ ਨਹੀਂ ਉਹਨਾਂ ਨੇ ਮੈਨੂੰ ਰੱਖਣਾ ਓਹੋ ਯਾਰ ਮੈਂ ਤੈਨੂੰ ਨਾ ਭੇਜ ਕਦੋਂ ਰਹਾਂਗਾ ਮੈਂ ਤੈਨੂੰ ਐ ਕਹਿ ਰਿਹਾ ਜੇ ਆਪਾਂ ਤੇਰੇ ਘਰ ਦਾ ਕਤਲ ਕਰ ਦਈਏ ਬਸ ਰਹਿਣ ਦੇ ਸਾਰੀ ਜ਼ਿੰਦਗੀ ਇਹੀ ਲੰਘ ਜੂ ਜੇਲ੍ਹ 'ਚ ਨਾਲੇ ਉਹਨੂੰ ਮਾਰ ਕੇ ਆਪਾਂ ਨੂੰ ਕੀ ਫਾਇਦਾ ਹੋਊਗਾ ਯਾਰ ਤੂੰ ਰੱਖ ਦੇ ਨਾ ਸੋਚ ਨੇੜੇ ਦੀ ਮੇਰੀ ਸੋਚ ਆ ਦੂਰ ਦੀ ਸਕੀਮ ਲਾਉਣੇ ਆਪਾਂ ਜੇ ਉਹਨਾਂ ਤੋਂ ਕੱਲ੍ਹ ਨੂੰ ਤਲਾਕ ਲੈ ਕੇ ਲੈਣੇ ਨਾ ਤਾਂ ਅਗਲਾ 20-25 ਲੱਖ ਰੁਪਇਆ ਦਊਗਾ ਮੇਰੀ ਗੱਲ ਸੁਣ ਆਪਾਂ ਉਹਦਾ ਕਤਲ ਕਰਦੇ ਹਾਂ ਸਾਰੀ ਪ੍ਰਾਪਰਟੀ ਦਾ ਹੱਕਦਾਰ ਬਣ ਜਾਏਗੀ ਤੂੰ ਉਹਦੀ ਪ੍ਰਾਪਰਟੀ ਆਪਾਂ ਨੂੰ ਕਿਵੇਂ ਮਿਲੂਗੀ ਯਾਰ ਜਿੰਨਾ ਟਾਈਮ ਤੇਰਾ ਤਲਾਕ ਨਹੀਂ ਹੁੰਦਾ ਨਾ ਤਾਂ ਕਾਨੂੰਨ ਦੇ ਹਿਸਾਬ ਨਾਲ ਤਾਂ ਉਹਦੀ ਕਾਲੀ ਰਹੇਗੀ ਜੇ ਮਰੂਗਾ ਸਾਰੀ ਪ੍ਰਾਪਰਟੀ ਤੇਰਾ ਹੱਕ ਹੋਊਗਾ ਜੇ ਪ੍ਰਾਪਰਟੀ ਉਹਦੀ ਮਾਂ ਦੇ ਨਾਲ ਲੱਗ ਗਈ ਤਾਂ ਕਾਨੂੰਨ ਕਹੂਗਾ ਇਹਨਾਂ ਤੇ ਤਲਾਕ ਦਾ ਕੇਸ ਚੱਲਦਾ ਯਾਰ ਆਪਾਂ ਵੀ ਕੇਸ ਨਹੀਂ ਕਰਦੇ ਚੁੱਪਚਾਪ ਕਤਲ ਕਰ ਦਿੰਦੇ ਆ ਨਹੀਂ ਨਹੀਂ ਮੈਨੂੰ ਤਾਂ ਡਰ ਲੱਗਦਾ ਹੈ ਕੰਮ ਕਰਨ ਤੋਂ ਤੁਸੀਂ ਰਹਿਣ ਹੀ ਦਿਓ ਆਪਾਂ ਨੂੰ ਜਿੰਨੇ ਪੈਸੇ ਮਿਲਣਗੇ ਠੀਕ ਹੈ ਉਹ ਯਾਰ ਕਤਲ ਆਪਾਂ ਥੋੜਾ ਕਰਨਾ ਉਹ ਤਾਂ ਕਰਵਾਵਾਂਗੇ ਨਾਲੇ ਗਿਰਪਾਨਾ ਥੋੜਾ ਵੱਟ ਕੇ ਆਉਣਾ ਕਿਸੇ ਟਰੱਕਾਂ ਨੂੰ ਦੇ ਕੇ ਪੈਸੇ ਐਕਸੀਡੈਂਟ ਕਰਾ ਦਾਂਗੇ ਕਿਤੇ ਕਤਲ ਕਰਨ ਵਾਲੀ ਸਕੀਮ ਆਪਣੇ ਤੇ ਨਾ ਪੁੱਠੀ ਪੈ ਜੇ ਮੈਨੂੰ ਤਾਂ ਡਰ ਲੱਗ ਰਿਹਾ ਹੈ ਕੰਮ ਤੋਂ ਉਹ ਜਦੋਂ ਯਾਰ ਤੇਰੇ ਨਾਲ ਮੈਂ ਆ ਤਾਂ ਡਰਨ ਦੀ ਕੀ ਲੋੜ ਸਾਰੀ ਸਕੀਮ ਆਪ ਕਰੂੰਗਾ ਠੀਕ ਆ ਤੂੰ ਸਿਰਫ ਇੱਕ ਕੰਮ ਕਰੀ ਉਹਦੇ ਮਰਨ ਤੇ ਰੋਣ ਦਾ ਡਰਾਮਾ ਇਹ ਜਾਂ ਕਰੀ ਵੀ ਸਾਕਣ ਹੋਵੇ ਕਿਸੇ ਨੂੰ ਮੈਥੋਂ ਨਹੀਂ ਡਰਾਮੇ ਹੋਣੇ ਹੈਗੇ ਮੈਨੂੰ ਤਾਂ ਹੁਣੇ ਸੋਚ ਕੇ ਡਰ ਲੱਗ ਰਿਹਾਗਾ ਨਾਲੇ ਗੁਰੀ ਬਹੁਤ ਵੱਡਾ ਕਦਮ ਹੈ ਹੁਣੇ ਸੋਚ ਲੈ ਕਿਤੇ ਨਾਲੇ ਆਪਣੀ ਜ਼ਿੰਦਗੀ ਖਰਾਬ ਹੋ ਜਾਏ ਨਾਲੇ ਉਹ ਤਾਂ ਕਰਾਂਗੀ ਉਹ ਜਾਣ ਮੇਰੇ ਤੇ ਭਰੋਸਾ ਰੱਖ ਮੇਰਾ ਦਿਮਾਗ ਬਹੁਤ ਤੇਜ਼ ਆ ਇਹੀ ਸਕੀਮ ਪਾਉਂ ਨਾ ਕਿਸੇ ਨੇ ਸੋਚਣਾ ਵੀ ਨਹੀਂ ਕਿ ਕਤਲ ਆਪਾਂ ਕਰਾਇਆ ਨਾਲੇ ਕਤਲ ਨਹੀਂ ਐਕਸੀਡੈਂਟ ਆ ਹੈਲੋ ਗੁਰੀ ਮੈਨੂੰ ਦੱਸ ਤਾਂ ਇਹਦਾ ਕਾਲ ਕਰਕੇ ਮੈਨੂੰ ਟੈਨਸ਼ਨ ਹੋਈ ਪਈ ਹੈ ਦੱਸ ਤਾਂ ਇਹਦਾ ਵੀ ਕੀ ਬਣਿਆ ਯਾਰ ਦੱਸਦਾ ਕੀ ਹਲ ਤਾਂ ਕੁਝ ਬਣਿਆ ਹੀ ਨਹੀਂ ਪੈਸਾ ਦੇਖ ਕੇ ਆਇਆ ਐਕਸੀਡੈਂਟ ਕਰਨ ਦੇ ਫਿਰ ਕੰਮ ਕਿਉਂ ਨਹੀਂ ਹੋਇਆ ਜਿਹੜਾ ਬੰਦਾ ਇਸ ਕੰਮ ਦਾ ਮਾਸਟਰਮਾਈਂਡ ਸੀ ਨਾ ਉਹ 4 ਲੱਖ ਰੁਪਇਆ ਮੰਗਦਾ ਸੀਗਾ ਫਿਰ ਇੱਕ ਨਸ਼ੇੜੀ ਲੱਭ ਗਿਆ ਮੈਨੂੰ ਘੱਟ ਰੇਟ 'ਚ 30,000 ਤਾਂ ਮੰਨ ਗਿਆ ਉਹ ਸਾਲੇ ਤੋਂ ਉਹ ਤਾਂ ਮਰਿਆ ਨਹੀਂ ਕਿਹਦੀ ਮੈਸ ਮਾਰਿਆ ਆ ਹੁਣ ਅਗਲੇ 80,000 ਤੋਂ ਵੀ ਹੱਤਾ ਕਰਕੇ ਆਇਆ ਮੈਂ ਸਾਲੇ ਨਾਲ ਤੂੰ ਫਿਰ 80,000 ਕਿਉਂ ਦਿੱਤਾ ਮੱਝ ਤਾਂ ਉਹਨੇ ਮਾਰੀ ਹੈ ਮੇਰਾ ਸਾਲਾ ਬਲੈਕਮੇਲ ਕਰਨ ਲੱਗਿਆ ਸੀਗਾ ਕਹਿੰਦਾ ਮੇਰਾ ਸਮਝੌਤਾ ਕਰਾਂ ਮੈਂ ਸਾਲੇ ਨਾਲ ਜੇ ਮੈਂ ਪੁਲਿਸ ਨੂੰ ਸਾਰਾ ਕੁਝ ਦੱਸੂ ਜੇ ਪੁਲਿਸ ਬੁਲਾ ਲਈ ਉਹਨਾਂ ਨੇ ਗਲਤੀ ਤਾਂ ਫਿਰ ਤੇਰੀ ਹੈ ਤੂੰ ਮਾਸਟਰਮਾਈਂਡ ਤੋਂ ਕੰਮ ਕਰਾਉਣਾ ਸੀ ਫਿਰ ਵੀ ਤਾਂ ਹੁਣ ਇੰਨੇ ਪੈਸੇ ਲੱਗੇ ਹੀ ਨੇ ਯਾਰ ਤੈਨੂੰ ਦੱਸਿਆ ਤਾਂ ਹੈਗਾ ਵੀ ਉਹ ਸਾਲਾ 4 ਲੱਖ ਮੰਗਦਾ ਸੀਗਾ ਹੁਣ ਇੰਨੇ ਪੈਸੇ ਦੱਸ ਕਿੱਥੋਂ ਲਿਆਵਾਂ ਵੀ ਤੇਰੇ ਕੋਲ ਹੈਗੇ ਨੇ ਤੂੰ ਦੇ ਦੇ ਲੈ ਮੇਰੇ ਕੋਲ ਹੁਣ ਕੀ ਹੈ ਕੁਛ ਮੈਂ ਤਾਂ ਜਿਹੜੀ ਨੌਕਰੀ ਕਰਦੀ ਸੀ ਮੈਂ ਤਾਂ ਉਹ ਵੀ ਛੱਡ ਕੇ ਹੁਣ ਆਈਲੈਟਸ ਕਰਨ ਲੱਗੀ ਆ ਯਾਰ ਤੇਰੀ ਬੇਬੇ ਨੂੰ ਪੁੱਛ ਲਾ ਖਬਰ ਉਹਦੇ ਲਵੇ ਹੁਣ ਉਹਨੂੰ ਕਿਹੜਾ ਪਤਾ ਲੱਗਣਾ ਕਿ ਫੀਸ ਭਰਨੀ ਬਾਹਰ ਜਾਣ ਦੀ ਲੈ ਉਹਦੇ ਕੋਲੇ ਕੀ ਹੈ ਉਹ ਤਾਂ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਚਲਾ ਰਹੀ ਹੈ ਵੀਰੇ ਕਿਹੜਾ ਬਾਹਰੋਂ ਕੁਛ ਭੇਜਦਾ ਫਿਰ ਆਪਾਂ ਐਂ ਕਰਦੇ ਆ ਆਪਾਂ ਲੋਨ ਕਰਾ ਲੈਨੇ ਆ ਤੂੰ ਕਮਾਲ ਕਰਦਾਂਗਾ ਐ ਬੰਦਾ ਮਾਰਨ ਲਈ ਕੌਣ ਲੋਨ ਦੇ ਦੂਗਾ ਤੈਨੂੰ ਹੋ ਯਾਰ ਬੰਦਾ ਮਾਰਨ ਦਾ ਥੋੜਾ ਲੋਨ ਲੈਣਾ ਤੇਰੀ ਬੇਬੇ ਨੂੰ ਕਹਿ ਦੇ ਮੈਂ ਫੀਸ ਭਰਨੀ ਆ ਆਪੇ ਘਰ ਤੇ ਲੋਨ ਲੈ ਲੂਗੀ ਮੈਨੂੰ ਮੇਰੀ ਬੇਬੇ ਦੇ ਸੁਭਾਅ ਦਾ ਪਤਾ ਉਹਨੇ ਨਹੀਂ ਮੰਨਣਾ ਤੂੰ ਕੋਈ ਹੋਰ ਹੀਲਾ ਦੇਖ ਲੈ ਉਹ ਯਾਰ ਹੋਰ ਤਾਂ ਨਹੀਂ ਕੋਈ ਹੀਲਾ ਹੈਗਾ ਇੱਕ ਸਕੀਮ ਹੈਗੀ ਆ ਉਹਨੂੰ ਮਰਵਾਉਣ ਤੇ ਖਰਚਾ ਆਪਾਂ ਵੱਧ ਆ ਜਾਣਾ ਆਪਾਂ ਵਕੀਲ ਕਰਕੇ ਨਾ ਹੁਣ ਤੋਂ ਤਲਾਕ ਹੀ ਲੈ ਲੈਣੇ ਆ ਤਲਾਕ ਲੈ ਕੇ ਜਿਹੜਾ 30-40 ਲੱਖ ਰੁਪਏ ਮਿਲੂਗਾ ਉਹ ਲੈ ਕੇ ਬਾਹਰੋਂ ਡਾਰੀ ਮਾਰ ਜਾਾਂਗੇ ਆਪਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਰਹੀ ਸੀ ਪਰ ਤੈਨੂੰ ਹੀ ਸ਼ੌਕ ਚੜਿਆ ਹੋਇਆ ਸੀ ਉਹਨੂੰ ਮਾਰਨ ਦਾ ਯਾਰ ਮੈਨੂੰ ਕਿਹੜਾ ਪਤਾ ਸੀ ਵੀ ਇਹਨੇ ਪੈਸੇ ਮੰਗਣਗੇ ਪੈਸੇ ਤਾਂ ਫਿਰ ਵਕੀਲ ਵੀ ਮੰਗੂਗਾ ਫਿਰ ਉਹ ਕਿਵੇਂ ਕਰਾਂਗੇ ਯਾਰ ਪੈਸਿਆਂ ਦਾ ਹੀਲਾ ਤਾਂ ਤੈਨੂੰ ਕਰਨਾ ਪਊਗਾ ਤੈਨੂੰ ਪਤਾ ਲੱਗਾ ਪੈਸੇ ਦੇ ਕੰਮ 'ਚ ਤਾਂ ਮੇਰਾ ਹੱਥ ਟੰਗ ਗਿਆ ਵਾ ਵਕੀਲ ਦਾ ਕੀ ਪਤਾ ਕਿੰਨੇ ਪੈਸੇ ਲਊਗਾ ਜੇ ਮੇਰੇ ਕੋਲ ਵੀ ਨਾ ਹੋਏ ਫਿਰ ਕੀ ਕਰਾਂਗੇ ਯਾਰ ਤਲਾਕ ਕਰਾਉਣ ਵਾਸਤੇ ਤੇਰੀ ਬੇਬੇ ਵੀ ਦੇ ਦੇਊਗੀ ਪੈਸੇ 10-20,000 ਚ ਵਕੀਲ ਹੋ ਜਾਊਗਾ ਚੱਲ ਤੂੰ ਐਂ ਕਰ ਵਕੀਲ ਨਾਲ ਗੱਲ ਕਰ ਲੈ ਵੀ ਕਿੰਨੇ ਪੈਸੇ ਲਊਗਾ ਜੇ ਉਹ ਜ਼ਿਆਦਾ ਕਹੂਗਾ ਫਿਰ ਆਪਾਂ ਉਹਨਾਂ ਉਧਾਰ ਕਰ ਲਾਂਗੇ ਫੀਸ ਤਲਾਕ ਤੋਂ ਬਾਅਦ ਉਹ ਨਹੀਂ ਨਹੀਂ ਯਾਰ ਵਕੀਲ ਥੋੜਾ ਉਧਾਰ ਕਰ ਦਿੰਦੇ ਨੇ ਚੱਲ ਮੈਂ ਕੋਈ ਵਕੀਲ ਪਤਾ ਕਰਦਾ ਫਿਰ ਦੱਸ
हेलो हेलो सर सत श्री अकाल जी। सत श्री अकाल जी, कौन बोलते हो जी? सर मैं नाभे तो बोलदा जी। असीं सर तलाक लैणा सीगा। तुहाडी ते तुहाडी वाइफ दी सहमति है तलाक लैण च? नहीं नहीं सर, मैं नहीं तलाक लैणा जी, मेरी एक फ्रेंड आ, उहने आपदे घर वाले तों लैणा तलाक। अच्छा अच्छा, ओह दोवें सहमत ने तलाक लैण वास्ते? हाँ जी हाँ जी सर, वो तो सहमत नहीं दो जाने। कोई गल नहीं, फिर तुसीं आ जाइओ, आपां केस फाइल कर दांगे। सर फीस किन्नी क लगूगी? कोई गल नहीं, तुसीं मिल लिओ मैनूं, आपां मिल के गल कर लांगे। ठीक है सर, ओके। हेलो तनवीर, वकील तो मैं पता कर लिया, वो कहना फीस तो मैं मिल के दसूंगा। फिर तुम ऐ करो, जाके मिले आओ उन्हें। जी मैं वकील नूं मिलिया तो फीस मैनूं देनी पैजूगी, वो भी पता भी किन्ने मंग के खड़ जाए। मैं करदा इहनूं भेज देना, यही मिलेगी। हेलो 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 गुरी, तेरी आवाज नहीं आ रही। हेलो हेलो, हाँ हाँ यार मेनू भी आवाज आ रही तेरी, मैंने लगा रेंज प्रॉब्लम आ गई सी। मैं ऐ कह रही सी भी तुसी जाके कल्ले वकील नाल गल करे आओ, नहीं फिर आप दोनों चलते हैं। नहीं नहीं यार, जे मैं नाल जाऊंगा ना तो वकील गलत जहाँ सोचूगा भी खबर यही तलाक करा रहा हो, तू ऐ करी आदी बेबी लै जी नाल, मैं तेन एड्रेस सेंड कर दूंगा। लै वकील नु की पता तुसी कौन हो? नहीं यार तनवीर, तू समझ नहीं कुछ तो कर, मैं तेन वकील लभ के देता, हूँ तलाक लैन का काम तेरा, बाकी सारी तलाक तो बाद जिम्मेवारी मेरी आ। लै तू तो पहली साथ नहीं दे रहा, मैनू तो लगता तू बाद च भी निभाएगा। नहीं यार तू समझने की कोशिश कर, जे मैं तेरे नाल जाऊंगा ना तो मेरी जिद करेंगे, फिर तेन पैसे घट देंगे, जे तू कल्ली जाएगी खा तेन पैसे बढ़ते जाने, मैं तलाक छेती हो जाऊगा। चल फिर कोई ना, मैं मिल लैनी अज। हाँ हाँ तू मिल के गल कर ला, फिर केस छेती फैल हो जाऊगा, जिनी छेती तेरा तलाक हो उन्नी छेती आप बाहर जावे। हाँ ये तो है, पर वकील को मैं कल्ली नहीं जाना पेगा, बेबे ने नहीं मनना जानू। यार तो बेबे तो करवाना भी की, तू कल्ली जाके गल कर ला, वैसे तलाक तय लेना बेबे ने थोड़ा लेना गा। चल ठीक है, मैं अज कर दिया गल वकील नाल, ओके बाय। किनू लेके जावा नाल हुण मैं, माने तो मनना नहीं, है कर दी हैगी राणू लै जानी हाँ, हाँ उन्हें कर दिया फोन। हेलो हाँ राणू किवें आ? हाँ मैं भी ठीक हाँ। अच्छा मेरी गल सुन, मैनू ना तेरे तक एक जरूरी काम है। हाँ तू मैनू ऐ कर, जिहड़ा नाभे कचहरिया कोल पार्क नहीं हैगा, हाँ उत्थे मैनू मिल सकदी आके। हाँ ठीक है, चल मैं आउनी आं घंटे तक, तू भी आ जा। हाँ हाँ ठीक है ओके। चल बन गया काम मेरा, तो माँ नहीं तो सही राणू सही। हाँ तनवीर दस की जरूरी काम सी जिहड़ा तेरे तो फोन ते नहीं दस्या गया? यार राणू मैं ना वकील ने कोल जाना है, तू मेरे नाल चल। ले दस मैनू तो डरा के रखता, जे यही काम सी मैनू फोन ते दस दंदी। मैं फोन ते तां नहीं दस्या, मैनू ऐ सी तू मना कर देंगी। देख तनवीर नाल तो मैं तेरे चली जाऊंगी ठीक है, पर मैं खड़ूंगी बाहर ही, वकील ने गल तू आप ही कर ली। खड़ पावे बाहर ही जाई पर मेरे नाल जरूर चल पी। अच्छा वैसे वकील करेगा केड़ा है? वकील इंदर सेठी करेगा, बहुत बढ़िया वकील है। अच्छा तू तलाक लेके गुरी नाल ब्याह कराएंगी कि कल्ली रहेंगी? ले कल्ली क्यों रहूंगी, मैं ते गुरी ने ब्याह करा के बाहर जाना है। अच्छा फिर बाहर जाने दे पैसे कौन ला रहे, तू या गुरी? वैसे गुरी कोल है की है, पैसे तो तेनू ही लाने पैने है। ना मैं देवा ते ना देवे गुरी, पैसे तो मैं उन्हां तों लूंगी तलाक लेके। ਉਹ ਕਿੰਨੇ ਕੁ ਦੇ ਦੇਣਗੇ, ਕੀ ਪਤਾ ਅਗਲਾ ਕੁਛ ਦੇਵੇ ਹੀ ਨਾ। ਐਵੇਂ ਕਿਵੇਂ ਨਹੀਂ ਦੇਣਗੇ, ਵਕੀਲ ਆਪੇ ਦਵਾਊਗਾ, ਜੇ ਨਹੀਂ ਦੇਣਗੇ ਦਾਜ ਦਾ ਪਰਚਾ ਪਾ ਦੂੰਗੀ, ਹੁਣ ਨਹੀਂ 30-40 ਲੱਖ ਤੋਂ ਘੱਟ ਕਰ ਛੱਡਦੀ। ਅੱਛਾ ਫਿਰ ਤਾਂ ਤੂੰ ਚੰਗੀ ਵਸੂਲੀ ਕਰੇਂਗੀ। ਕਰਨੀ ਓ ਆ, ਮੇਰਾ ਵੀ ਤਾਂ ਹੱਕ ਬਣਦਾ, ਇੰਨੇ ਸਾਲ ਉਹਨਾਂ ਦੇ ਘਰੇ ਜੋ ਰਹੀ ਹਾਂ। ਅੱਛਾ ਆਹੀ ਪੈਸੇ ਦੇ ਸਿਰ ਤੇ ਤੁਸੀਂ ਆਪਣੀ ਲਾਈਫ ਸੈੱਟ ਕਰਨ ਨੂੰ ਫਿਰਦੇ ਹੋ? ਹਾਂ ਹਾਂ ਬਸ ਇੱਥੋਂ ਤਲਾਕ ਲੈ ਕੇ ਮੈਂ ਤੇ ਗੁਰੀ ਕੋਰਟ ਮੈਰਿਜ ਕਰਾ ਕੇ ਬਾਹਰ ਦੇ ਫਾਈਲ ਲਾ ਦੇਵਾਂਗੇ, ਫਿਰ ਦੇਖੀ ਬਾਹਰ ਜਾ ਕੇ ਕਮਾਵਾਂਗੇ ਡਾਲਰ। ਤੈਨੂੰ ਲੱਗਦਾ ਗੁਰੀ ਇਹਨਾਂ ਨਾਲ ਵਧੇ ਤੈਨੂੰ ਐਸ਼ ਕਰਾਊਗਾ? ਲੈ ਇਹ ਕਿਹੜੀ ਐਸ਼ ਕਰਾਉਂਦੇ ਸੀ ਮੈਨੂੰ, ਇਹਨਾਂ ਨੇ ਤਾਂ ਮੈਨੂੰ ਕੰਮ ਵਾਲੀ ਮਸ਼ੀਨ ਬਣਾ ਰੱਖਿਆ ਸੀ, ਘਰੋਂ ਡਿਊਟੀ, ਡਿਊਟੀ ਤੋਂ ਘਰੇ, ਆਹੀ ਲਾਈਫ ਸੀ ਮੇਰੀ। ਹੁਣ ਦੇਖ ਲੈ ਗੁਰੀ ਮੈਨੂੰ ਕਿੰਨੀ ਐਸ਼ ਕਰਾਉਂਦਾ ਹੈਗਾ, ਕਿਤੇ ਖਵਾਉਣ ਲੈ ਜਾਂਦਾ ਹੈਗਾ, ਕਦੇ ਮੈਨੂੰ ਘੁਮਾਉਣ ਲੈ ਜਾਂਦਾ ਹੈਗਾ, ਜ਼ਿੰਦਗੀ ਜਿਉਣ ਤਾਂ ਮੈਂ ਹੁਣੇ ਲੱਗੀ ਹਾਂ,
ਪਹਿਲਾਂ ਤਾਂ ਕੱਟ ਹੀ ਰਹੀ ਸੀ। ਚੱਲ ਵਧੀਆ ਗੱਲ ਹੈ ਯਾਰ, ਜੇ ਤੂੰ ਗੁਰੀ ਨਾਲ ਇੰਨੀ ਖੁਸ਼ ਹੈ ਫਿਰ ਤਾਂ ਤੇਰਾ ਉਹਦੇ ਨਾਲ ਹੀ ਰਹਿਣਾ ਬੈਟਰ ਹੈ। ਹਾਂ ਹਾਂ, ਹੁਣ ਤਾਂ ਮੈਂ ਗੁਰੀ ਦੀ ਹਾਂ ਹਮੇਸ਼ਾ ਲਈ। ਚੱਲ ਹੁਣ ਚੱਲੀਏ, ਵਕੀਲ ਆ ਗਿਆ ਹੋਊਗਾ, ਸਾਢੇ ਨੌ ਹੋ ਗਏ। ਹਾਂ ਚੱਲਦੇ। ਕੋਈ ਗੱਲ ਨੀ, ਤੁਸੀਂ ਸਹਿਣ ਕਰ ਦੋ, ਮੈਂ ਅੱਜ ਹੀ ਵਕਾਲਤਨਾਮਾ ਲਾ ਦਿੰਦਾ। ਸਰ, ਸਾਡਾ ਤਲਾਕ ਦਾ ਕੇਸ ਹੈ ਜੀ। ਬੇਟਾ, ਕੇਸ ਚੱਲਦਾ ਜਾਂ ਲਾਉਣਾ? ਨਹੀਂ ਨਹੀਂ ਸਰ, ਕੇਸ ਚੱਲਦਾ ਨਹੀਂ ਹੈਗਾ, ਕੇਸ ਲਾਉਣ ਬਾਰੇ ਗੱਲ ਕਰਨਾ ਹੀ ਹੈ। ਕੋਈ ਗੱਲ ਨੀ
ਆ ਤੇ ਤੁਸੀਂ ਇਕੱਲਾ ਹੀ ਤਲਾਕ ਲੈਣਾ ਚਾਹੁੰਦੇ ਹੋ ਨਹੀਂ ਸਰ ਉਹਨਾਂ ਨਾਲ ਤਲਾਕ ਬਾਰੇ ਪ੍ਰੋਪਰ ਗੱਲ ਨਹੀਂ ਹੋਈ ਬੀਬਾ ਪਹਿਲਾਂ ਤੁਸੀਂ ਆਪਸ ਵਿੱਚ ਗੱਲ ਕਰ ਲਓ ਵੀ ਤੁਸੀਂ ਤਲਾਕ ਲੈਣਾ ਹੈ ਜਾਂ ਨਹੀਂ ਤਲਾਕ ਤਾਂ ਲੈਣਾ ਹੀ ਹੈ ਇਹ ਗੱਲ ਤਾਂ ਤੈਅ ਆ ਸਰ ਪਰ ਮੈਂ ਉੱਥੋਂ ਤਲਾਕ ਲੈ ਕੇ ਕਿਤੇ ਹੋਰ ਵਿਆਹ ਕਰਾਉਣਾ ਹੈ ਫੇਰ ਉਹਨਾਂ ਨੂੰ ਵੀ ਤਲਾਕ ਕਰੋ ਤਲਾਕ ਬਾਰੇ ਇਹ ਸਭ ਕੁਝ ਜਾਣਕਾਰੀ ਤਾਂ ਮੈਂ ਤੁਹਾਡੇ ਤੋਂ ਲੈਣ ਆਈ ਹਾਂ ਜੀ ਦੇਖੋ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਸਾਰਾ ਮਸਲਾ ਪਹਿਲਾਂ ਸਮਝਾਓ ਫਿਰ ਆਪਾਂ ਉਸੇ ਤਰ੍ਹਾਂ ਕੇਸ ਤਿਆਰ ਕਰਾਂਗੇ ਮਸਲਾ ਤਾਂ ਮੇਨ ਇਹ ਹੈ ਜੀ ਮੇਰਾ ਘਰ ਵਾਲਾ ਮੇਰੇ ਤੇ ਸ਼ੱਕ ਕਰਦਾ ਸੀ ਇਸ ਕਰਕੇ ਮੈਂ ਰੱਖਣਾ ਨਹੀਂ ਚਾਹੁੰਦਾ ਸਿਰਫ ਸ਼ੱਕ ਹੀ ਕਰਦਾ ਕਿ ਜਾਂ ਕਿਸੇ ਖਾਤੇ ਦਾ ਸ਼ੱਕ ਸਹੀ ਵੀ ਹੈ ਸ਼ੱਕ ਤਾਂ ਵੈਸੇ ਸਹੀ ਵੀ ਹੈ ਕਿਉਂਕਿ ਮੈਂ ਗੁਰੀ ਨੂੰ ਪਸੰਦ ਕਰਦੀ ਹਾਂ ਤੇ ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਇਹਦੇ ਨਾਲ ਤਾਂ ਮੇਰਾ ਧੱਕੇ ਨਾਲ ਵਿਆਹ ਕਰਤਾ ਸੀ ਜੇ ਇਹ ਗੱਲ ਆ ਤੇ ਫਿਰ ਉਹ ਵੀ ਤਲਾਕ ਲਈ ਰਾਜ਼ੀ ਹੋਣੇ ਆ ਹਾਂਜੀ ਚਾਹੁੰਦੇ ਤਾਂ ਉਹ ਵੀ ਹੁਣ ਤਲਾਕ ਲੈਣਾ ਹੀ ਨੇ ਉਹ ਵੀ ਹੁਣ ਮੈਨੂੰ ਰੱਖਣਾ ਨਹੀਂ ਚਾਹੁੰਦੇ ਫਿਰ ਤੁਸੀਂ ਹੁਣ ਦੱਸੋ ਕੀ ਚਾਹੁੰਦੇ ਹੋ ਮੈਂ ਤਲਾਕ ਹੀ ਲੈਣਾ ਚਾਹੁੰਦੀ ਹਾਂ ਜੀ ਮੇਰਾ ਮਤਲਬ ਇਹ ਹੈ ਕਿ ਤੁਸੀਂ ਇਕੱਲਾ ਤਲਾਕ ਲੈਣਾ ਚਾਹੁੰਦੇ ਹੋ ਕਿ ਜਾਂ ਕੋਈ ਉਹਨਾਂ ਤੋਂ ਤੁਸੀਂ ਪ੍ਰਾਪਰਟੀ ਵੀ ਲੈਣਾ ਚਾਹੁੰਦੇ ਹੋ ਕਿ ਜਾਂ ਕੋਈ ਹੋਰ ਪੈਸਾ ਧੇਲਾ ਲੈਣਾ ਚਾਹੁੰਦੇ ਹੋ ਹਾਂਜੀ ਮੈਂ ਉਹਨਾਂ ਤੋਂ ਪੈਸੇ ਲੈਣਾ ਚਾਹੁੰਦੀ ਹਾਂ ਕਿਉਂਕਿ ਮੇਰਾ ਹੱਕ ਵੀ ਤਾਂ ਬਣਦਾ ਹੀ ਹੈ ਇੰਨੀ ਜ਼ਿੰਦਗੀ ਗਾਲੀ ਉਹਨਾਂ ਦੇ ਘਰੇ 30-40 ਲੱਖ ਦਾ ਹੱਕ ਤਾਂ ਬਣਦਾ ਹੀ ਹੈ ਉਹ ਪਾਰਟੀ ਇੰਨੇ ਪੈਸੇ ਦੇਣ ਜੋਗੀ ਹੈਗੀ ਹਾਂਜੀ ਪੈਸਾ ਤਾਂ ਬਥੇਰਾ ਉਹਨਾਂ ਕੋਲੇ ਸਿਰੇ ਦੇ ਕੰਜੂਸ ਨੇ ਬਾਕੀ ਪ੍ਰਾਪਰਟੀ ਵੀ ਹੈਗੀ ਹੈ ਕੋਈ ਨਹੀਂ ਫਿਰ ਤੁਹਾਡਾ ਜੋ ਬਣਦਾ ਹੱਕ ਹੈ ਉਹ ਤੁਹਾਨੂੰ ਜ਼ਰੂਰ ਦਵਾਵਾਂਗੇ ਹਾਂਜੀ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਹੈ ਤਾਂ ਹੀ ਤੁਹਾਡੇ ਕੋਲ ਆਈ ਹਾਂ ਤੁਸੀਂ ਮੇਰੇ ਕੋਲ ਕਿਸੇ ਦੇ ਥਰੂ ਆਏ ਹੋ ਕਿ ਜਾਂ ਸਿੱਧਾ ਹੀ ਆਏ ਹੋ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਸੇਠੀ ਸਾਹਿਬ ਸਪੈਸ਼ਲਿਸਟ ਨੇ ਇਹਨਾਂ ਕੇਸਾਂ ਦੇ ਫਿਰ ਬੇਟਾ ਉਹਨਾਂ ਨੇ ਮੇਰੀ ਫੀਸ ਬਾਰੇ ਵੀ ਤੁਹਾਨੂੰ ਦੱਸਿਆ ਹੀ ਹੋਣਾ ਨਹੀਂ ਜੀ ਫੀਸ ਬਾਰੇ ਤਾਂ ਕੋਈ ਗੱਲ ਹੋਈ ਫਿਰ ਬੇਟਾ ਫੀਸ ਬਾਰੇ ਵੀ ਜਾਣਨਾ ਜ਼ਰੂਰੀ ਹੈ ਆਮ ਵਕੀਲਾਂ ਨਾਲੋਂ ਮੇਰੀ ਫੀਸ ਜ਼ਿਆਦਾ ਆ ਨਾਰਮਲ ਕੇਸ ਦਾ ਤੇ ਮੈਂ 2 ਲੱਖ ਲੈਣਾ ਆ ਤੇ ਤੁਹਾਡੇ ਕੇਸ ਦਾ ਲੱਗੂਗਾ 4.5 ਲੱਖ ਤੇ ਤੁਹਾਨੂੰ ਇਸ ਕੇਸ ਦੇ ਵਿੱਚ ਅਸੀਂ 30-40 ਲੱਖ ਰੁਪਇਆ ਦਵਾ ਦੇਵਾਂਗੇ ਇਹ ਤਾਂ ਬਹੁਤ ਜ਼ਿਆਦਾ ਨੇ ਸਰ ਇੰਨੇ ਤਾਂ ਨਹੀਂ ਅਸੀਂ ਦੇ ਸਕਨੇ ਤੁਹਾਡਾ ਕੰਮ ਦੇਖੋ ਕਿੱਡਾ ਵੱਡਾ ਹੈ 30-40 ਲੱਖ ਰੁਪਇਆ ਕੋਈ ਛੋਟੀ ਮੋਟੀ ਰਕਮ ਨਹੀਂ ਹੈ ਆਮ ਜੇ ਤੁਸੀਂ ਕੋਈ ਹੋਰ ਵਕੀਲ ਕਰੋਗੇ ਤੁਹਾਨੂੰ ਵੱਧ ਤੋਂ ਵੱਧ 10 ਲੱਖ ਰੁਪਇਆ ਦਵਾਊਗਾ ਮੈਂ ਤੁਹਾਨੂੰ 30-40 ਲੱਖ ਰੁਪਇਆ ਦਵਾਵਾਂਗਾ ਮੈਂ ਬੇਟਾ ਜੋ ਕਹੂੰਗਾ ਉਹ ਕਰਕੇ ਦਿਖਾਊਂਗਾ ਸਰ ਫਿਰ ਐਵੇਂ ਕਰੋ ਤੁਸੀਂ ਸਾਡੇ ਨਾਲ ਆਧਾਰ ਕਰ ਲਓ ਜਦੋਂ ਉਹਨਾਂ ਨੇ ਸਾਨੂੰ ਪੈਸੇ ਦੇਤੇ ਅਸੀਂ ਉਹਨਾਂ 'ਚ ਤੁਹਾਨੂੰ ਦੇ ਦਾਂਗੇ ਦੇਖੋ ਜੀ ਸਾਰੀ ਫੀਸ ਤਾਂ ਇਹਨਾਂ ਆਧਾਰ ਹੋਣੀ ਕਿਉਂਕਿ ਸਾਨੂੰ ਖਰਚਾ ਬਹੁਤ ਪੈਂਦੇ ਨੇ ਮੁਨਸ਼ੀਆਂ ਨੂੰ ਵੀ ਦੇਣੇ ਪੈਂਦੇ ਆ ਦਫ਼ਤਰ ਦੇ ਵੀ ਖਰਚੇ ਨੇ ਤੁਸੀਂ ਸਾਨੂੰ ਅੱਧੀ ਫੀਸ ਪਹਿਲਾਂ ਦੇ ਦਿਓ ਅੱਧੀ ਬਾਅਦ 'ਚ ਦੇ ਦਿਓ ਸਰ ਥੋੜ੍ਹੀ ਜਿਹੀ ਤਾਂ ਘੱਟ ਕਰੋ ਚਾਹੇ ਫਿਰ ਐਂ ਕਰ ਲਓ ਅਸੀਂ ਤੁਹਾਨੂੰ 3 ਲੱਖ ਦੇ ਦਾਂਗੇ 1.5 ਲੱਖ ਪਹਿਲਾਂ ਦੇ ਦਾਂਗੇ 1.5 ਲੱਖ ਬਾਅਦ 'ਚ ਦੇ ਦਾਂਗੇ ਤਲਾਕ ਹੋਏ ਤੋਂ ਬਾਅਦ 'ਚ ਜਦੋਂ ਸਾਨੂੰ 40 ਲੱਖ ਮਿਲ ਗਿਆ ਦੇਖੋ 40 ਲੱਖ ਕੋਈ ਪੱਕਾ ਨਹੀਂ ਹੈ ਇਹ ਜੱਜ ਸਾਹਿਬ ਤੇ ਵੀ ਡਿਪੈਂਡ ਕਰਦਾ ਹੈ ਇਹ ਉਹਨਾਂ ਦੀ ਮਰਜ਼ੀ ਹੁੰਦੀ ਹੈ ਘੱਟ ਵੱਧ ਵੀ ਥੋੜੇ ਬਹੁਤੇ ਪੈਸੇ ਹੋ ਸਕਦੇ ਆ ਸਰ ਫਿਰ ਤੁਸੀਂ ਐਂ ਕਰੋ ਫਾਈਲ ਤਿਆਰ ਕਰਕੇ ਲਗਾਓ ਬਾਕੀ ਡਾਕੂਮੈਂਟਸ ਮੈਂ ਤੁਹਾਨੂੰ ਭੇਜ ਦਿੰਨੀ ਆ ਜੇ 40 ਲੱਖ ਤਾਂ 30 ਲੱਖ ਤਾਂ ਦੇ ਹੀ ਦੇਣਗੇ ਤਾਂ ਵੀ ਕੋਈ ਚੱਕਰ ਨਹੀਂ ਜਿੰਨੀ ਜਲਦੀ ਤੁਸੀਂ ਸਾਨੂੰ ਡਾਕੂਮੈਂਟਸ ਦੇਵੋਗੇ ਤੇ ਫੀਸ ਜਮ੍ਹਾਂ ਕਰਾਓਗੇ ਉਨੀ ਜਲਦੀ ਅਸੀਂ ਤੁਹਾਡਾ ਤਲਾਕ ਕਰਾ ਦੇਵਾਂਗੇ ਤੇ ਤੁਹਾਨੂੰ ਪੈਸੇ ਵੀ ਮਿਲ ਜਾਣਗੇ ਠੀਕ ਹੈ ਸਰ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਜੀ ਬਹੁਤ ਜਲਦੀ ਕਿਉਂ ਮਿਲੇ ਵਕੀਲ ਨੂੰ ਕੀ ਕਹਿੰਦਾ ਵਕੀਲ ਵਕੀਲ ਤਾਂ ਯਾਰ ਫੀਸ ਹੀ ਬਹੁਤ ਮੰਗਦਾ ਕਹਿੰਦਾ 2 ਲੱਖ ਤਾਂ ਮੈਂ ਨਾਰਮਲ ਕੇਸ ਦਾ ਲੈਣਾ ਤੁਹਾਡੇ ਕੇਸ ਦਾ 4.5 ਲੱਖ ਲੱਗੂਗਾ ਫਿਰ ਮੈਂ 3 ਲੱਖ 'ਚ ਮਨਾ ਲਿਆ 3 ਲੱਖ 3 ਲੱਖ 'ਚ ਤਲਾਕ ਹੀ ਕਰਾਊਗਾ ਕਿ ਪੈਸੇ ਵੀ ਦਵਾਊਗਾ ਨਹੀਂ ਨਹੀਂ ਪੈਸੇ ਵੀ ਦਵਾਊਗਾ ਕਹਿੰਦਾ 40 ਲੱਖ ਨਹੀਂ ਤਾਂ 30 ਲੱਖ ਤਾਂ ਦਵਾਈ ਦਊਗਾ ਚੱਲ ਜੇ 30 ਨਹੀਂ ਦਵਾਊਗਾ 25 ਵੀ ਦਵਾਤਾ ਤਾਂ ਵੀ 25 ਨਾਲ ਤਾਂ ਸਾਡੀ ਸੈਟਿੰਗ ਹੋ ਹੀ ਜਾਣੀ ਆ ਅੱਛਾ 3 ਲੱਖ ਫਿਰ ਗੁਰੀ ਦਊਗਾ ਕਿ ਤੂੰ ਦੇਂਗੀ ਪਹਿਲਾਂ ਤਾਂ 1.5 ਲੱਖ ਦੇਊਂਗੀ 1.5 ਤਲਾਕ ਤੋਂ ਬਾਅਦ ਪੈਸੇ ਤਾਂ ਸਾਰੇ ਮੈਨੂੰ ਦੇਣੇ ਪੈਣਗੇ ਗੁਰੀ ਦਾ ਤਾਂ ਹੱਥ ਤੰਗ ਹੈ ਫਿਰ ਤੂੰ ਇੰਨੇ ਪੈਸੇ ਆਪਣੇ ਬੇਬੇ ਤੇ ਲਵੇਂਗੀ ਕੀ ਤੇਰੇ ਕੋਲ ਹੈਗੇ ਨੇ ਹੈਗੇ ਤਾਂ ਯਾਰ ਮੇਰੇ ਕੋਲ ਵੀ ਨਹੀਂ ਪਰ ਮੇਰੇ ਕੋਲ ਗੋਲਡ ਹੈਗਾ ਗੋਲਡ ਤੇ ਲੋਨ ਲੈ ਕੇ ਸਾਰੀ ਫੀਸ ਭਰ ਦੂੰਗੀ ਬਾਅਦ 'ਚ ਤਲਾਕ ਹੋਏ ਤੋਂ ਬਾਅਦ ਸਾਰੇ ਪੈਸੇ ਭਰ ਕੇ ਗੋਲਡ ਛਡਾ ਲੂੰਗੀ
अच्छा फिर वकील ने गारंटी तो ली होगी 3 लाख लेके 40 दवा दूंगा। हाँ हाँ वो तो पूरा स्पेशलिस्ट है ना केसा का, तू देख दी जा हूँ तो मैं छेती तलाक मिल जू तो नाले पैसे भी, फिर मैं ते गुरी पूरी ऐश करांगे। चल ये तो बहुत वधिया गल है। तनवीर हूँ तू क्लास लाने जाएंगी कि घरे जावेंगी? ना ना मैं तो सीधी घरे जाऊंगी हूँ। चल तनवीर फिर मैं तो क्लास लाने जाना है, होर 2-3 काम मैंने बथेरे ने तो मैं वो करके नबेड़ के फिर जाऊंगी घरे। तू ऐ कर तू अपने फिर घरे चल जा, फिर मैं क्लास ला आनी है। हाँ ठीक है चंगा चल। ले फोन क्यों बंद आ रहा है? चल ऐ कर दियाँ एक खबर तो मैं घरे के दिनी हाँ, घरे जाना तो मेरा बनता ही है, आखिरकार सोरा घर है मेरा होने वाला। चल जानी है घरे। सत श्रीकाल आंटी जी। सत श्रीकाल भाई, मैं तेनू पछाणिया नहीं। मैं तनवीर दी फ्रेंड हाँ। तनवीर तो पेके गई हुई है। हाँ जी मैनू पता है, मैं तनवीर नू नहीं हरप्रीत नू मिलन आई हाँ, मेरा नाम राणू है। अच्छा तू है राणू, करदा सी गल हरप्रीत दसदा सी मैनू। आंटी मैं तो बहुत समझाया सी तनवीर नू पर उन्हें एक नहीं मनी मेरी। चलो कर भी की सकते हैं, जो कर्मा च सी बन गया की करिए हुण। आंटी हरप्रीत कित्थे आ? उहदा फोन भी बंद आ रहा, मैं मिलना सी जरूरी काम सी मैनू। अच्छा हरप्रीत तो पुत घरे ही है, आ जा अंदर आ जा। चल ठीक है आ जा पुत, आ जा लंगे। पुत हरप्रीत वो कुड़ी आई है राणू तेनू मिलन, आ जा। अच्छा कहंदी कोई गल करनी है। राणू तू घरे आउंदी खिचल क्यों कीती, मैनू फोन ही कर लैंदी। ਉਹਨਾਂ ਤੁਹਾਡਾ ਫੋਨ ਬੰਦ ਆ ਰਿਹਾ ਸੀ, ਮੈਨੂੰ ਨਾ ਜ਼ਰੂਰੀ ਕੰਮ ਸੀ। ਉਹ ਅੱਛਾ ਉਹ ਤੇਰੇ ਕੋਲ ਦੂਸਰਾ ਨੰਬਰ ਹੋਣਾ, ਉਹ ਮੇਰੇ ਦੂਸਰੇ ਫੋਨ 'ਚ ਹੈ, ਉਹ ਸਵਿੱਚ ਆਫ ਹੋਇਆ ਪਿਆ, ਮੈਂ ਵੀ ਚਾਰਜ ਕਰਨਾ ਭੁੱਲ ਗਿਆ, ਇਹ ਨੰਬਰ ਮੇਰਾ ਚੱਲਦਾ ਸੀ। ਹਾਂ ਦੱਸ ਕੀ ਗੱਲ ਆ? ਉਹ ਨਾ ਅੱਜ ਮੈਂ ਤਨਵੀਰ ਨਾਲ ਗਈ ਸੀ ਵਕੀਲ ਕੋਲੇ, ਉਹਨੇ ਨਾ ਇੰਦਰ ਸੇਠੀ ਵਕੀਲ ਕਰਿਆ ਤਲਾਕ ਲੈਣ ਵਾਸਤੇ। ਲੈ ਦੇਖ ਕਿੰਨੀ ਘਟੀਆ ਜਨਾਨੀ ਹੈ, ਨਾਲੇ ਗਲਤੀ ਕਰੀ ਹੈ ਨਾਲੇ ਇਹਦੇ ਵਕੀਲਾਂ ਦੇ ਫਿਰਦੀ ਹੈ। ਉਹ ਬੇਬੇ ਤੈਨੂੰ ਦੱਸਿਆ ਤਾਂ ਹੈਗਾ ਮੈਂ ਵੀ ਉਹ ਮੇਰੇ ਤੋਂ ਤਲਾਕ ਲੈ ਕੇ ਗੁਰੀ ਨਾਲ ਵਿਆਹ ਕਰਾਉਣ ਨੂੰ ਫਿਰਦੀ ਆ। ਉਹਦੇ ਕਿਹੜਾ ਰਹੂਗੀ ਉਹ, ਜਦ ਇੱਥੇ ਨਹੀਂ ਰਹਿ ਸਕੀ। ਉਹ ਤਾਂ ਸਿਰੇ ਦਾ ਮਲੰਗ ਬੰਦਾ ਹੈ, ਉਹਦੇ ਨਾਲ ਰਹਿ ਕੇ ਇੰਨੀ ਐਸ਼ ਕਿੱਥੇ ਮਿਲਣੀ ਜਿਹੜੇ ਉਰੇ ਰਹਿ ਕੇ ਮਿਲਦੀ ਸੀ ਉਹਨੂੰ। ਪਤਾ ਵੀ ਉਹਨੂੰ ਫੇਰੇ ਲੱਗੂ, ਸਾਡਾ ਤਾਂ ਹੱਸਦਾ ਵੱਸਦਾ ਘਰ ਪੱਟ ਕੇ ਰੱਖਤਾ ਮਾੜੀ ਜਨਾਨੀ ਨੇ, ਇਹੀ ਜੇ ਕਾਹਨੂੰ ਕਿਸੇ ਦੇ ਆਵੇ। ਉਹਨੇ ਤਾਂ ਇੰਨਾ ਮਹਿੰਗਾ ਵਕੀਲ ਕਰ ਰੱਖਿਆ, 3 ਲੱਖ ਰੁਪਏ ਫੀਸ ਹੈ, ਕਹਿੰਦੀ ਅੱਧੀ ਪਹਿਲੇ ਦਊਂਗੀ ਅੱਧੀ ਬਾਅਦ ਚ ਦਊਂਗੀ। ਫੀਸ ਤਾਂ ਮਾਂ ਬਥੇਰੀ ਭਰ ਦੂਗੀ, ਨਹੀਂ ਉਹ ਭਰ ਦੂਗਾ ਜਿਹਦੇ ਸਿਰ ਤੇ ਉੱਡੀ ਫਿਰਦੀ ਹੈ। ਲੈ ਉਹਦੇ ਕੋਲ ਇੰਨੇ ਪੈਸੇ ਕਿੱਥੇ ਨੇ, ਨਾ ਗੁਰੀ ਕੋਲ ਹੈ, ਉਹ ਤਾਂ ਗੋਲਡ ਲੋਨ ਕਰਵਾਊਗੀ। ਆਹੋ ਚੁਸਤ ਤਾਂ ਬਹੁਤ ਹੈ, ਸਾਰਾ ਸੋਨਾ ਲੈ ਗਈ ਚੱਕ ਕੇ, ਹੁਣ ਖਾਊਗੀ ਭੋਰ ਭੋਰ ਕੇ। ਲੈ ਕੱਲਾ ਸੋਨਾ ਲੈ ਕੇ ਉਹਨੂੰ ਸਬਰ ਨਹੀਂ ਆਇਆ, ਉਹ ਤਾਂ ਤੁਹਾਡੇ ਕੋਲ 30-40 ਲੱਖ ਰੁਪਏ ਲੈ ਕੇ ਹਟੂਗੀ, ਤਾਂ ਹੀ ਤਾਂ ਇੰਨਾ ਮਹਿੰਗਾ ਵਕੀਲ ਕਰੀ ਬੈਠੀ ਹੈ। ਤੂੰ 30-40 ਲੱਖ ਦੀ ਗੱਲ ਕਰਦੀ ਹੈ, ਉਹਨੂੰ ਤਾਂ ਕੁੱਤੀ ਜਨਾਨੀ ਨੂੰ ਮੈਂ 30,000 ਨਾ ਦੇਵਾਂ। ਲੈ ਉਹਦੇ ਵਕੀਲ ਨੇ ਤਾਂ ਗਾਰੰਟੀ ਲਈ ਹੈ ਕਿ ਮੈਂ ਦਵਾਉਂਗਾ, ਤੁਹਾਡੇ ਤਾਂ ਦਾਜ ਦਾ ਪਰਚਾ ਕਰਾਉਣ ਨੂੰ ਫਿਰਦੀ ਹੈ। ਲੈ ਐ ਕਿਵੇਂ ਪਾਰੂਗੀ ਦਾਜ ਦਾ ਪਰਚਾ, ਅਸੀਂ ਕਿਉਂ ਤਾਂ ਦਾਜ ਮੰਗੇ ਆ, ਲੱਛਣ ਤਾਂ ਉਹਦੇ ਆਪਣੇ ਨਹੀਂ ਤੇ ਠੀਕ ਆ ਘਰ ਵਸਣ ਦੇ। ਆਂਟੀ ਤੁਹਾਨੂੰ ਨਹੀਂ ਪਤਾ ਅੱਜ ਕੱਲ੍ਹ ਤਾਂ ਝੂਠ ਚੱਲਦਾ, ਸੱਚ ਨੂੰ ਕੌਣ ਸੁਣਦਾ, ਕਲ ਯੁੱਗ ਤਾਂ ਹੈਗਾ। ਕੋਈ ਨਹੀਂ ਜੇ ਆਪਣੇ ਲਈ ਕਲ ਯੁੱਗ ਆ, ਕਲ ਯੁੱਗ ਤਾਂ ਫਿਰ ਉਹਨਾਂ ਲਈ ਵੀ ਆ, ਜੇ ਉਹ ਝੂਠ ਚਲਾ ਸਕਦੇ ਨੇ ਫਿਰ ਆਪਾਂ ਨੂੰ ਕਿਹੜਾ ਚਲਾਉਣਾ ਨਹੀਂ ਆਉਂਦਾ। ਪੁੱਤ ਮੇਰੀ ਗੱਲ ਸੁਣ, ਤੂੰ ਵੀ ਕਿਸੇ ਚੰਗੇ ਵਕੀਲ ਦੀ ਰਾਏ ਲੈ, ਉਹਦਾ ਵੀ ਇਹ ਲੰਡੇ ਜਨਾਨੀ ਦਾ ਕਿਤੇ ਹੋਰ ਫਸਾ ਕੇ ਧਰ ਦਵੇ ਆਪਾਂ ਨੂੰ। ਜਿੱਥੇ ਮਰਜ਼ੀ ਭੱਜ ਲੈ, ਆਪਣਾ ਕੁਛ ਨਹੀਂ ਵਿਗਾੜ ਸਕਦੀ ਉਹ। ਹੁਣ ਤੱਕ ਕਿੰਨਾ ਕੁਛ ਤਾਂ ਕਰਤਾ ਉਹਨੇ ਆਪਣੀ ਅੱਖਾਂ 'ਚ ਘੱਟਾ ਪਾ ਕੇ, ਕਿਤੇ ਹੁਣ ਨਾ ਕੁਛ ਕਰ ਦੇਵੇ ਹੋਰ। ਆਪਣੀ ਅੱਖਾਂ 'ਚ ਘੱਟਾ ਪਾ ਕੇ ਖੁਸ਼ ਨਹੀਂ ਰਹਿ ਸਕਦੀ ਉਹ, ਪਛਤਾਊਗੀ ਉਹ ਤਾਂ ਬਹੁਤ ਚਲਾਕ ਤੀਵੀ ਹੈ, ਤੁਹਾਡੇ ਤੋਂ ਪੈਸੇ ਲੈ ਕੇ ਗੁਰੀ ਨਾਲ ਵਿਆਹ ਕਰਾਊਗੀ ਫਿਰ ਕੈਨੇਡਾ ਜਾਊਗੀ। ਅੱਛਾ ਐਸ਼ ਕਰਨ ਨੂੰ ਵੀ ਦਿਲ ਕਰਦਾ ਹੈ, ਤੇ ਉਹ ਵੀ ਮੇਰੇ ਪੈਸੇ ਦੀ, ਇਹ ਚੀਜ਼ਾਂ ਤਾਂ ਨਹੀਂ ਹੁਣ ਪੋਸੀਬਲ। ਚਲ ਤੁਸੀਂ ਐਵੇਂ ਕਰੋ ਬੇਬੇ, ਤੁਸੀਂ ਗੱਲਾਂ ਕਰੋ, ਮੈਂ ਕਰਕੇ ਆਉਣਾ ਉਹਦਾ ਇਲਾਜ। ਪੁੱਤ ਕੋਈ ਲੜਾਈ ਝਗੜਾ ਨਾ ਕਰੇ, ਸਿਆਣਾ ਬਣ ਕੇ ਰਹੇ। ਉਹ ਬੇਬੇ ਮੈਂ ਕਾਹਦਾ ਲੜਾਈ ਝਗੜਾ ਕਰਨਾ, ਉਹ ਵੀ ਆਪਣੇ ਤੇ ਸਕੀਮੇ ਪਾ ਰਹੀ ਆ, ਬਸ ਫਿਰ ਮੈਂ ਵੀ ਸਕੀਮੇ ਪਾ ਕੇ ਆਉਂਗਾ, ਦੇਖਦੀ ਜਾ। ਲੈ ਦੇਖ ਲੈ ਚੰਗੇ ਭਲੇ ਹੱਸਦੇ ਵੱਸਦੇ ਸੀ, ਇਸ ਤਾਂ ਸਾਨੂੰ ਤਾਂ ਐਵੇਂ ਮੁਸੀਬਤ 'ਚ ਪਾਤਾ। ਸਤਿ ਸ਼੍ਰੀ ਅਕਾਲ ਜੀ ਸੇਠੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸੇਠੀ ਸਾਹਿਬ। ਇੱਕ ਕੰਮ ਆੜ ਗਿਆ, ਉਹ ਕਰਨ ਦਾ ਵੀ ਤੁਹਾਡੀ ਆ ਜੀ। ਆਪਾਂ ਅੜੇ ਹੋਏ ਕੰਮ ਕੱਢਣ ਲਈ ਤਾਂ ਬੈਠੇ ਆ, ਦੱਸੋ ਕਿਹੜਾ ਕੰਮ ਹੈ? ਇੱਕ ਤਲਾਕ ਦਾ ਕੇਸ ਉਲਝਾਉਣਾ ਆਪਾਂ ਨੇ। ਕੋਈ ਗੱਲ ਨਹੀਂ, ਕੇਸ ਉਲਝਾ ਦਾਂਗੇ। ਕੇਸ ਇਸੇ ਕੋਰਟ 'ਚ ਜਾਂ ਬਾਹਰ ਆ? ਕੇਸ ਤਾਂ ਹੈਗਾ ਜੀ ਇਸੇ ਕੋਰਟ 'ਚ, ਤੇ
ਹੈਗਾ ਵੀ ਤੁਹਾਡੇ ਕੋਲ ਹੀ ਆ। ਮੇਰੇ ਕੋਲ ਇਹੋ ਜਿਹਾ ਕਿਹੜਾ ਕੇਸ ਆ ਜਿਹੜਾ ਉਲਝਾਣਾ? ਮੇਰੇ ਖਿਆਲ 'ਚ ਅੱਜ ਹੀ ਹੈ ਤੁਹਾਡੇ ਕੋਲ ਕੇਸ, ਤੇ ਹੈਗਾ ਵੀ ਤਨਵੀਰ ਨਾਮ ਤੋਂ ਆ। ਅੱਛਾ ਅੱਛਾ, ਉਹ ਤਾਂ ਬਹੁਤ ਵੱਡਾ ਕੇਸ ਹੈ, ਉਹ ਕਿਉਂ ਉਲਝਾਣਾ? ਉਹ ਕੇਸ ਸਰ ਤਾਂ ਉਲਝਾਉਣਾ ਕਿਉਂਕਿ ਉਹ ਕੇਸ 'ਚ ਮੈਂ ਵੀ ਸ਼ਾਮਿਲ ਹਾਂ। ਜਿਹੜੀ ਤਨਵੀਰ ਹੈ ਉਹ ਕਿਤੇ ਤੁਹਾਡੀ ਵਾਈਫ ਤਾਂ ਨਹੀਂ? ਹਾਂਜੀ, ਮੇਰੀ ਵਾਈਫ ਸੀ ਪਰ ਹੁਣ ਨਹੀਂ ਹੈਗੀ। ਦੇਖੋ ਉਹ ਕੇਸ ਮੈਂ ਪਹਿਲਾਂ ਫੜ ਚੁੱਕਿਆ ਹਾਂ, ਮੈਂ ਉਸੇ ਦੇ ਵਕਾਲਤ ਕਰਨੀ ਹੈ, ਤੁਸੀਂ ਕੋਈ ਹੋਰ ਵਕੀਲ ਕਰ ਲਓ। ਦੇਖੋ ਸਰ ਗੱਲ ਐ ਆ, ਉਹਨੇ ਕੀਤਾ ਤੁਹਾਡੇ ਨਾਲ 3 ਲੱਖ ਸੌਦਾ ਤੇ ਮੈਂ ਤੁਹਾਨੂੰ 5 ਦੇ ਦੂੰ, ਨਾਲੇ ਮੈਂ ਸੁਣਿਆ ਉਹਨੇ ਤਾਂ ਕੀਤਾ ਵੀ ਆਧਾਰ ਆ ਤੇ ਮੈਂ ਤਾਂ ਦਊਂਗਾ ਵੀ ਨਗਦ। ਪਰ ਇਹ ਤਾਂ ਗਲਤ ਕੰਮ ਹੋ ਜਾਊਗਾ, ਕੇਸ ਫੜ ਕੇ ਕੇਸ ਵਾਪਸ ਕਰਨਾ। ਓਹੋ, ਮੈਂ ਤੁਹਾਨੂੰ ਕਦੋਂ ਕਿਹਾ ਵੀ ਕੇਸ ਵਾਪਸ ਕਰੋ? ਉਹ ਕੇਸ ਵੀ ਲੜ ਲਓ ਤੇ ਇਹ ਵੀ ਲੜ ਲਓ, ਦੋਵੇਂ ਕੇਸ ਕਿਵੇਂ ਆ ਪੋਸੀਬਲ ਨੇ? ਕੇਸ ਤਾਂ ਇੱਕੋ ਲੜਿਆ ਜਾ ਸਕਦਾ। ਸਰ ਕੇਸ ਤਾਂ ਦੋਨੋਂ ਲੜੇ ਜਾ ਸਕਦੇ ਨੇ, ਬਸ ਤੁਸੀਂ ਥੋੜਾ ਜਿਹਾ ਦਿਮਾਗ ਲਾਓ। ਇਹ ਕੰਮ ਮੇਰੇ ਵਾਸਤੇ ਤੋਂ ਬਾਹਰ ਆ, ਜੇ ਤੁਸੀਂ ਪਹਿਲਾਂ ਆ ਜਾਂਦੇ ਫਿਰ ਮੈਂ ਤੁਹਾਡਾ ਕੇਸ ਲੜਾਂਗਾ, ਹੁਣ ਮੈਨੂੰ ਉਹਨਾਂ ਦਾ ਹੀ ਕੇਸ ਲੜਾਉਣਾ ਪੈਣਾ। ਉਹ ਸਰ ਤੁਸੀਂ ਟੈਨਸ਼ਨ ਨਾ ਲਓ, ਮੈਂ ਸਕੀਮ ਸਾਰੀ ਤੁਹਾਨੂੰ ਆਪੇ ਦੇ ਜਾਊਂਗਾ, ਬਸ ਜਿਵੇਂ ਜਿਵੇਂ ਮੈਂ ਕਹੀ ਜਾਊਂਗਾ ਤੁਸੀਂ ਉਵੇਂ ਉਵੇਂ ਕਰੀ ਜਾਇਓ। ਨਹੀਂ ਨਹੀਂ, ਐਵੇਂ ਨਹੀਂ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ, ਵਕਾਲਤ ਵੀ ਕੋਈ ਚੀਜ਼ ਹੈ। ਓਹੋ ਜਨਾਬ, ਮੈਂ ਹਾਲੇ ਕੁਛ ਕਿਹਾ ਹੀ ਕਿੱਥੇ ਆ, ਨਾਲੇ ਆ ਵਕਾਲਤ ਵਾਲੀ ਪੜ੍ਹਾਈ ਤਾਂ ਮੈਂ ਵੀ ਕੀਤੀ ਹੋਈ ਆ, ਪਰ ਉਹ ਗੱਲ ਅਲੱਗ ਹੈ ਵੀ ਮੈਂ ਵਕੀਲੀ ਪੇਸ਼ੇ 'ਚ ਨਹੀਂ ਆਇਆ। ਫਿਰ ਤੁਸੀਂ ਆਪਣਾ ਕੇਸ ਆਪੇ ਲੜ ਲਓ, ਮੇਰੀ ਕੀ ਲੋੜ ਹੈ? ਦੇਖੋ ਸਰ, ਲੋੜ ਤਾਂ ਮੈਨੂੰ ਤੁਹਾਡੀ ਹੋ ਆ, ਤੁਸੀਂ ਐਵੇਂ ਕਰੋ 5 ਦਾ ਚਾਹੇ ਮੈਂ ਤੋਂ 6 ਲੱਖ ਲੈ ਲਓ, ਪਰ ਕਰਨਾ ਤੁਸੀਂ ਕੁਛ ਨਹੀਂ, ਸਿਰਫ ਮੇਰੀ ਸਕੀਮ ਹੀ ਫੋਲੋ ਕਰਨੀ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਮੈਨੂੰ 6 ਲੱਖ ਦੇਣ ਨੂੰ ਕਿਉਂ ਤਿਆਰ ਹੋ, ਵਕੀਲ ਤਾਂ ਤੁਹਾਨੂੰ ਹੋਰ ਵੀ ਫਤਿਹਰੇ ਮਿਲ ਜਾਣਗੇ। ਉਹ ਸਰ ਤੁਸੀਂ ਇਹ ਗੱਲ ਦੀ ਟੈਨਸ਼ਨ ਨਾ ਲਓ, ਤੁਸੀਂ ਮੈਨੂੰ ਇਹ ਦੱਸੋ ਵੀ ਡੀਲ ਡਾਨਾ ਜਾਂ ਨਹੀਂ 6 ਲੱਖ 'ਚ, ਬਾਕੀ ਤੁਹਾਡੀ ਮਰਜ਼ੀ ਆ, ਵੈਸੇ ਪੈਸੇ ਦੁੱਗਣੇ ਨੇ ਤੇ ਹੈਗੇ ਵੀ ਨਗਦ ਨੇ। ਮੈਨੂੰ ਸੋਚਣ ਲਈ ਟਾਈਮ ਚਾਹੀਦਾ। ਵਕੀਲ ਵੈਸੇ ਸੋਚਣ ਲਈ ਟਾਈਮ ਮੰਗਦੇ ਚੰਗੇ ਤਾਂ ਨਹੀਂ ਲੱਗਦੇ ਹੁੰਦੇ, ਪਰ ਫਿਰ ਵੀ ਕੋਈ ਗੱਲ ਨਹੀਂ, ਤੁਸੀਂ ਸੋਚ ਲਿਓ, ਸੋਚ ਕੇ ਮੈਨੂੰ ਦੱਸ ਦਿਓ, ਫਿਰ ਆਪਾਂ ਪਲੈਨਿੰਗ ਸੈੱਟ ਕਰ ਲਾਂਗੇ, ਜੇ ਤੁਹਾਡੀ ਹਾਂ ਹੋਈ, ਨਹੀਂ ਤਾਂ ਫਿਰ ਮੈਨੂੰ ਕੋਈ ਹੋਰ ਸਕੀਮ ਲਾਉਣੀ ਪੈਣੀ ਆ। ਕੋਈ ਨਹੀਂ, ਮੈਂ ਸੋਚ ਕੇ ਤੁਹਾਨੂੰ ਕਾਲ ਕਰ ਦੂੰਗਾ ਜੋ ਮੇਰਾ ਫੈਸਲਾ ਹੋਵੇਗਾ। ਉਹ ਚੱਲ ਯਾਰ, ਸੋਚਣਾ ਵੀ ਕੀ ਆ, ਮੇਰੀ ਤੁਹਾਨੂੰ ਹਾਂ ਆ, ਪਰ ਪੈਸੇ ਸਾਰੇ ਪਹਿਲਾਂ ਲਵਾਂਗਾ। ਉਹ ਵਕੀਲ ਸਾਹਿਬ ਡਰਦੇ ਕਿਉਂ, ਤੁਹਾਡੇ 'ਤੇ ਨਹੀਂ ਮੈਂ ਕੋਈ ਸਕੀਮ ਪਾਉਣ ਲੱਗਿਆ, ਤੁਹਾਨੂੰ ਤਾਂ ਸਾਰੇ ਪੈਸੇ ਪੂਰੇ ਹੀ ਦਊਂਗਾ, ਤੇ ਹਾਂ ਹਾਂ ਦਊਂਗਾ ਵੀ ਪਹਿਲਾਂ। ਠੀਕ ਹੈ ਫਿਰ, ਪੇਮੈਂਟ ਲੈ ਆਇਓ, ਜੋ ਤੁਹਾਡੀ ਪਲੈਨਿੰਗ ਹੋਊਗੀ ਉਹ ਮੈਨੂੰ ਦੱਸ ਜਾਇਓ। ਚਲੋ ਠੀਕ ਆ ਜੀ, ਮਿਲਦਾ ਜੀ ਫਿਰ ਬਹੁਤ ਜਲਦ। ਠੀਕ ਹੈ ਜੀ, ਓਕੇ। ਬੇਬੇ ਕਰਿਆ ਮੈਂ ਤਨਵੀਰ ਦਾ ਪੱਕਾ ਹੱਲ। ਬੇਪੂ ਤੂੰ ਕੋਈ ਲੜਾਈ ਝਗੜਾ ਤਾਂ ਨਹੀਂ ਕਰਕੇ ਆ ਗਿਆ? ਲੈ ਆਪਾਂ ਕਾਹਦੇ ਵਾਸਤੇ ਲੜਨਾ, ਲੜੂਗਾ ਤਾਂ ਹੁਣ ਵਕੀਲ, ਉਹ ਵੀ ਉਸੇ ਦਾ ਵਕੀਲ ਉਸੇ ਨਾਲ ਹੀ। ਪੁੱਤ ਮੈਂ ਕੁਝ ਸਮਝ ਹੀ ਨਹੀਂ ਹੈਗੀ। ਉਹ ਬੇਬੇ ਮੈਂ ਤਨਵੀਰ ਦਾ ਵਕੀਲ ਨੂੰ ਖਰੀਦ ਕੇ ਆਇਆ। ਕੀ ਕਹਿੰਦਾ ਵਕੀਲ, ਕੇਸ ਹਰਾ ਦੂੰਗਾ? ਉਹ ਲੈ ਬੇਬੇ ਆਪਾਂ ਕੇਸ ਹਰਾਉਣੀ ਥੋੜੋ ਆ, ਕੇਸ ਤਾਂ ਆਪਾਂ ਉਹ ਜਿਤਾਉਣੀ ਆ, ਜੇ ਉਹ ਕੇਸ ਜਿੱਤੂਗੀ ਤਾਂ ਤਲਾਕ ਹੋਊਗਾ, ਤਾਂ ਉਹਦਾ ਆਪਣੇ ਤੋਂ ਛੁਟਕਾਰਾ ਹੋਣਾ, ਫਿਰ ਜਾ ਕੇ ਉਹ ਵਿਚਾਰੀ ਗੁਰੀ ਨਾਲ ਵਿਆਹ ਕਰਾਊਗੀ। ਬੇਪੁੱਤ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੇ, ਕੀ ਕਰਦਾ ਫਿਰੀ ਜਾਂਦਾ ਤੂੰ? ਬੇਬੇ ਤੈਨੂੰ ਸਾਫ਼ ਸਾਫ਼ ਤਾਂ ਦੱਸਤਾ ਵੀ ਵਕੀਲ ਨੂੰ ਖਰੀਦ ਕੇ ਆਇਆ, ਵਕੀਲ ਉਹਦਾ ਹੈ ਤੇ ਭੁਗਤੂਗਾ ਆਪਣੇ ਹੱਕ 'ਚ, ਸਕੀਮ ਸਾਰੀ ਹੋਊਗੀ ਮੇਰੀ। ਪੁੱਤ ਮੈਨੂੰ ਤਾਂ ਡਰ ਜਿਹਾ ਲੱਗੀ ਜਾਂਦਾ, ਕਿਤੇ ਕੋਈ ਹੋਰ ਨਾ ਮੁਸੀਬਤ ਖੜੀ ਕਰ ਦੇਵੇ। ਉਹ ਹੁਣ ਨਹੀਂ ਬੇਬੇ, ਉਹ ਮੁਸੀਬਤ ਖੜੀ ਕਰ ਸਕਦੀ, ਮੁਸੀਬਤ ਤਾਂ ਉਹਦੇ ਲਈ ਹੁਣ ਮੈਂ ਖੜੀ ਕਰੂੰਗਾ, ਤੂੰ ਦੇਖਦੀ ਜਾ ਅੱਗੇ ਅੱਗੇ ਕੀ ਹੁੰਦਾ। ਤਨਵੀਰ ਜੀ, ਆਪਾਂ ਤੁਹਾਡੇ ਸਹੁਰੇ ਘਰ ਜਾ ਕੇ ਆਉਣਾ ਤੇ ਆਪਾਂ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਤਲਾਕ ਨਾਮੇ ਦੇ ਆਪਾਂ ਉਹਨਾਂ ਕੋਲੋਂ ਸਾਈਨ ਕਰਾਉਣੇ ਆ, ਫਿਰ ਫੈਸਲਾ ਤੁਹਾਡੇ ਹੱਥ ਵਿੱਚ ਆਵੇਗਾ। ਠੀਕ ਹੈ ਸਰ, ਕੋਈ ਗੱਲ ਨਹੀਂ ਜੀ, ਮੈਂ ਆ ਜਾਂਦੀ ਹਾਂ। ਠੀਕ ਹੈ ਜੀ, ਓਕੇ। ਤਨਵੀਰ, ਇਹੀ ਤੁਹਾਡੇ ਹਸਬੰਡ ਨੇ? ਹਾਂਜੀ ਸਰ। ਇਹ ਤੇ ਹੈਂਡੀਕੈਪਟ ਨੇ? ਮੈਨੂੰ ਨਹੀਂ ਪਤਾ ਸਰ ਇਹ ਸਭ ਕਦੋਂ ਹੋਇਆ। ਜਿਹੜਾ ਕੰਮ ਅਸੀਂ ਕਰਨ ਨੂੰ ਫਿਰਦੇ ਸੀ ਇਹ ਕੌਣ ਕਰ ਗਿਆ? ਹਰਪ੍ਰੀਤ, ਇਹ ਸਭ ਕਿਵੇਂ ਹੋਇਆ? ਇਹ ਛੱਡੋ, ਤੁਸੀਂ ਦੱਸੋ ਕਿਵੇਂ ਆ। ਐਨੀਵੇ ਹਰਪ੍ਰੀਤ, ਇਹ ਮੇਰੇ ਲਾਇਰ ਨੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਆਏ ਨੇ। ਮੈਂ ਤਲਾਕ ਲਈ ਕੇਸ ਫਾਈਲ ਕੀਤਾ। ਅੱਛਾ। ਤੇ ਸਰ ਇਹ ਮੇਰੇ ਹਸਬੰਡ ਨੇ। ਕੋਈ ਗੱਲ ਨਹੀਂ, ਆ ਜਾਓ ਜੀ, ਅੰਦਰ ਬੈਠ ਕੇ ਗੱਲ ਕਰ ਲੈਂਦੇ ਹਾਂ। ਮੇਰੀ ਕਲਾਇੰਟ ਮੈਡਮ ਤਨਵੀਰ ਨੇ ਤਲਾਕ ਲੈਣ ਲਈ ਕੇਸ ਦਾਇਰ ਕੀਤਾ। ਅੱਛਾ ਜੀ, ਕੋਈ ਗੱਲ ਨਹੀਂ ਜੀ,
असं भी तलाक लेना चाहते हैं जिते तुम कहो मैं साइन करने तैयार हाँ। कला साइन काम नहीं चलना, इन्होंने गुजारा पत्ता लैन लिये फार्म भी अपलाई किया तो थानू पैसे का अरेजमेंट भी करना पैना। कोई गल नहीं जी कर लाँगे। वैसे किन्ने पैसे तैयार करने पैणगे? बस यही 30 to 40 lakh। 30-40 lakh जी कमाल करते हो जी। इन्नी तो मेरी इनकम भी नहीं हैगी जी, मैं तो जी नौकरी करता सी एक्सीडेंट होने करके भी छुट्ट गई मेरे तो। प्रॉपर्टी तो होगी तुहाडे नाम ते, वह बेच के अरेंज कर दिओ। देखो जी सारी प्रॉपर्टी मेरी माँ के नाम आ, मेरे नाम तो कुछ हैगा ही नहीं। आज जिहड़े घर च बैठा मैं ये भी मेरे माँ के नाम ही आ, फिर मैं पैसे कितों दूंगा? फिर तुहानू अपनी पत्नी नू एलीमेनी गुजारा पत्ता तो देना ही पैना। देखो जी ना तो मेरे कोई इनकम आ ते ना कोई प्रॉपर्टी आ, फिर मैं इनू पैसे कितों दूंगा? मेरे को कल्ले कागज ते कर ली साइन ने, वह कराने ने करा लो। बाकी हाँ वकालती पढ़ाई तो तुसी भी कीती होगी, जदों पति डिसेबल होवे तां गुजारा पत्ता तो फिर पत्नी नू देना पैंदा हुंदा। तुसी दसो मैनू इहदे तों किन्ना गुजारा पत्ता दवाओगे तलाक तो बाद? मैनू अपने कलैंडर नाल सलाह मशवरा कर लैण दिओ। हाँ जी हाँ जी जरूर, कोई गल नहीं तुसी सलाह कर लो। आ जाओ जी। तनवीर जी तुसी इह गल तां मैनू दसी नहीं कि सारी प्रॉपर्टी तुहाडी सस दे नाम आ? हाँ जी सर, पहला बेच रहे सी पर फिर बेची नहीं, सारी प्रॉपर्टी मेरी सस दे नाम ही है। फिर तुहाडा पति भी डिसेबल्ड आ? सर फिर मैनू लगदा इह एक्सीडेंट तां मेरे जाण तों बाद ही होया होऊगा। बेटा फिर कानून तां इही गल कहूगा ना, ਤੁਸੀਂ ਹਰ ਮਹੀਨੇ ਇਹਨਾਂ ਨੂੰ ਗੁਜ਼ਾਰਾ ਪੱਤਾ ਦਿਓ। ਮੈਂ ਇਹਨਾਂ ਨੂੰ ਕੀ ਗੁਜ਼ਾਰਾ ਪੱਤਾ ਦੇਵਾਂਗੀ, ਇਹ ਤਾਂ ਲੈਣੇ ਤੇ ਦੇਣੇ ਪੈ ਰਹੇ ਨੇ। ਦੇਖੋ ਫਿਰ ਹੁਣ ਆਪਣੇ ਕੋਲ ਇੱਕੋ ਹੀ ਹੱਲ ਹੈ, ਆਪਾਂ ਇਹਨਾਂ ਕੋਲੋਂ ਤਲਾਕ ਦੇ ਪੇਪਰਾਂ ਦੇ ਸਾਈਨ ਕਰਾ ਲੈਂਦੇ ਹਾਂ, ਫਿਰ ਜੱਜ ਸਾਹਿਬ ਨੂੰ ਕਹਿ ਕੇ ਮੈਂ ਪੱਤਾ ਮਾਫ਼ ਕਰਾ ਦੂੰਗਾ। ਚਲ ਤੁਸੀਂ ਐਂ ਕਰੋ ਮੇਰਾ ਇਹ ਤਾਂ ਖੇੜਾ ਛਡਵਾਓ, ਮੇਰਾ ਤਲਾਕ ਕਰਵਾ ਦਿਓ ਇਹ ਤੋਂ। ਵੈਸੇ ਮੈਂ ਲੰਗੜੇ ਦਾ ਰਹਿ ਕੇ ਹੁਣ ਕਰਨਾ ਵੀ ਕੀ ਹੈ। ਚਲੋ ਆ ਜਾਓ ਆਪਾਂ ਸਾਈਨ ਕਰਾ ਲੈਂਦੇ ਹਾਂ। ਹਾਂਜੀ आप पेपरों से सैन करके कोर्ट च लै आयो, तुहाडा तलाक हो जाएगा, मेरी क्लाइंट तनवीर तुहानू गुजारा पत्ता दे देगी। ठीक है जी, सत श्री अकाल। गुरी मैं तेनू इन्ने फोन किए तू चक्या क्यों नहीं? मैं तो तेनू खुशखबरी देनी सी मेरा तलाक हो गया। चल ऐ कर फिर, कोई वधिया मुंडा देख के ब्याह करा ली। क्यों मजाक करदा, हुण तां मैं तेरी हाँ हमेशा हमेशा लई। ओ यार मैं मजाक नहीं करदा सच कह रहा, नाले मैं तेरे डिमांडा कितों पूरियां कर दूं जिहड़ियां उतों नहीं होईयां। तू तां 40 लख दे वादे करदी सी, मिलिया तैनूं कख नहीं। तैनूं दस्सिया तां सी वी उहदे नाम कुछ है ही नहीं। यार जे तैनूं पैसे मिल जांदे ना फिर तां अपनी सैटिंग आ जांदी, हुण नहीं बई अपना सैट आउणा, मैं तां आपदा गुजारा मसा करदा, तेरे खर्चे किवें चक लूंगा। अच्छा फिर तूं पैसे नहीं प्यार करदा सी, इहदा मतलब तूं मैनूं नहीं सी करदा। तूं वी तां पैसे नूं प्यार करदी सी, नाले जिहड़ी आपदी घरवाली दी नहीं होई मेरी कित्थों हो जाऊगी। हैलो 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 गुरी, हाय ये तो मैंने कर गया, मैं तो जमी पट्टी गई, इन तो उत्थे ही मेरा तलाक कराता, हुण मैं की करूंगी कित्थे जाऊंगी। हो सकता है मैनू दोबारा रख लवे, नाले ओनू कोल लंगड़े नू होर रिश्ता होना, ऐ करदी आ उत्थे चली जानी आ। हाँ राणो तू इत्थे? हाँ मेरी हरप्रीत नाल मैरिज हो गई आ। तैनू तां सारा कुछ पता सी फिर तू इत्थे व्याह क्यों करवाया? जे मैनू सारा कुछ पता सी ताई मैं इत्थे व्याह कराया, नाले इन्नी ऐश तां मैं पेके नहीं कीती जिन्नी इह कराउंदे ने। तू हुण इत्थे की लैण आई आ, बस लैण दे साडा कर जा, हुण तू गुरी कोल चली जा। ओ केड़ा गुरी बेबे, नाले मैं तां सुणिया हुण ओह इहनूं धोखा दे गया, चल इहदे नाल बणना वी आई चाहीदा सी। हरप्रीत तू तां पाहे सी, तू किवें ठीक हो गया? धोखे कल्ले तैनूं ही नहीं देणे आउंदे, असीं वी देण जाणदे आं।